ਲਾ ਪਿਆ ਆਏ, ਇਹ ਬੰਦੇ ਦਾ ਵੀ ਕੁਛ ਨਹੀਂ ਬਣ ਸਕਦਾ। ਪੀ ਕੇ ਆ ਕੇ ਪੈ ਗਿਆ ਅੱਧੀ ਰਾਤ ਉਰੇ, ਸੁਣਦੇ ਨਹੀਂ ਸੁਣਦੇ ਨਹੀਂ, ਮੂੰਹ ਨੰਗਾ ਕਰੋ। ਉਹ ਕਿਆ ਭੁਚਾਲ ਆ ਗਿਆ ਤੈਨੂੰ ਸਵੇਰੇ ਸਵੇਰੇ? ਹਾਂ ਦੱਸ ਨਾ। ਸਵੇਰੇ ਸਵੇਰੇ 11 ਵੱਜ ਗਏ ਇੱਥੇ ਪਿਆ ਏ। 11 ਵੱਜ ਗਏ? ਅੱਛਾ, ਦੁਪਹਿਰਾ ਚੜਿਆ ਪਿਆ, ਮਾੜਾ ਮੋਟਾ ਉੱਠ ਖੜ। ਉਹ ਚੱਲ ਉੱਠਦਾ ਐ ਕਰ, ਲੱਸੀ ਲੈ ਕੇ ਆ। ਲੈ ਲੱਸੀ ਲੈ ਕੇ ਆ, ਹੁਣ ਦਿਨ 'ਚ ਤੈਨੂੰ ਲੱਸੀ ਚਾਹੀਦੀ, ਰਾਤ ਨੂੰ ਦਾਰੂ ਡੱਫ ਕੇ ਆ ਗਿਆ। ਤੂੰ ਕਿਉਂ ਸਵੇਰੇ ਸਵੇਰੇ ਆ ਕੇ ਮੇਰੇ ਸਿਰ ਤੇ ਚੜ ਗਈ? ਗੱਲ ਵੀ ਹੋਈ ਆ ਕੁਛ? ਹੋਰ ਕਿਹਦੇ ਸਿਰ ਤੇ ਚੜਾਂ, ਉਹ ਦੇਖ ਲੈ ਗਰਿੰਦਰ। ਕਿਆ ਹੋ ਗਿਆ? ਮੰਮੀ ਨੂੰ ਲੈ ਕੇ ਕੱਦਾ ਲੰਘ ਵੀ ਗਿਆ ਬੈਂਕ ਨੂੰ। ਫਿਰ ਠੀਕ ਹੈ, ਲੰਘ ਜਾਣਦੇ। ਅੱਛਾ ਲੰਘ ਜਾਣਦੇ ਹੈ? ਹਾਂ, ਪੈਸੇ ਕਢਾ ਕੇ ਲੈ ਕੇ ਆਉਣਗੇ। ਫਿਰ ਲੈ ਆਉਣ ਦੇ ਪੈਸੇ। ਬਸ ਤੂੰ ਦਾਰੂਆਂ ਜੋਗਾ ਹੀ ਰਹਿ ਜਾਈ ਫਿਰ। ਕਿਹੜੀਆਂ ਗੱਲਾਂ ਕਰੀ ਜਾਂਦੀ ਆ ਤੂੰ? ਹੈ ਗਰਿੰਦਰ ਚਲ ਗਿਆ, ਮੈਂ ਕੀ ਕਰਨਾ? ਸਾਰਾ ਟੱਬਰੇ ਜਾਊਗਾ ਹੁਣ ਮੰਮੀ ਦੇ ਨਾਲ। ਗਿਆ ਤਾਂ ਗਿਆ। ਅੱਛਾ ਗਿਆ ਤਾਂ ਗਿਆ ਹੈ। ਹੋਰ? ਬਸ ਤੈਨੂੰ ਤਾਂ ਦਾਰੂ ਚਾਹੀਦੀ ਆ, ਹੋਰ ਤੈਨੂੰ ਕੁਛ ਨਹੀਂ ਚਾਹੀਦਾ। ਉਹ ਤੈਨੂੰ ਹੋ ਕੀ ਗਿਆ ਸਵੇਰੇ ਸਵੇਰੇ? ਹੈ ਗਰਿੰਦਰ ਚਲ ਗਿਆ, ਕੋਈ ਗੱਲ ਵੀ ਹੋਈ ਆ ਘਰ 'ਚ? ਜਾਣਾ ਆ ਗਰਿੰਦਰ ਅੱਗੇ ਨਹੀਂ ਜਾਂਦਾ, ਹੁਣ ਚਲੇ ਗਿਆ ਤਾਂ ਕਿ ਬੜੀ ਗੱਲ ਹੋਊਗੀ ਕੋਈ? ਤੂੰ ਮੇਰੀ ਗੱਲ ਕਿਉਂ ਨਹੀਂ ਸੁਣਦਾ? ਗਰਿੰਦਰ ਮਿੱਠਾ ਬਣ ਬਣ ਕੇ ਦੇਖ ਲਾ, ਉਹਨੂੰ ਸਾਰਾ ਕੁਛ ਖਾ ਲੈਣਾ ਮੰਮੀ ਤੋਂ। ਆ ਗਰਿੰਦਰ ਨੇ ਨਾ ਲਿਜਾ ਕੇ ਮੰਮੀ ਨੂੰ 20 ਰੁਪਏ ਦਾ ਪਿਲਾ ਕੇ ਜੂਸ ਭਲੋ ਲੈਣਾ, ਆਪਣੀਆਂ ਗੱਲਾਂ 'ਚ ਲੈ ਕੇ ਸਾਰੇ ਪੈਸੇ ਕਢਾ ਲੈਣੇ ਨੇ। ਦੇਖੀ ਜਾਈ ਫਿਰ, ਮਾੜੀ ਮੋਟੀ ਅਕਲ ਨੂੰ ਹੱਥ ਮਾਰ। ਜੇ ਗਰਿੰਦਰ ਨੇ ਸਾਰੇ ਪੈਸੇ ਕਢਾ ਤੇ ਮਾਤਾ ਦਾ ਖਾਤਾ ਖਾਲੀ ਕਰਦਾ, ਫਿਰ ਫਿਰੀ ਜਾਈ। ਦਾਰੂਆਂ ਪੀਣ ਨੂੰ ਵੀ ਨਹੀਂ ਤੈਨੂੰ ਕੋਈ ਪੈਸਾ ਮਿਲਣਾ ਹੈਗਾ, ਬੋਤਲਾਂ ਵੇਚ ਵੇਚ ਗੁਜ਼ਾਰੇ ਕਰੇਗਾ, ਉਹ ਵੀ ਨਹੀਂ ਕਰ ਹੋਣੇ। ਫਿਰ ਦਾਰੂ ਨਹੀਂ ਮਿਲਣੀ, ਜਦ ਅੱਲੇ ਪੱਲੇ ਕੁਛ ਰਹਿਣਾ ਹੀ ਨਹੀਂ। ਉਹ ਅੱਗੇ ਕਿਹੜੇ, ਮੈਂ ਉਹਦੀ ਪੀਨਾ, ਆਪਣੀ ਪੀਨਾ, ਕੰਮ ਕਰਦਾ ਮੈਂ, ਨਾਲੇ ਤੈਨੂੰ ਕਿਵੇਂ ਸਵੇਰੇ ਸਵੇਰੇ ਆ ਵਹਿਮ ਹੋ ਗਿਆ? ਹੈ ਉਹ ਗਰਿੰਦਰ ਮੇਰਾ ਭਾਈ ਹੈ, ਅੱਗੇ ਵੀ ਤਾਂ ਉਹੀ ਪੈਸੇ ਕਢਾ ਕੇ ਲੈ ਕੇ ਆਉਂਦਾ, ਸਾਰੇ ਖਰਚੇ ਕਰਦਾ, ਪੜ੍ਹਿਆ ਲਿਖਿਆ ਉਹ, ਮੈਂ ਤਾਂ ਨਹੀਂ ਜਾਂਦਾ ਬੈਂਕ ਬੁੰਕ, ਸਾਰੇ ਕੰਮ ਉਹੀ ਕਰਦਾ ਘਰ ਦੇ। ਗੱਲ ਸੁਣ ਲਾ ਮੇਰੀ, ਕੱਲ ਨੂੰ ਆ ਕੁਛ ਹੋ ਗਿਆ ਨਾ, ਮੈਂ ਇਹ ਘਰ 'ਚ ਰਹੂ, ਲਵਾ ਲੂ ਨਾਲੇ ਉਹ ਆਪਣੇ ਨੌ ਘਰ, ਫਿਰ ਫਿਰੀ ਜਾਈ ਇੱਥੇ ਠੂਠਾ ਚੱਕੀ। ਉਹ ਕੋਈ ਨਹੀਂ ਲਵਾਉਂਦਾ, ਪਤਾ ਨਹੀਂ ਕਿਹਨੇ ਸਿਖਾ ਕੇ ਭੇਜਤੀ ਲਵਾ ਲੂ ਘਰ। ਉਹ ਤੂੰ ਜਾ ਸਵੇਰੇ ਸਵੇਰੇ ਦਿਮਾਗ ਨਾ ਖਾ, ਜਾ ਲੱਸੀ ਲੈ ਕੇ ਆ। ਲੱਸੀ ਨਾ ਤੈਨੂੰ ਕਿਤੇ ਹੋਰ ਜੂਸ ਪਿਲਾ ਦਵਾਂ, ਉੱਠ ਕੇ ਕੰਮ ਕਰ ਲਾ। ਮੈਂ ਇੱਥੇ ਨਹੀਂ ਕਰ ਹੁੰਦਾ ਕੰਮ, ਨਾ ਸੌਣ ਦਿੰਦੀ ਹੈ, ਆ ਕੇ ਖੜ ਗਈ ਸਵੇਰੇ ਸਵੇਰੇ ਮੇਰੇ ਸਿਰ 'ਤੇ। ਤੈਨੂੰ ਤਾਂ ਮੈਂ ਸੁਣਾਉਣੀ ਆ, ਕੰਮ ਕੋਈ ਹੋਰ ਆ ਕੇ ਕਰੂਗਾ, ਮੈਂ ਤੇ ਨਹੀਂ ਸਾਰੇ ਕੰਮ ਘਰ ਦੇ ਕਰੂੰਦੇ ਹੈਗੇ। ਜਾ ਕਰ ਲੈ ਜਿਹੜਾ ਕਰਨਾ, ਜਿਹੜਾ ਨਹੀਂ ਕਰਨਾ ਨਾ ਕਰ। ਜਾ ਫਿਰ ਜਿੱਥੇ ਜਾਣਾ। ਕਹਿੰਦੀ ਬੈਂਕ ਜਾ ਕਦੇ ਕੋਸ਼ ਕਰ, ਉਹ ਸੌਣ ਵੀ ਨਹੀਂ ਦਿੰਦੀ, ਪਤਾ ਨਹੀਂ ਇਹਨੂੰ ਕੀ ਖਾ ਗਿਆ, ਸਵੇਰੇ ਸਵੇਰੇ ਆ ਕੇ ਕਹਿੰਦੀ ਆ ਹੈਂ ਗਰਿੰਦਰ ਆਹ ਕਰ ਲੂ ਵੋ ਕਰ ਲੂ। ਅੱਗੇ ਨਾ ਕਰ ਲਿਆ ਗਰਿੰਦਰ ਨੇ ਆਹ ਕੁਛ ਜਿਹੜਾ ਹੁਣ ਕਹਿੰਦੀ ਆ ਤੂੰ। ਮੰਮੀ ਪਾਣੀ ਪੀਣਾ? ਨਾ ਮੈਂ ਤਾਂ ਨਹੀਂ ਪੀਣਾ ਪਾਣੀ, ਦੇਖ ਲੈ ਪੁੱਤ ਕਿੰਨੀ ਮਹਿੰਗਾਈ ਹੋ ਗਈ, ਜਿੱਥੇ 20 ਰੁਪਏ ਦਾ ਗਲਾਸ ਪੀਂਦੇ ਤੇ ਜੂਸ ਦਾ, ਅੱਜ ਉਹੀ 40 ਦਾ ਦਿੱਤਾ। ਓਹੋ ਮੰਮੀ, ਆਪਾਂ ਫਿਰ ਕਿਆ ਕਰ ਸਕਦੇ ਆ, ਹੁਣ ਤਾਂ ਜੂਸ ਦਾ ਪੀਣਾ ਹੀ ਹੈ, 20 ਕਿਆ 40 ਕਿਆ, ਮਹਿੰਗਾਈ ਤਾਂ ਵੈਸੇ ਬਾਕੀ ਬਹੁਤ ਹੋ ਗਈ। ਪਤਾ ਨਹੀਂ ਦੇਖ ਲੈ ਹਜੇ ਕੀ ਪਾਇਆ, ਕਹਿੰਦਾ ਮੈਂ ਤਾਂ 40 ਰੁਪਏ ਦਾ ਦੇਵਾਂਗਾ ਹੁਣ। ਮੰਮੀ ਅੱਜ ਕੱਲ ਸਾਰੀ ਚੀਜ਼ਾਂ ਮਹਿੰਗੀ ਹੋਈ ਪਈ ਹੈ। ਪਤਾ ਨਹੀਂ ਚੱਕਰ ਕੀ ਹੈ, ਦੁਕਾਨਦਾਰ ਵੀ ਕੀ ਕਰਨ, ਜੇ ਚੀਜ਼ 2 ਰੁਪਏ ਮਹਿੰਗੀ ਹੋਈ ਹੈ ਤਾਂ ਫਿਰ ਅੱਗੇ 8 ਰੁਪਏ ਮਹਿੰਗੀ ਵੇਚਦੇ ਨੇ ਉਹ। ਹੋਰ ਕਮਾਈ ਕਰਦੇ ਨੇ ਚੰਗੀ। ਹਜੇ ਤਾਂ ਇੰਨਾ ਚੰਗਾ ਹੋ ਗਿਆ ਗੁਰਿੰਦਰ, ਆਪਣਾ ਕੰਮ ਛੇਤੀ ਹੋ ਗਿਆ, ਆਪਾਂ ਨੂੰ ਲਾਈਨ 'ਚ ਨਹੀਂ ਲੱਗਣਾ ਪਿਆ। ਉਹ ਪੁੱਤ ਤੈਨੂੰ ਜਾਣਦੇ ਸੀ ਉਹ? ਓਹੋ ਮੰਮੀ, ਜਾਣਦਾ ਜੁਣਦਾ ਕੋਈ ਨਹੀਂ ਹੈਗਾ ਉੱਥੇ, ਉਹ ਬੈਂਕ ਦੇ ਵਿੱਚ ਨਾ ਸਾਡੇ ਮਾਲਕਾਂ ਦਾ ਖਾਤਾ ਹੈਗਾ। ਅੱਛਾ, ਜਦ ਵੀ ਕੋਈ ਚੈੱਕ ਚੁੱਕ ਲਾਉਣਾ ਕਰਨਾ ਮੈਂ ਸਿੱਧਾ ਵੜ ਦਿੰਦਾ ਹੁੰਦਾ ਉੱਥੇ। ਅੱਛਾ ਅੱਛਾ, ਅੱਜ ਵੀ ਮੈਂ ਤਾਂ ਹੀ ਸਿੱਧਾ ਵੜ ਗਿਆ, ਕਿਸੇ ਨਾ ਉਹਨਾਂ ਨੂੰ ਐਂ ਵੀ ਅੱਗੇ ਵੀ ਆਉਂਦਾ ਕਿ ਸਿੱਧਾ ਵੜਦਾ ਇਹ, ਜਦੋਂ ਰੁਕੀ ਨਹੀਂ ਹੈਗਾ ਨਾ ਮੈਂ ਪੁੱਛਿਆ ਕਿਸੇ ਨੂੰ। ਦੇਖ ਲੈ ਨਹੀਂ ਕਿੰਨਾ ਕੱਟਦੀ ਲਾਈਨਾਂ ਲੱਗੀਆਂ ਪਈਆਂ, ਮੇਰਾ ਤਾਂ ਮਨ ਖੁਸ਼ ਹੋ ਗਿਆ, ਮੈਂ ਕਿਹਾ ਚੱਲ ਸਾਡਾ ਤਾਂ ਕੰਮ ਹੋ ਗਿਆ, ਇਹ ਤੇਰੇ ਕਰਕੇ ਹੋ ਗਿਆ ਪੁੱਤ। ਉਹ ਮੰਮੀ ਮੈਂ ਵੀ ਸਕੀਮ ਲਾਈ ਹੈ, ਮੈਂ ਕਿਹਾ ਚੱਲ ਕਾਹਨੂੰ ਪੁੱਛ ਕੇ ਜਾਣਾ ਅੰਦਰ, ਹੋਰ ਕਿਆ। ਕਾਹਦੀਆਂ ਸਕੀਮਾਂ ਲਾਈ ਜਾਂਦੇ ਆ? ਕੁਛ ਨਹੀਂ, ਬੈਂਕ ਗਏ ਸੀ ਅਸੀਂ। ਹਾਂ ਮੈਂ ਤਾਂ ਸੁਣ ਲਈਆਂ ਗੱਲਾਂ। ਹਾਂ ਉੱਥੇ ਲੱਗੀ ਹੋਈ ਸੀ ਲਾਈਨ,
ਮੰਮੀ ਲਗੀ ਲਾਈਨ ਚ ਲੱਗਣ, ਮੰਮੀ ਨੂੰ ਬਾਂਹ ਤੇ ਫੜ ਕੇ ਸਿੱਧਾ ਮੈਨੇਜਰ ਦੇ ਕਮਰੇ ਚ ਲੈ ਗਿਆ। ਇਹਦੀ ਜਾਣ ਪਛਾਣ ਕਰਕੇ ਕੰਮ ਫੱਟ ਹੋ ਗਿਆ। ਹੋਰ ਉਹ ਜੇ ਉੱਥੇ ਜਾਂਦੀ ਸਾਈਨ ਕਰੇ ਵਾਚਰ ਭਰਿਆ, ਉਹਨੇ ਨੌਕਰ ਤੇ ਬੁਲਾਇਆ ਆਪਣਾ, ਕਹਿੰਦੇ ਪਹਿਲਾਂ ਮਾਤਾ ਦਾ ਕੰਮ ਕਰਕੇ ਦਿਓ। ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਨੂੰ ਕਦ ਕੰਮ ਹੋ ਗਿਆ। ਜਦ ਅਸੀਂ ਗਏ ਆ ਪੁੱਤ ਤੂੰ ਤਾਂ ਸੁੱਤਾ ਪਿਆ ਤੀ, ਵੀ ਤੂੰ ਕਦ ਸੁਧਰੇਗਾ? ਹੈ ਅੱਧੀ ਰਾਤ ਆ ਗਿਆ ਡੱਪ ਕੇ, ਹੁਣ 11 ਵਜੇ ਤੱਕ ਉੱਠਿਆ ਨਹੀਂ। ਨਹੀਂ ਮੰਮੀ ਉਹ ਤਾਂ ਆ ਵੀ ਤਾਂ ਤੇਰੇ ਵਰਗਾ ਹੀ ਹੈ। ਉਹ ਕੰਮ ਤਾਂ ਮੰਮੀ ਮੈਨੂੰ ਨਾਲੇ ਮੰਮੀ ਨੇ ਕਦੇ ਕਢਾਉਣ ਤੇ ਪੈਸੇ ਅੱਜ। ਲੈ ਦੱਸ ਜੇ ਤੂੰ ਪੁੱਤ ਕੋਈ ਕੰਮ ਕਰੇ ਤਾਂ ਤੈਨੂੰ ਪਤਾ ਲੱਗੇ। ਆ ਜਿੱਦੇ ਮੈਂ ਹਸਪਤਾਲ 'ਚ ਗਈ ਹਾਂ ਪੂਰਾ 12-13 ਹਜ਼ਾਰ ਰੁਪਇਆ ਲੱਗਿਆ ਉਹਦੇ। ਇਹਨੇ ਸਾਰਾ ਵਿਚਾਰੇ ਨੇ ਇਹਨੇ ਕਰਿਆ ਖਰਚ। ਅੱਜ ਇਹਦੇ ਕੋਲ ਵੀ ਟਾਈਮ ਤੀ, ਮੈਂ ਕਿਹਾ ਭਾਈ ਚੱਲ ਬੈਂਕ ਲੈ ਜਾ ਮੈਨੂੰ ਕਢਾ ਲਈ ਪੈਸੇ। ਮੈਂ ਤਾਂ 20 ਕਢਾ ਲਿਆ ਸੀ। ਮੈਂ ਕਿਹਾ ਲੈ ਭਾਈ ਅੱਖ ਤੂੰ ਵਰਤ ਲਈ, ਦੇਖ ਕੇ ਇਹੀ ਵਰਤਦਾ ਸਾਰੇ, ਇਹੀ ਕੰਮ ਕਰਕੇ ਦਿੰਦਾ ਮੇਰਾ। ਜਿੰਨੇ ਪਰਚੀਆਂ ਤੇ ਕਿਰਾਏ ਨੇ ਦਵਾਈਆਂ ਤੇ, ਮੈਨੂੰ ਤਾਂ ਲੱਗਦਾ ਇਹਦੇ ਹੋਰ ਵੱਧ ਚੱਲ ਗਏ ਹੁਣ। ਚੱਲ ਮੰਮੀ ਫਿਰ ਕੀ ਹੋ ਗਿਆ, ਮਾਣੇ ਤੋਂ ਮੇਰੀ ਹੱਦ ਹੋ ਗਈ। ਲੈ ਨਹੀਂ ਇਹੀ ਜੀ ਗੱਲ ਨਹੀਂ ਹੁੰਦੀ ਪੁੱਤ, ਜਦ ਹੈਗੇ ਨੇ ਸੁੱਖ ਨਾਲ ਫਿਰ ਮੈਂ ਕਹਾਂ ਤੂੰ ਤੇਰੇ ਤੇ ਬੋਝ ਬਣਾ। ਇਹੀ ਬਹੁਤ ਬੜੀ ਗੱਲ ਆ ਪੁੱਤ ਜਿਹੜਾ ਤੂੰ ਮੈਨੂੰ ਲੈ ਜਾਂਦਾ ਦਵਾਈ ਦਵਾਉਣ। ਆਹ ਦੇਖ ਲੈ ਇਹ ਤਾਂ ਉੱਠਦਾ ਹੀ ਲੇਟ ਆ। ਉਹ ਨਹੀਂ ਮੰਮੀ ਤੂੰ ਮੈਨੂੰ ਕਹਿੰਦੀ ਫਿਰ ਹੋ ਜਾਂਦਾ, ਨਾਲੇ ਜੇ 12,000 ਦੇ ਖਰਚੇ ਤੇ ਫਿਰ 20 ਕਦੇ ਕਢਾ ਲਿਆ, ਐਵੇਂ ਖਰਚ ਹੋਈ ਜਾਂਦੇ ਹੁੰਦੇ ਪੈਸੇ ਘਰਾਂ। ਨਹੀਂ ਗੱਲ ਪਤਾ ਕੀ ਹੈ, ਮੈਂ ਤਾਂ ਮੰਮੀ ਨੂੰ 12 ਦੇ ਮਨਾ ਕਰ ਰਿਹਾ ਤਾ। ਮੰਮੀ ਕਹਿੰਦੀ ਤੇਰੀ ਨੌਕਰੀ ਪ੍ਰਾਈਵੇਟ ਹੈ, ਤੇਰੇ ਆਪਦੇ ਵੀ ਖਰਚੇ ਹੈ, 20,000 ਤੇ ਤਨਖਾਹ ਗਈ ਸਾਰੀ, 12 ਤੂੰ ਮੇਰੇ ਤੇ ਲਾ ਤਾ, ਤੂੰ ਆਪਣਾ ਖਰਚਾ ਕਿੱਥੋਂ ਕਰੇਗਾ? ਹੋਰ ਪੁੱਤ ਨਾਲੇ ਗਰਿੰਦਰ ਕਿਹੜਾ ਕੋਈ ਤੇਰ ਮੇਰ ਕਰਦਾ, ਸੁੱਖ ਨਾਲ ਘਰ 'ਚ ਕਿੰਨਾ ਖਰਚ ਕਰਦਾ, ਇਹਨੇ ਕਰੇ ਕਿਹਾ ਵੀ ਮੇਰਾ ਪੈਸਾ ਚੱਲ ਗਿਆ ਕਿ ਨਹੀਂ? ਇਹੀ ਜੀ ਗੱਲ ਨਹੀਂ ਹੈਗੀ ਪੁੱਤ ਗੁਰਪ੍ਰੀਤ, ਇਹੀ ਜੀ ਗੱਲ ਨਹੀਂ, ਇਹਨੇ ਕੋਈ ਵੱਧ ਨਹੀਂ ਲੱਤੇ ਪੈਸੇ ਮੇਰੇ ਕੋਲੋਂ। ਦੇਖੀ ਕੋਈ ਜਿਹੜਾ ਪੈਸਾ ਹੋਊਗਾ 2-4 ਵੱਧ, ਇੱਥੇ ਕੋਈ ਚੀਜ਼ ਲਿਆ ਕੇ ਸੁੱਟ ਦੂ ਘਰ ਘਰ। ਮੰਮੀ ਜੀ ਤੁਸੀਂ ਚੱਲ 1,000-2,000 ਵੱਧ ਕਢਾ ਕੇ ਦੇ ਦਿੰਦੇ, ਇੰਨਾ ਕਾਹਨੂੰ ਕਢਾਉਣਾ ਸੀਗਾ, ਜਿੰਨੇ ਹੁੰਦੇ ਨੇ ਉਨੇ ਚੱਲ ਜਾਂਦੇ ਨੇ। ਮਨਦੀਪ ਮੇਰੀ ਗੱਲ ਤਾਂ ਸੁਣ, ਇਹ ਹੁਣ ਜਾਂਦਾ ਸੀ ਮੁੰਡਾ ਮੈਂ ਇਹਦੇ ਨਾਲ ਚਲੀ ਗਈ, ਕਿਤੇ ਫੇਰ ਜ਼ਰੂਰਤ ਪੈ ਜਾਂਦੀ ਹੈ। ਨਾਲੇ ਗੁਰਿੰਦਰ ਪੈਸੇ ਵਰਤਦਾ ਨਹੀਂ ਹੈਗਾ ਮੇਰੇ, ਉਹ ਤਾਂ ਮੇਰੇ ਤੇ ਵਰਤੂਗਾ, ਨਹੀਂ ਆਪਣੇ ਘਰ 'ਚ ਕੋਈ ਚੀਜ਼ ਲਿਆਊਗਾ। ਨਹੀਂ ਮੰਮੀ ਅਸੀਂ ਆਏ ਨਹੀਂ ਕਹਿੰਦੇ ਹੈਗੇ ਤੁਹਾਨੂੰ, ਤੁਸੀਂ ਇਹਨਾਂ ਨੂੰ ਵੀ ਕਦੇ ਨਾਲ ਲੈ ਜਾਇਆ ਕਰੋ, ਤੁਸੀਂ ਇਹਨਾਂ ਨੂੰ ਕਹਿ ਦਿੰਦੇ ਮੈਂ ਠਾਲ ਦਿੰਦੀ, ਤੁਸੀਂ ਤਾਂ ਇਹਨੂੰ ਨਾਲ ਲਿਜਾ ਕੇ ਕਦੇ ਰਾਜ਼ੀ ਹੋ ਨਹੀਂ ਹੈਗੇ। ਮੈਂ ਉੱਠ ਕੱਢਦਾ ਜੇ ਮੈਨੂੰ ਕਹਿੰਦੇ, ਮੈਂ ਉੱਠ ਜਾਣਾ ਤਾਂ। ਲੈ ਤੂੰ ਤੇ ਕਿੰਨੀਆਂ ਜਿਹੀਆਂ ਗੱਲਾਂ ਕਰਦੀਆਂ ਇਹ ਮਨਦੀਪ, ਇਹੀ ਜਿਹੀ ਕੋਈ ਗੱਲ ਨਹੀਂ ਹੈਗੀ ਪੁੱਤ। ਗੁਰਪ੍ਰੀਤ ਨੂੰ ਇੰਨਾ ਪਤਾ ਨਹੀਂ ਵਿਚਾਰੇ ਨੂੰ, ਘੱਟ ਪੜਿਆ ਵਾ। ਗੁਰਿੰਦਰ ਨੂੰ ਹੁਣ ਸੁੱਖ ਨਾਲ ਸਾਰਾ ਕੁਛ ਪਤਾ ਪੁੱਤ, ਉਹ ਤਾਂ ਵਗ ਜਾਂਦਾ। ਜੇ ਤੇਰੇ ਮਨ 'ਚ ਇਹੋ ਜਿਹਾ ਫਰਕ ਹੈ ਕੋਈ, ਅੱਗੇ ਤੋਂ ਮੈਂ ਗੁਰਪ੍ਰੀਤ ਨੂੰ ਲੈ ਜਾ ਕਰੂੰਗੀ। ਪੁੱਤ ਤੂੰ ਚੱਲਿਆ ਕਰ ਮੇਰੇ ਨਾਲ। ਮੰਮੀ ਜੇ ਇਹ ਕਦੇ ਬਾਹਰ ਅੰਦਰ ਜਾਊਗਾ, ਇਹਦੀ ਵੀ ਕੋਈ ਜਾਣ ਪਛਾਣ ਹੋਊਗੀ, ਤਾਂ ਹੀ ਇਹਨੂੰ ਮਾੜੀ ਮੋਟੀ ਨੌਲੇਜ ਹੋਊਗੀ ਬਾਹਰਲੀ। ਐਂ ਕਰ ਦੋ, ਬਹਿਸ ਨਾ ਕਰੋ, ਅਗਲੀ ਵਾਰੀ ਜੇ ਕੋਈ ਕੰਮ ਹੋਊਗਾ ਨਾ ਮੈਂ ਵੀ ਨਾਲ ਚੱਲੂਗਾ, ਬਾਈ ਨੂੰ ਵੀ ਨਾਲ ਲੈ ਚੱਲਾਂਗੇ। ਮੈਂ 2-4 ਵਾਰੀ ਨਾਲ ਜਾਊਂਗਾ, ਬਾਈ ਨੂੰ ਆਪੇ ਲੱਗ ਜੂਗਾ ਪਤਾ, ਫਿਰ ਬਾਈ ਮੈਂ ਨਹੀਂ ਜਾਊਂਗਾ ਭਾਬੀ। ਨਹੀਂ ਨਹੀਂ ਇਹੀ ਜੀ ਗੱਲ ਨਹੀਂ ਸੀ ਗੁਰਿੰਦਰ, ਉਹ ਤਾਂ ਉਹ ਕਿਹਾ ਵੀ ਜੇ ਤੂੰ ਕਦੇ ਘਰਾਂ ਨਾ ਹੋਵੇਂ। ਗੁਰਿੰਦਰ ਤੈਨੂੰ ਐਂ ਲੱਗਦਾ ਵੀ ਇਹਨੂੰ ਕੁਛ ਪਤਾ ਹੀ ਨਹੀਂ ਹੈਗਾ, ਸਭ ਕੁਛ ਪਤਾ ਏ, ਸਾਰਾ ਹਿਸਾਬ ਕਿਤਾਬ ਕਰਕੇ ਆਉਂਦਾ ਆੜਤੀਏ ਨਾਲ, ਘਰ ਦਾ ਕੰਮ ਸਾਰਾ ਕਰਦਾ ਖੇਤੀਬਾੜੀ ਦਾ। ਲੈ ਪੁੱਤ ਮਨਦੀਪ ਤੂੰ ਕਹੀਆਂ ਜਿਹੀਆਂ ਗੱਲਾਂ ਕਰਦੀਆਂ, ਇਹ ਤਾਂ ਪੁੱਤ ਫਰਕ ਪੈਣ ਵਾਲੀ ਗੱਲ ਹੋ ਜਾਂਦੀ ਹੈ। ਕੀ ਕਹੂਗਾ ਵਿਚਾਰਾ ਵੀ ਨਾਲੇ ਤਾਂ ਮੈਂ ਕੰਮ ਕਰਵਾਉਣਾ, ਨਾਲੇ ਕਿਵੇਂ ਬੋਲਦੇ ਨੇ ਮੇਰੇ ਭਾਈ ਭਰਜਾਈ, ਇਹੀ ਜਿਹੀਆਂ ਗੱਲਾਂ ਨਹੀਂ ਪੁੱਤ ਆਪਣੇ ਘਰ 'ਚ ਕਰਨੀਆਂ। ਅੱਗੇ ਤਾਂ ਪੁੱਤ ਤੂੰ ਚੱਲਿਆ ਕਰ ਮੇਰੇ ਨਾਲ ਗੁਰਪ੍ਰੀਤ, ਚੰਗਾ? ਠੀਕ ਹੈ ਨਾ ਪੁੱਤ? ਹਾਂ ਮੰਮੀ ਠੀਕ ਹੈ, ਬਾਈ ਲੰਘ ਜੇ ਕਰੂ, ਕੋਈ ਚੱਕਰ ਨਹੀਂ। ਚਲੋ ਮੰਮੀ ਸਾਨੂੰ ਕੰਮ ਹੈ ਮਾੜਾ ਜਿਹਾ, ਉਹ ਦੇਖ ਲਿਆ ਸੀ। ਠੀਕ ਹੈ, ਹਾਂ ਚਲ ਚੱਲ ਫਿਰ ਸਰ, ਠੀਕ। ਤੁਸੀਂ ਵੀ ਮੰਮੀ ਸਾਡੇ ਨਾਲ ਫਰਕ ਰੱਖਦੇ ਹੋ, ਆ ਦੇਖਿਆ ਹੁਣ ਕਿਵੇਂ ਮੂੰਹ ਬਣਾ ਕੇ ਲੰਘੀ ਆ ਕਰਮਜੀਤ। ਨਹੀਂ ਨਹੀਂ ਪੁੱਤ, ਹੀ ਨਹੀਂ ਕੋਈ ਗੱਲ, ਐਵੇਂ ਨਹੀਂ ਗੱਲਾਂ ਨਾ ਕਰ ਆਪਣੇ ਘਰ 'ਚ ਪੁੱਤ, ਮੇਰੇ ਤਾਂ ਦੋਵੇਂ ਪੁੱਤਾਂ ਦਾ ਬਹੁਤ ਪਿਆਰ ਆ, ਆਪਾਂ ਨੇ ਆਪਣੇ ਘਰ 'ਚ ਇੱਕਣੇ ਪਿਆਰ ਰੱਖਣਾ। ਜੇ ਮੰਮੀ ਤੂੰ ਇਹਨੂੰ ਪਿਆਰ ਕਰਦੀ ਹੁੰਦੀ, ਤੂੰ ਇਹਦੇ ਨਾਲ ਕੋਈ ਸਲਾਹ ਨਾ ਕਰਦੀ ਵੀ ਮੈਂ ਪੈਸੇ ਕਢਵਾਉਣ ਚੱਲੀ ਹਾਂ, ਤਾਂ ਤੈਨੂੰ ਦੱਸਿਆ ਵੀ ਨਹੀਂ ਹੈਗਾ। ਲੈ ਦੱਸ ਗੁਰਪ੍ਰੀਤ, ਪੁੱਤ ਕਹੀ ਜਾਂ ਗੱਲਾਂ ਕਰੀ ਜਾਂਦੀ ਆ ਇਹ, ਇਹਦੇ ਦਿਮਾਗ ਨੂੰ ਕੀ ਹੋ ਗਿਆ? ਬਹੁਤੀ ਨਹੀਂ ਗੱਲ ਵਧਾਈ। ਚਲ ਠੀਕ ਆ, ਤੁਸੀਂ ਕਰ ਲਓ ਗੱਲਾਂ, ਮੈਨੂੰ ਪਤਾ ਹੈ ਸਾਰਾ ਕੁਝ ਕੀ ਚੱਲਦਾ ਘਰ 'ਚ। ਦੱਸ
ਇਹੀਆਂ ਗੱਲਾਂ ਪੁੱਤ ਮੈਂ ਤਾਂ ਕਦੇ ਨਹੀਂ ਕਿਹਾ ਕਰੀਆਂ, ਪਤਾ ਨਹੀਂ ਕੀ ਸੋਚੀ ਜਾਂਦੀ ਹੈ ਇਹ। ਸਵੇਰ ਦੀ ਉਹ ਲੱਗੀ ਵੀ ਹੈ, ਹੈ ਕਦੇ ਆ ਨਹੀਂ ਹੋਇਆ, ਕਦੇ ਉਹ ਨਹੀਂ ਹੋਇਆ, ਪਤਾ ਨਹੀਂ ਕੀ ਕਹੀ ਜਾਂਦੀ ਹੈ ਇਹ। ਤੂੰ ਤਾਂ ਗਲਤ ਕਰ ਲਿਆ ਫਿਰ। ਕਿਵੇਂ ਡਰਦਾ ਆਪਣੀ ਮਾਂ ਦੇ ਮੂਹਰੇ, ਭੋਰਾ ਨਹੀਂ ਬੋਲਿਆ ਹੈਗਾ ਕੁਛ, ਖਾ ਲੂਗਾ ਉਹਦੇ ਮਾਂ ਦੇ ਪੱਕੇ ਹੋਏ ਪਰੌਂਠੇ ਫਿਰ। ਓ ਕੀ ਹੋ ਗਿਆ ਤੈਨੂੰ, ਐਵੇਂ ਮੂੰਹ ਜਿਹਾ ਬਣਾ ਕੇ ਉੱਠਿਆ? ਕੀ ਹੋਣਾ, ਉੱਥੇ ਬੋਲ ਵੀ ਨਹੀਂ ਹੋਇਆ ਤੇਰੇ ਤੋਂ ਕੁਛ। ਓਏ ਜਦ ਮੰਮੀ ਨੇ ਕਹਿਤਾ ਵੀ ਮੈਂ ਇਹਨੂੰ ਨਾਲ ਲੈ ਜਾਇਆ ਕਰੂੰਗੀ, ਫਿਰ ਤੂੰ ਉਹ ਆਪਣੇ ਗੁੱਸੇ 'ਚ ਦਿਖਾਈ ਜਾਂਦੀ ਹੈ। ਦੇਖ ਲੂੰ ਤੈਨੂੰ ਲਿਜਾਂਦੇ ਨੂੰ ਇੱਥੇ ਪੀ ਕੇ ਪੈ ਜਾ ਕਰੇਗਾ, ਤੂੰ ਵੀ ਘੱਟ ਨਹੀਂ ਹੈਗਾ। ਕੀ ਘੱਟ ਨਹੀਂ ਹੈਗਾ, ਜਦ ਹੁਣ ਸਾਰਾ ਕੁਛ ਉਹਨਾਂ ਨੇ ਕਹਿਤਿਆ ਵੀ ਭਾਈ ਚਲੇ ਜਾਈ ਅੱਗੇ ਨੂੰ ਨਾਲ, ਹੈ ਮੂੰਹ ਬਣਾ ਕੇ ਉੱਠ ਕੇ ਤੁਰਿਆ ਜੀ, ਮੰਮੀ ਦੀ ਸੁਣੀ ਹੈ ਕੋਈ ਗਲਤ? ਮੰਮੀ ਵੀ ਤਾਂ ਚਲਾਕ ਬਣਦੀ ਆ ਆਪਣੇ ਆਪ ਨੂੰ। ਉਹ ਮੰਮੀ ਕੋਈ ਚਲਾਕ ਨਹੀਂ ਹੈਗੀ, ਤੈਨੂੰ ਇਹ ਵਹਿਮ ਹੋਈ ਜਾਂਦਾ। ਨਾ ਮੈਨੂੰ ਵਹਿਮ ਨਹੀਂ, ਵਹਿਮ ਤਾਂ ਇਹ ਤੈਨੂੰ ਹੋਣਾ ਚਾਹੀਦਾ। ਆ ਦੇਖਿਆ ਸੀ ਆਪਾਂ ਬੈਠੇ ਦੀ ਜਾਂ ਪੈਸੇ ਦੀ ਗੱਲ ਹੋਈ, ਪਹਿਲਾਂ ਤਾਂ ਕਹਿੰਦੇ ਅਖੇ 20 ਰੁਪਏ ਦਾ ਜੂਸ, 40 ਰੁਪਏ ਦਾ ਗਲਾਸ ਹੋ ਗਿਆ। ਹੁਣ ਫਿਰ ਦੇਖ ਲਾ ਜਾਂ ਪੈਸਿਆਂ ਦੀ ਗੱਲ ਹੋਈ, ਉਹ ਲੈ ਕੇ ਸੁਰਕਣੀ ਜੀ ਉਹਨੂੰ ਜਦੇ ਤੁਰਪੀ, ਮਿੰਨੇ ਨੇ ਉਹ ਮਿੱਠੇ ਬਣ ਕੇ ਸਾਰਾ ਕੁਛ ਖਾ ਲੈਣਾ ਮੰਮੀ ਕੋਲ ਉਹਨਾਂ ਨੇ। ਉਹ ਪਰ ਕੋਈ ਗੱਲ ਸਕੀਮ ਨਾਲ ਵੀ ਤਾਂ ਕਰੀ ਜਾ ਸਕਦੀ ਹੈ, ਭੜਕ ਕੇ ਨਹੀਂ ਹੁੰਦਾ ਇਹ ਕੰਮ। ਤੂੰ ਸਕੀਮਾਂ ਹੀ ਲਾਈ ਜਾਈ, ਜਾਨੂੰ ਸਕੀਮਾਂ ਲਾਏਗਾ ਜਾਨੂੰ ਉਹਨੇ ਸਾਰਾ ਕੁਛ ਸਾਫ਼ ਕਰ ਦੇਣਾ, ਆਪਣੇ ਨੌ ਕਰਾ ਲੈਣਾ, ਕਢਾ ਲੈਣੇ ਨੇ ਜਿਹੜੇ ਪੈਸੇ ਹੈਗੇ ਨੇ, ਫਿਰ ਸਾਂਭੀ ਜਾਈਏ ਇੱਥੇ ਬੁੜੀ ਨੂੰ ਬੈਠਾ। ਚੱਲ ਠੀਕ ਹੈ, ਜੇ ਮੈਂ ਸਕੀਮਾਂ ਲਾਉਂਦਾ ਨਾ ਨਹੀਂ ਲੱਗੀ, ਤੂੰ ਲਾ ਲਈ ਸਕੀਮਾਂ ਜਿਹੜੀਆਂ ਲਾਉਣੀਆਂ। ਚੱਲ ਠੀਕ ਆ, ਮੇਰੇ ਤੋਂ ਨਹੀਂ ਤੇਰੇ ਨਾਲ ਇੰਨਾ ਬੋਲ ਹੁੰਦਾ ਹੈਗਾ। ਬੋਲ ਨਹੀਂ ਹੁੰਦਾ ਹੈ, ਪਤਾ ਨਹੀਂ ਕੀ ਖਾਂਦੀ ਹੈ ਯਾਰ, ਬੈਡ 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 ਕਰੀ ਹੋ ਜਾਂਦੀ ਹੈ, ਹੈ ਲਾ ਨਹੀਂ ਹੁੰਦੀਆਂ ਸਕੀਮਾਂ ਇਹ 'ਤੇ। ਬਸ ਭਾਬੀ ਤੁਹਾਨੂੰ ਵੀ ਵਹਿਮ ਹੋਇਆ ਵਾਗਾ, ਗੱਲ ਕਿਆ ਤੀ, ਗੱਲ ਕੀ ਕਰੀ ਜਾਂਦੀ ਹੈਗੀ। ਉਹ ਗੱਲ ਤਾਂ ਸੁਣ, ਤੂੰ ਹੁਣ ਅੰਦਰ ਲੈ ਕੇ ਆਈ ਹੈ, ਕਾਹਤੇ ਲੈ ਕੇ ਆਈ ਹੈ? ਮੈਂ ਕੀ ਦੱਸਾਂ ਜੀ, ਤੁਹਾਨੂੰ ਨਹੀਂ ਪਤਾ ਹੈਗਾ ਬਾਰੇ ਕੀ ਗੱਲਾਂ ਹੋ ਰਹੀਆਂ ਸੀ। ਗੱਲ ਤਾਂ ਮੈਨੂੰ ਵੀ ਪਤਾ ਹੁਣ ਕੀ ਹੁੰਦੀ ਹੈਗੀ, ਹੈਂ ਹੁਣ ਮੇਰੀ ਸੁਣ ਗੱਲ, ਜੇ ਉੱਥੇ ਮੈਂ ਕੁਛ ਬੋਲਦਾ ਤਾਂ ਗੱਲ ਵੱਧਦੀ, ਲੜਾਈ ਹੁੰਦੀ, ਨਾਲੇ ਚੱਲ ਮਾਂ ਆਪਣੇ ਨਾਲ ਹੈਗੀ, ਮਾਂ ਆਪਣੀ ਤਾਂ ਕਹਿ ਰਹੀ ਤੀ, ਆਪਾਂ ਨੂੰ ਕਿਆ ਫਿਕਰ ਹੈ ਫਿਰ? ਮਾਂ ਤਾਂ ਕਹਿ ਰਹੀ ਤੀ, ਉਹ ਦੇਖ ਲੈ ਵੱਡੀ ਕਿਵੇਂ ਕਰਦੀ ਤੀ, ਅਕੇ ਜੀ ਇਹਨੂੰ ਵੀ ਲੈ ਜਾ ਕਰ, ਕਿ ਅਸੀਂ ਮਾਂ ਤੂੰ ਹੀ ਪੈਸੇ ਖਾਂਦੇ ਹਾਂ, ਕਮਾਲ ਕਰਦੇ ਹਾਂ ਜਮੀ ਇਹ। ਓਹੋ ਜਿਹੋ ਜੀ ਭਾਬੀ ਦੀ ਸੋਚ ਹੈ, ਭਾਬੀ ਉਹੋ ਜਿਹੀ ਬੋਲ ਗਈ, ਹੁਣ ਤੂੰ ਉੱਥੇ ਅਕਲ ਵਾਲੀ ਤੀ, ਚੱਲ ਤੂੰ ਬੋਲੀ ਨਹੀਂ ਕੁਛ, ਤਾਂ ਮੈਨੂੰ ਠਾਲ ਕੇ ਲਿਆਂਦਾ, ਪਤਾ ਚੱਕਰ ਕੀ ਹੈ? ਭਾਬੀ ਦਾ ਹਾਲ ਸ਼ੁਰੂ ਤੋਂ ਆਹੀ ਹੈ, ਨਾ ਤਾਂ ਭਾਬੀ ਨੂੰ ਇਕੱਲੀ ਨੂੰ ਟਾਈਮ ਕੱਟਣ ਆਇਆ, ਨਾ ਹੁਣ ਤੇਰੇ ਨਾਲ ਕੱਟ ਰਹੀ ਹੈਗੀ। ਬਸ ਫਿਰ ਮੈਂ ਬੁੜਬੁੜ ਜੀ ਨਹੀਂ ਉਹਨਾਂ ਤੋਂ ਸੁਣਨੀ ਹੈਗੀ, ਤਾਂ ਹੀ ਮੈਂ ਤੁਹਾਨੂੰ ਲੈ ਕੇ ਅੰਦਰ ਆ ਗਈ ਤੀ, ਮਾਂ ਮੇਰੇ ਤੋਂ ਇੱਥੇ ਕੁਛ ਬੋਲ ਹੋ ਜੂਗਾ ਫਿਰ ਵਾਧਾ ਵੱਧ ਜਾਂਦਾ। ਯਾਰ ਪਤਾ ਕਿਆ ਚੱਕਰ ਹੈ, ਗਲਤੀ ਬਾਈ ਵੀ ਨਹੀਂ ਹੈਗੀ ਹੈ, ਪਹਿਲਾਂ ਇੱਕ ਦੋ ਵਾਰ ਨਾ ਆਹੀ ਗੱਲ ਪਹਿਲਾਂ ਵੀ ਹੋਈ ਤੀ ਇੱਕ ਵਜੇ, ਨਾਲੇ ਦਾਰੂ ਵੀ ਕਿਤੇ ਪਿਆ ਰਹਿੰਦਾ ਉਹ। ਮੈਂ ਉਹੀ ਤਾਂ ਤੈਨੂੰ ਗੱਲ ਕਹਿਣ ਲੱਗਿਆ, ਆਹ ਗੱਲ ਤੇਰੇ ਵਿਆਹ 'ਤੇ ਆਪਣੇ ਵਿਆਹ 'ਤੇ ਪਹਿਲਾਂ ਵੀ ਹੋਈ ਤੀ, ਅਸੀਂ ਮੈਂ ਜਾਂਦਾ ਤਾਂ ਇਹਨਾਂ ਨੂੰ ਫਰਕ ਪੈਣ ਲੱਗ ਗਿਆ ਵੀ ਗੁਰਿੰਦਰ ਜਾਂਦਾ, ਮੈਂ ਬਾਈ ਭੇਜਦਾ, ਉੱਥੇ ਜਾ ਕੇ ਲੜ ਪਿਆ ਸਕਿਉਰਿਟੀ ਗਾਰਡ ਨਾਲ, ਹੁਣ ਅਗਲਾ ਐਂਟਰੀ ਕਰਾਊਗਾ ਹੀ ਬਾਈ, ਬੈਂਕ ਚੱਲਿਆ ਕਿਆ ਤੇ ਚੱਲਿਆ, ਸਾਡਾ ਖਾਤਾ ਗਾ ਉਰੇ, ਅਸੀਂ ਖਾਤਾ ਖੁਲਾਇਆ, ਅਸੀਂ ਮਾਲਕ ਹੈ, ਆਇਆਂਗਾ ਉਹ ਬੇਚਾਰਾ ਸਕਿਉਰਿਟੀ ਹੱਥ ਬੰਨੇ, ਹੈਂ ਇਹੋ ਜਿਹੇ ਕੰਮ ਕਰਦਾ। ਮਾਂ ਕਹਿੰਦੀ ਮੈਨੂੰ ਸ਼ਰਮ ਆਉਂਦੀ, ਇਹਦੇ ਲੜ ਪੈਂਦਾ ਬਾਹਰ ਜਾ ਕੇ, ਇੱਕ ਦਾਰੂ ਪੀ ਕੇ ਜਾਂਦਾ ਹਰ ਟਾਈਮ, ਉਹ ਕਹਿੰਦੇ ਵੀ ਦਾਰੂ ਅਲਾਊਡ ਨਹੀਂ ਅੰਦਰ, ਮੇਰਾ ਖਾਤਾ ਕਦੇ ਖਿਲਾਇਆ, ਮੈਂ 10 ਰੁਪਏ ਖਾਤਾ ਕਰ, ਇਹ ਗੱਲਾਂ ਫਿਰ ਚੰਗੀਆਂ ਹੋਣ ਲੱਗਦੀਆਂ ਯਾਰ। ਚਲੋ ਮਾਰੋ ਗੋਲੀ ਭਰਾ, ਮੈਂ ਤਾਂ ਹੀ ਤੁਹਾਨੂੰ ਅੰਦਰ ਠਾਲ ਲਈ। ਚੱਲ ਤੂੰ ਮੇਰੀ ਸੁਣ ਗੱਲ, ਤੂੰ ਨਾ ਇਹ ਗੱਲ 'ਚ ਜਮਾਂ ਨਾ ਪੜੀ, ਮਾਂ ਠੀਕ ਹੈ, ਆਪਾਂ ਠੀਕ ਹੈ, ਬਸ ਠੀਕ ਹੈ, ਬਸ ਠੀਕ ਹੈ, ਮੈਂ ਤਾਂ ਇਹਨਾਂ 'ਚ ਦਾਖਲੇ ਨਹੀਂ ਦਿੰਦੀ। ਨਾਲੇ ਹੋਰ ਹੈ, ਮੈਂ ਕਦੀ ਪੁੱਛਿਆ ਬਾਈ ਨੂੰ ਕਿੰਨੇ ਪੈਸੇ ਉੱਤੇ ਆੜਤੀ ਨੇ, ਕਿੰਨੇ ਕਰੇ ਕਿਆ, ਮੈਂ ਕਦੀ ਇੰਟਰਫੇਅਰ ਕਰਿਆ? ਫਿਰ ਮੈਂ ਤਾਂ ਕਹਿੰਦੀ ਤੁਸੀਂ ਪੁੱਛਿਆ ਕਰੋ, ਉਹ ਤਾਂ ਆਪਦੇ ਪਤਾ ਨਹੀਂ ਕਿੰਨੇ ਕੁ ਜੋੜ ਰਹੇ ਹੋਣੇ ਪੈਸੇ। ਉਹ ਕੋਈ ਨਹੀਂ ਜੋੜਦੇ, ਸਾਰੇ ਖਾਤੇ ਮਾਂ ਦੇ ਖਾਤੇ ਜਾਂਦੇ ਹੈਗੇ, ਨਾਲੇ ਮਾਂ ਦੇ 9 ਜ਼ਮੀਨ ਹੈ, ਐਂ ਹੋਰ ਦੇ ਖਾਤੇ ਮੈਨੂੰ ਪੈਸੇ ਜਾ ਸਕਦੇ, ਜੇ ਫਸਲ ਬਾਈ ਗੇਰਨ ਜਾਂਦਾ ਨਾ ਉਹ ਚੈੱਕ ਮਾਂ ਦੇ ਨਾਂ ਦਾ ਖੜਦਾ, ਕਿਉਂਕਿ ਜ਼ਮੀਨ ਮਾਂ ਦੇ ਨਾਂ ਹੈ, ਇਹ ਨਾ ਟੈਨਸ਼ਨ ਲਏ ਤੂੰ, ਮਾੜਾ ਮੋਟਾ ਉੱਪਰ ਥੱਲੇ ਕਰਦਾ ਉਹ ਕਰੀ ਜਾਣ ਦੇ। ਚਲੋ ਠੀਕ ਆ, ਚੱਲ ਤਾਂ ਹੀ ਲਿਆਈ ਤੀ ਤੁਹਾਨੂੰ ਅੰਦਰ। ਚੱਲ ਮੈਨੂੰ ਹੁਣ ਚੇਂਜ ਕਰ ਲੈਂਦੇ, ਹੁਣ ਛੁੱਟੀ ਤਾਂ ਕਰੇ ਹੋਗੀ ਅੱਜ। ਆਹ ਦੱਸ, ਡਾਕਟਰ ਨੇ ਹੋਰ ਸਿਆਪਾ ਪਾਤਾ, ਕਹਿੰਦਾ ਐਨਕ ਲਾ ਕੇ ਰੱਖ, ਮੈਨੂੰ ਤਾਂ ਔਖੀ ਲੱਗਦੀ ਹੈ, ਦੱਸ ਕੀ ਕਰਾਂ ਹੁਣ ਭਾਈ, ਮੈਂ ਤਾਂ ਲਾ ਹੀ ਦਿੰਦੀ ਹਾਂ, ਕਿਤੇ ਫੁੱਟ ਵੀ ਨਾ ਜਾਵੇ, ਕਿਤੇ ਹੋਰ ਖੋ ਜਾਵੇ। ਕਰਮਜੀਤ ਨੂੰ ਫੜਾਵਾਂ, ਕਰਮਜੀਤ ਨੀ ਕੁੜੀਏ? ਹਾਂ ਮੰਮੀ। ਐਂ ਕਰ ਪੁੱਤ,
ਆ ਮੇਰੀ ਐਨਕ ਸਾਂਭ ਕੇ ਰੱਖ ਭਾਈ, ਮੈਨੂੰ ਤਾਂ ਲਾਉਣੀ ਔਖੀ ਲੱਗਦੀ ਹੈ। ਮੰਮੀ ਲਾ ਲਓ, ਤੁਹਾਨੂੰ ਡਾਕਟਰ ਨੇ ਕਿਹਾ ਹੋਇਆ? ਕਿਹਾ ਤਾਂ ਹੈਗਾ ਪੁੱਤ, ਮੇਰਾ ਤਾਂ ਸਿਰ ਘੁੰਮਣ ਲੱਗਿਆ ਪਿਆ, ਫੇਰ ਲਾ ਲੂੰਗੀ ਭਾਈ। ਚੱਲ ਲਾ ਲਿਓ ਫਿਰ, ਹੈ ਨਾ, ਯਾਦ ਕਰਕੇ। ਤੂੰ ਸੰਭਾਲ ਕੇ ਰੱਖ ਲੈ, ਤਾਂ ਹੀ ਫੜਾਈ ਆ ਤੈਨੂੰ, ਮਹਾਂ ਕਿਤੇ ਮੇਰੇ ਤੋਂ ਫੁੱਟ ਫੱਟ ਜਾਵੇ। ਠੀਕ ਹੈ ਮੰਮੀ। ਪਤਾ ਨੀ ਕੀ ਸਾਂਭ ਗਈ। ਅੱਛਾ, ਮਨਦੀਪ ਤਾਂ ਕੁਛ ਸਾਂਭ ਹੀ ਨਹੀਂ ਸਕਦੀ ਹੈਗੀ, ਕਰਮਜੀਤ ਸਾਰਾ ਕੁਛ ਸਾਂਭ ਕੇ ਰੱਖੂਗੀ। ਮੈਂ ਦੇਖਦੀ ਹਾਂ ਕੀ ਰੱਖ ਕੇ ਗਈ ਹੈ ਉਰੇ, ਉਹਦਾ ਸਾਂਭ ਕੇ। ਲੈ ਐਨਕ, ਐਨਕ ਵੀ ਕਰਮਜੀਤ ਸਾਂਭੂ, ਪੈਸਾ ਵੀ ਕਰਮਜੀਤ ਸਾਂਭੂ, ਇਹਨੂੰ ਤਾਂ ਮੈਂ ਦਿਖਾਉਂਦੀ ਹਾਂ ਤਾਰੇ ਲੁਕਾਉਂਦੀ ਹਾਂ ਬੁੜੀ ਦੀ, ਆ ਐਨਕ ਜੀ ਵੀ ਉਰੇ ਲੁਕੋ ਦਿੰਦੀ ਹਾਂ, ਪਰ ਉਰੇ ਉਰੇ ਤਾਂ ਉਹਨੇ ਦੇਖ ਲੈਣੀ ਆ। ਐਂ ਕਰਦੀ ਹਾਂ, ਮੈਂ ਆਪਣੇ ਕਮਰੇ 'ਚ ਰੱਖ ਦਿੰਦੀ ਹਾਂ ਲੁਕੋ ਕੇ, ਫਿਰ ਦਵੇ ਆਪਣੀ ਲਾਡਲੀ ਸੱਸ ਨੂੰ, ਕਿੱਥੋਂ ਲੱਭ ਕੇ ਦਊ ਐਨਕ। ਦੱਸੋ, ਇੰਨੀ ਗਰਮੀ ਵੀ ਨਹੀਂ ਹੈਗੀ ਅੱਜ ਤਾਂ, ਪਤਾ ਨਹੀਂ ਕਾਹਤੋਂ ਸਿਰ ਦੁੱਖਣ ਲੱਗ ਗਿਆ। ਪਤਾ ਨਹੀਂ ਇਹੀ ਹੋ ਗਿਆ ਵੀ ਐਨਕ ਲਾ, ਡਾਕਟਰ ਦੀ ਗੱਲ ਚੰਗੀ ਹੋ ਗਈ ਫਿਰ ਤਾਂ, ਸੱਚੀ ਉਹ ਬੋਲਦਾ ਤੇ ਵੀ ਐਨਕ ਲਾ ਕੇ ਰੱਖੇ, ਸਿਰ ਨਹੀਂ ਦੁੱਖੂਗਾ, ਲਾਉਣੀਆਂ ਪੈਣੀਆਂ ਮੈਨੂੰ ਲੱਗਦਾ। ਪਤਾ ਨਹੀਂ ਕਿੱਥੇ ਗਈ ਕਰਮਜੀਤ, ਪੁੱਤ ਮੇਰੀ ਐਨਕ ਫੜਾ, ਮੇਰਾ ਤਾਂ ਸਿਰ ਬਹੁਤ ਜ਼ਿਆਦਾ ਦੁੱਖਣ ਲੱਗ ਗਿਆ। ਉਰੇ ਰੱਖੀ ਤੇ ਗਿਰ ਗੁਰ ਤਾਂ ਨੀ ਗਈ ਕਿਤੇ? ਨਾ ਗਿਰੀ ਵੀ ਨੀ ਹੈਗੀ, ਹੈ ਕਿੱਥੇ ਗਈ? ਦੀਦੀ 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 ਖੜੇ ਤੇ ਹਨ, ਦੀਦੀ ਕੋਈ ਕੰਮ ਕੁੰਮ ਕਰਦੀ ਹੋਣੀ ਮੈਨੂੰ ਦੱਸ, ਮੇਰਾ ਤਾਂ ਜਾਨ ਨਿਕਲਦੀ ਜਾਂਦੀ, ਇੰਨਾ ਸਿਰ ਦੁਖਦਾ। ਮੰਮੀ ਐਨਕੀ ਨੀ ਲੱਭ ਰਹੀ, ਦੇਖੀ ਮੈਂ ਤਾਂ ਫਰਿੱਜ ਤੇ ਰੱਖੀ ਤੀ, ਮੰਨ ਲੈ ਦੀਦੀ ਨੂੰ ਪੁੱਛਦੀ ਹੈਗੀ ਕੀ ਹੋਇਆ, ਕਰਮਜੀਤ ਦੀ ਧੱਕਾ ਮਾਰਦੀ ਆ। ਲੈ ਦੱਸੋ ਮੰਮੀ ਦੀ ਐਨਕ ਨੀ ਲੱਭ ਰਹੀ ਹੈਗੀ ਮੈਨੂੰ, ਇੰਨਾ ਦਾ ਕੰਮ ਨਹੀਂ ਹੈਗਾ ਪੁੱਤ, ਕਿੱਥੇ ਰੱਖਤੀ ਐਨਕ, ਜਾਂ ਦੇਖ ਕੇ ਲੱਭ ਕੇ। ਡਾਕਟਰ ਨੇ ਤਾਂ ਕਿਹਾ ਸੀ, ਕਹਿੰਦਾ ਮਾਤਾ ਜੀ 24 ਘੰਟੇ ਲਾ ਕੇ ਰੱਖਿਓ ਐਨਕ ਆਪਣੀ। ਹਾਏ ਹਾਏ, ਤੁਸੀਂ ਮੰਮੀ ਕਿੱਥੇ ਰੱਖੀ ਤੀ ਐਨਕ? ਦੀਦੀ ਤੁਸੀਂ ਵੀ ਤਾਂ ਰਸੋਈ ਚ ਖੜੇ ਤੇ, ਮੈਂ ਫਰਿੱਜ ਤੇ ਰੱਖੀ ਤੀ ਹਨਾ, ਇਹਨੂੰ ਫੜਾਈ ਤੀ ਬਸ, ਨਹੀਂ ਪਤਾ ਹੈਗਾ ਇਹਦਾ ਹੀ ਨਹੀਂ, ਬਹੁਤੀ ਕੰਮੀ ਦਾ ਹੈਗਾ, ਟਾਈਮ ਲੱਗਦਾ ਵੀ ਮੈਂ ਕੋਈ ਚੀਜ਼ ਸਾਂਭ ਕੇ ਰੱਖਦਾ, ਇੰਨਾ ਤਾਂ ਦੱਸ ਕੰਮ ਵੀ ਨਹੀਂ ਹੈਗਾ ਘਰ 'ਚ। ਪੁੱਤ ਲੱਭ ਕੇ ਲੈ ਕੇ ਹੁਣ, ਐਂ ਨਹੀਂ ਬਹਿ ਕੇ ਸਰਨਾ, ਮੇਰੀ ਤਾਂ ਜਾਨ ਨਿਕਲ ਜਾਂਦੀ ਆ ਸਿਰ ਦੁਖਣ ਨਾਲ। ਤੁਸੀਂ ਦੇਖੀਏ ਦੀਦੀ ਕਿਤੇ? ਮੈਂ ਤਾਂ ਦੇਖੀ ਨਹੀਂ ਕਰਮਜੀਤ, ਜਿੱਥੇ ਰੱਖੀ ਹੋਣੀ ਆ ਦੇਖ ਲਿਆ। ਮੰਮੀ ਜ਼ਿਆਦਾ ਦੁਖਦਾ ਸਿਰ ਤੁਹਾਡਾ? ਬਹੁਤ ਸਿਰ ਦੁਖਦਾ ਮੇਰਾ ਤਾਂ, ਮੈਂ ਤਾਂ ਜਾਨ ਨਿਕਲ ਜਾਂਦੀ ਆ ਮੇਰੇ ਕੋਲ ਤਾਂ ਖੜੇ ਸੀ ਉੱਥੇ ਰਸੋਈ 'ਚ। ਕਰਮਜੀਤ ਤੂੰ ਮੈਨੂੰ ਵਾਰ-ਵਾਰ ਕਹੀ ਜਾਂਦੀ, ਮੈਂ ਤਾਂ ਤੈਨੂੰ ਦੇਖਿਆ ਵੀ ਨਹੀਂ ਹੈਗਾ। ਪੁੱਤ ਦੁਬਾਰੇ ਦੇਖ ਲੈ, ਦੱਸ ਮੰਮੀ ਦਾ ਇੰਨਾ ਬੁਰਾ ਹਾਲ ਆ, ਸੰਭਾਲ ਰੱਖ ਲੈ ਕਰਮ ਸਿੰਘ ਦੀ। ਚੱਲ ਕੋਈ ਨਾ ਮੰਮੀ, ਜਗਰੂਪ ਲੈ ਆਉਂਦੇ ਦੇ ਕੇ, ਵੈਸੇ ਮੈਂ ਤਾਂ ਨਾ ਫਰਿੱਜ ਤੇ ਰੱਖੀ ਤੀ, ਮੈਂ ਤਾਂ ਤੈਨੂੰ ਤਾਂ ਹੀ ਫੜਾਈ ਤੀ, ਮੈਂ ਕਿਹਾ ਤੂੰ ਸੰਭਾਲ ਕੇ ਰੱਖ ਦੇਂਗੀ, ਕਿਤੇ ਹੋਰ ਨੁਕਸਾਨ ਹੋ ਜਾਵੇ ਮੇਰੇ ਤੋਂ ਫੁੱਟ ਜਾਵੇ। ਪਰ ਭਾਈ ਤੁਸੀਂ ਤਾਂ ਪਤਾ ਨਹੀਂ ਕਿਵੇਂ ਕੰਮ ਕਰਦੀ ਹੋ, ਧਿਆਨ ਨਾਲ ਨਹੀਂ ਕੋਈ ਕੰਮ ਕਰਦੀ। ਮੰਮੀ ਤੂੰ ਮੈਨੂੰ ਫੜਾਈ ਹੁੰਦੀ, ਮੈਂ ਸਾਂਭ ਕੇ ਰੱਖਦੀ, ਤੁਸੀਂ ਦੋਨਾਂ ਦਾ ਨੋ ਨਾ ਲਓ। ਮੈਂ ਸਾਰੇ ਫਰਿੱਜ ਫੁੱਜ ਦੇ ਮਗਰ ਦੇਖੇ ਆ, ਕਿੱਥੇ ਰੱਖੀ ਸੀ ਤੁਸੀਂ? ਮੈਂ ਤਾਂ ਨਾ ਫਰਿੱਜ ਤੇ ਰੱਖੀ ਤੀ, ਮੇਰੇ ਯਾਦ ਹੈ, ਮੈਨੂੰ ਗਈ ਨਹੀਂ ਹੈਗੀ, ਭੁੱਲ ਗਈ ਹੋਣੀ ਕਿਤੇ ਰੱਖ ਕੇ। ਕਿਆ ਮਜ਼ਬਲ ਆਇਆ ਹਾਂ ਹੋਣਾ ਕੀ ਹੈ ਵੀਰੇ, ਮੰਮੀ ਨੇ ਕਿਤੇ ਭਾਬੀ ਨੂੰ ਐਨਕ ਫੜਾਤੀ, ਭਾਬੀ ਨੇ ਕਿਤੇ ਰੱਖਤੀ, ਉਹ ਰੱਖ ਕੇ ਭੁੱਲ ਗਏ, ਉਹ ਹੁਣ ਭਾਬੀ ਗੁੱਸਾ ਕਰੀ ਜਾਂਦੇ ਨੇ ਕਿ ਮੰਮੀ ਨੂੰ ਐਨਕ ਨਹੀਂ ਲੱਭਦੀ ਹੈਗੀ। ਓਹੋ ਕਰਮਜੀਤ, ਉਹ ਤੇਰੇ ਦਿਮਾਗ ਨੂੰ ਕੀ ਹੋ ਗਿਆ, ਤੂੰ ਭੁੱਲ ਗਈ?
ਤੈਂ ਫਰਿੱਜ ਚੋਂ ਚੱਕ ਕੇ ਮੰਨੂ ਫੜਾਈ ਸੀ ਐਨਕ ਚੱਕੀ ਫਰਿੱਜ ਤੋਂ ਤੂੰ ਕਹਿੰਦੀ ਕਹਿੰਦੀ ਮੈਂ ਤਾਂ ਭੁਲੱਕੜ ਹੈ ਐਨਕ ਹੈ ਮੰਮੀ ਦੀ ਤੁਸੀਂ ਸਾਂਭ ਕੇ ਰੱਖ ਲਓ ਮੈਂ ਅੰਦਰ ਰੱਖ ਲਈ ਕੱਢੀ ਗੱਲ ਹੈਗੀ ਲੈ ਬੇਪੁੱਤ ਗੱਲਾਂ ਫੇਰ ਕਰ ਲਿਓ ਐਨਕ ਲਿਆ ਦੇ ਫਿਰ ਮੈਨੂੰ ਨਾਲ ਹੀ ਕੋਈ ਗੋਲੀ ਦੇ ਦੋ ਮੈਨੂੰ ਮੇਰੇ ਤਾਂ ਸਿਰ ਓ ਯਾਰੇ ਬਾਈ ਮੰਮੀ ਮੈਂ ਲੈ ਕੇ ਆਉਂਦਾ ਫੜ ਜੋ ਫੜ ਦੇ ਮੈਂ ਲੈ ਕੇ ਉਹੀ ਧੱਕੇ ਦੀ ਓਏ ਮੰਮੀ ਤੁਸੀਂ ਐਨਕ ਆਪਣੀ ਕੋਲ ਹੀ ਰੱਖਿਆ ਕਰੋ ਐਵੇਂ ਬਸ ਘਰ ਦੇ ਵਿੱਚ ਰੌਲਾ ਪਿਆ ਐਨਕ ਪਿੱਛੇ ਬੇਪੁੱਤ ਬਖਾ ਕਰਮਜੀਤ ਸਾਹਮਣੇ ਦੀ ਆ ਚੱਲ ਮੈਂ ਭੁੱਲ ਜੰਨੀ ਆ ਲੈ ਤਾਂ ਫੜਾਦੀ ਮੈਂ ਤਾਂ ਆ ਐਨਕ ਤੁਹਾਡੀ ਆਪਣੋ ਲੈ ਮਿਲ ਗਈ ਡਾਕਟਰ ਨੇ ਬੋਲਿਆ ਪੁੱਤ ਕਹਿੰਦਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਲਾ ਕੇ ਰੱਖਿਓ ਮੈਂ ਤਾਂ ਐਨਕ ਤੂੰ ਨਾ ਬਦਾਮ ਬਦੂਮ ਖਾਇਆ ਕਰ ਤੂੰ ਆਪ ਮੈਨੂੰ ਐਨਕ ਫੜਾਏ ਕਹਿੰਦੇ ਕਹਿੰਦੇ ਜੀ ਮੈਂ ਭੁੱਲ ਜੂੰਗੀ ਤੁਸੀਂ ਐਨਕ ਰੱਖ ਦੋ ਸਾਂਭ ਕੇ ਚੱਲ ਕੋਈ ਨਾ ਪੁੱਤ ਭੁੱਲ ਗਈ ਤੂੰ ਭੁੱਲ ਗਈ ਭਾਈ ਅੱਗੇ ਤੋਂ ਗੌਰ ਕਰ ਲਿਆ ਕਰ ਕੰਮ ਦੀ ਐ ਨਾ ਕਰਿਆ ਕਰ ਬੇਗੌਰੀ ਚੱਲ ਕੋਈ ਨੀ ਭਾਬੀ ਤੁਸੀਂ ਵੀ ਠੀਕ ਹੈ ਤੁਹਾਨੂੰ ਵੀ ਫਿਕਰ ਹੈ ਮੰਮੀ ਤਾਂ ਹੀ ਤੁਸੀਂ ਬੋਲੇ ਕੋਈ ਨੀ ਵੱਡੀ ਹੈਗੀ ਭੈਣ ਹੈ ਕੁਛ ਕੁਛ ਨੀ ਹੁੰਦਾ ਠੀਕ ਹੈ ਚਲ ਆ ਜਾ ਹਾਂ ਬਣਾ ਕੇ ਦੇ ਦੇ ਪੁੱਤ ਚਾਹ ਚੂ ਬਸ ਕਰਮਜੀਤ ਮੈਂ ਵੀ ਤੈਨੂੰ ਗੁੱਸੇ ਚ ਦੋ ਚਾਰ ਗੱਲਾਂ ਬੋਲ ਗਈ ਪਾਸਪੋਰਟ ਆ ਗਿਆ ਉਹਨੂੰ ਰੱਖ ਸਾਂਭ ਕੇ ਆਜਾ ਮਾੜਾ ਜਿਹਾ ਹੁਣ ਨਾ ਭੁੱਲ ਜੀ ਕਰਕੇ ਰੱਖਦੀ ਪੁੱਤ ਮਨਦੀਪ ਮੇਰੇ ਤਾਂ ਸਿਰ ਦੁੱਖਣ ਨਾਲ ਜਾਨ ਨਿਕਲਦੀ ਜਾਵੇ ਮੈਨੂੰ ਤਾਂ ਕੁਛ ਅੱਖਾਂ ਤੋਂ ਨਾ ਦਿਖੇ ਵੀ ਇਹ ਕੀ ਹੋ ਰਿਹਾ ਇੰਨਾ ਸ਼ੁਕਰ ਕਰ ਆ ਗਿਆ ਮੁੰਡਾ ਐਨਕ ਮਿਲ ਗਈ ਖਬਰਾਂ ਹੁਣ ਰਾਹਤ ਹੀ ਮਿਲ ਗਈ ਚੱਲ ਠੀਕ ਆ ਮੰਮੀ ਤੂੰ ਪੈ ਲਾ ਹੁਣ ਥੋੜ੍ਹੀ ਦੇਰ ਪੈਣੀ ਆ ਪੁੱਤ ਮੈਂ ਤਾਂ ਥੋੜ੍ਹੀ ਜਿਹੀ ਦੇਰ ਇਹਨੂੰ ਕਿੱਥੋਂ ਮਿਲ ਗਈ ਐਨਕ ਐਨਕ ਤਾਂ ਮਿਲ ਕੋਈ ਹੋਈ ਤੀ ਕੱਪੜਿਆਂ 'ਚ ਦੇਖਾਂ ਕਿਤੇ ਮਿਲ ਗਈ ਚੱਲ ਐਨਕ ਦੇਖਾਂ ਤਾਂ ਕਿਤੇ ਉਰੋਂ ਤਾਂ ਨਹੀਂ ਕੱਢ ਕੇ ਲੈ ਗਿਆ ਹੈ ਐਨਕ ਤਾਂ ਉਰੀ ਪਈ ਆ ਫਿਰ ਉਹ ਐਨਕ ਲੈ ਕਿੱਥੋਂ ਆਇਆ ਮੈਨੂੰ ਲੱਗਦਾ ਉਹਦੇ ਕੋਲ ਹੋਊਗੀ ਉਹ ਸਮਝ ਗਿਆ ਮੇਰੀ ਸਕੀਮ ਨੂੰ ਚੱਲ ਕੋਈ ਗੱਲ ਨਹੀਂ ਆਹ ਵਾਰ ਬਚਾ ਲਿਆ ਗਾਹਾਂ ਨੂੰ ਤਾਂ ਨਹੀਂ ਬਚਾ ਲੂੰ ਕੋਈ ਹੋਰ ਚੱਕਰ 'ਚ ਫਸਾ ਲੂੰਗੀ ਇਹਨੂੰ ਮੈਂ ਲੈ ਮੌਸਮ ਕਿੰਨਾ ਘੈਂਟ ਹੋ ਗਿਆ ਮੀਂਹ ਵੀ ਆ ਗਿਆ ਹੈ ਚੱਲ ਵਧੀਆ ਅੱਜ ਕਹਿੰਦਾ ਕਰ ਜੀ ਪਕੌੜੇ ਬਣਾ ਲੈ ਆ ਤਾਂ ਆਏ ਗਈ ਹੈ ਕਰਮਜੀਤ ਦੇਖੀ ਮੌਸਮ ਕਿੰਨਾ ਘੈਂਟ ਹੈ ਪਕੌੜੇ ਬਣਾ ਲੈ ਅੱਜ ਉਹ ਤਾਂ ਠੀਕ ਹੈ ਜੀ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਐਨਕ ਤੁਹਾਨੂੰ ਕਿੱਥੋਂ ਮਿਲ ਗਈ ਮੈਂ ਤੁਹਾਨੂੰ ਕਦੋਂ ਫੜਾਈ ਹੈ ਐਨਕ ਤੂੰ ਕਿੱਥੇ ਰੱਖੀ ਸੀ ਮੇਰੇ ਯਾਦ ਹੈ ਮੈਂ ਫਰਿੱਜ 'ਤੇ ਰੱਖੀ ਤੀ ਅੱਛਾ ਫਿਰ ਦੁਬਾਰੇ ਚੱਕੀ ਕਿੱਥੋਂ ਹੈ ਉਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਫਰਿੱਜ 'ਤੇ ਦੇਖੀ ਮੈਂ ਫਰਿੱਜ 'ਤੇ ਹੈ ਹੀ ਨਹੀਂ ਹਾਂ ਤੂੰ ਫਿਰ ਮੈਨੂੰ ਫੜਾਤੀ ਮੈਂ ਤੁਹਾਨੂੰ ਕਦੋਂ ਫੜਾਈ ਹੈ ਫੇਰ ਉਹੀ ਗੱਲ ਮੈਨੂੰ ਫੜਾਤੀ ਇੰਨੀ ਭੁਲੱਕੜ ਵੀ ਨਹੀਂ ਹੈਗੀ ਮੈਂ ਸੁਣ ਮੇਰੀ ਗੱਲ ਤੂੰ ਰੱਖੀ ਫਰਿੱਜ 'ਤੇ ਜਦ ਤੂੰ ਫਰਿੱਜ 'ਤੇ ਰੱਖੀ ਤੇਰੇ ਕੋਲ ਕੌਣ ਸੀ ਉੱਥੇ ਦੀਦੀ ਰਸੋਈ 'ਚ ਕੰਮ ਕਰ ਰਹੇ ਤੇ ਹੋਰ ਤਾਂ ਕੋਈ ਹੈ ਨਹੀਂ ਹੋਰ ਕੋਈ ਹੈ ਨਹੀਂ ਤਾਂ ਤੂੰ ਐਨਕ ਰੱਖ ਕੇ ਅੰਦਰ ਲੰਘੀ ਹੋਣੀ ਭਾਬੀ ਨੇ ਐਨਕ ਚੱਕੀ ਆਪਣੇ ਕਮਰੇ 'ਚ ਲੈ ਗਈ ਤੈਨੂੰ ਮਾੜਾ ਦਿਖਾਉਣ ਖਾਤਰ ਅੱਛਾ ਸਮਝ ਲੱਗੀ ਤਾਂ ਮੈਂ ਸੋਚਿਆ ਹੀ ਨਹੀਂ ਹੈਗਾ ਆਏਗਾ ਤੇ ਕਰਦੇ ਦੀਦੀ ਮੇਰੇ ਨਾਲ ਓਹੋ ਇਹ ਸ਼ੁਰੂ ਤੇ ਕੰਮ ਹੈ ਉਹਨਾਂ ਦਾ ਇਹ ਧਰਮ ਹੈ ਉਹਨਾਂ ਦਾ ਉਹਨਾਂ ਨੇ ਇਹ ਕੰਮ ਕਰਨੇ ਹੀ ਕਰਨੇ ਹੈ ਉਹ ਹਰਕਤਾਂ ਦੇ ਬਾਅਦ ਨਹੀਂ ਆ ਸਕਦੀ ਹੁਣ ਜੇ ਉੱਤੇ ਤੂੰ ਲੜ ਪੈਂਦੀ ਮੈਂ ਲੜ ਪੈਂਦਾ ਗੱਲ ਕੋਈ ਫਾਇਦਾ ਥਾ ਮੇਰੇ ਦਿਮਾਗ 'ਚ ਆ ਗਈ ਐਨਕ ਤੇ ਇੱਕ ਹੋਰ ਪਈ ਹੈਗੀ ਅੱਛਾ ਇਹ ਦੂਜੀ ਐਨਕ ਉਹ ਦੂਜੀ ਐਨਕ ਹੈ ਐਨਕ ਦੇ ਤਿੰਨ ਪੰਜਾਂ ਨੇ ਇੱਕ ਹੋਰ ਹੈ ਉਹ ਡੰਡਾ ਟੁੱਟਿਆ ਮੜ ਜਾ ਉਸਕਾ ਐਨਕ ਤਿੰਨ ਨੇ ਮੈਂ ਚਾ ਕੇ ਦੂਜੀ ਸਾਹਮਣੇ ਕਰਤੀ ਹੁਣ ਭਾਬੀ ਹੈਰਾਨ ਹੋਣੀ ਵੀ ਹੈ ਐਨਕ ਮੇਰੀ ਕੋਲ ਤੀ ਇਹ ਕਿੱਥੇ ਤੇ ਆ ਗਈ ਸੋਚੀ ਜਾਣ ਦੇ ਤੂੰ ਤਾਂ ਬਚ ਗਈ ਨਹੀਂ ਤੂੰ ਅੱਜ ਬੁਰੀ ਪੈ ਗਈ ਸੀ ਮੰਮੀ ਮੂਹਰੇ ਹੋਰ ਮੈਨੂੰ ਤਾਂ ਮੰਮੀ ਬੋਲੀ ਗਈ ਮੈਂ ਵੀ ਸੋਚਿਆ ਵੀ ਮੈਂ ਤਾਂ ਐਨਕ ਉੱਥੇ ਰੱਖੀ ਹੈਗੀ ਮੈਨੂੰ ਮੰਮੀ ਕਾਹਤੇ ਬੋਲ ਰਹੇ ਆ
ਚੱਲ ਕੋਈ ਨਾ, ਬੋਲ ਗਏ ਤਾਂ ਬੋਲ ਗਏ, ਗਲਤੀ ਮੇਰੀ ਵੀ ਹੈ, ਮੈਂ ਉੱਥੇ ਰੱਖਤੀ। ਥੋੜ੍ਹਾ ਜਿਹਾ ਅੱਗੇ ਤੋਂ ਦੇਖ ਕੇ ਕੰਮ ਕਰਿਆ ਕਰ, ਥੋੜ੍ਹਾ ਜਿਹਾ ਭਾਬੀ ਤੋਂ ਬਚ ਕੇ। ਪਤਾ ਕਿਆ, ਕਲੇਸ਼ ਹੈ, ਜਿੰਨਾ ਮਰਜ਼ੀ ਵਧਾ ਲੈ। ਉਹ ਤਾਂ ਠੀਕ ਹੈ ਜੀ, ਮੈਨੂੰ ਪਤਾ ਨਹੀਂ ਦੀ ਨਾ ਵੀ ਆਹ ਚਾਲ ਜੀ ਕਰ ਦੋਗੇ, ਖੇਲੀ ਜਾਊਗੀ ਮੇਰੇ ਨਾਲ। ਚਾਲਾਂ ਤੇ ਇਸ ਤੇ ਵੱਡੀਆਂ ਵੱਡੀਆਂ ਖੇਲ ਲੂ। ਪਤਾ ਗੱਲ ਕੀ ਹੈ, ਇਹਨਾਂ ਦੇ ਦਿਲ 'ਚ ਕੀ ਗੱਲ ਹੈ ਵੀ ਗੁਰਿੰਦਰ ਮਾਂ ਨੂੰ ਲੈ ਕੇ ਜਾਂਦਾ, ਗੁਰਿੰਦਰ ਮਾਂ ਤੋਂ ਸਾਰਾ ਕੁਛ ਨਾ ਲਵਾ ਲੂਗਾ। ਯਾਰ ਮੈਂ ਕਿਉਂ ਲਵਾਉਣਾ ਨਾ ਖਬਰਾਂ ਇਹਨਾਂ ਦੇ। ਚਲੋ ਛੱਡੋ ਪਰਾਂ, ਮੌਸਮ ਤਾਂ ਵਧੀਆ ਹੈਗਾ, ਚੱਲ ਮੈਂ ਬਣਾ ਲੈਂਦੀ ਹਾਂ। ਚੱਲ ਤੂੰ ਕਰ ਤਿਆਰ ਹੈ, ਹੋਰ ਕਿਆ, ਮੈਂ ਕਰਦਾ, ਮੈਂ ਹਰੀ ਸੌਸ ਲੈ ਕੇ ਆਉਂਦਾ ਹੋਟਲ ਤੋਂ ਫੜ ਕੇ, ਉਹਦੇ ਨਾਲ ਖਾਵਾਂਗੇ। ਠੀਕ ਹੈ, ਚੱਲ ਜਾ ਜਾ ਬਣਾ ਤੂੰ। ਜਗਰੂਪ ਘਰੇ ਆ, ਇਹਦੇ ਨਾਲ ਕਰਾਂ ਗੱਲ, ਪੁੱਛਾ ਤਾਂ ਸਹੀ ਇਹ ਕੀ ਕਰਦਾ ਜਗਰੂਪ। ਹੈਲੋ, ਹਾਂਜੀ ਹਾਂਜੀ, ਮੈਂ ਨਾ ਤੁਹਾਨੂੰ ਭੇਜੀਆਂ ਸੀ ਫੋਟੋਆਂ, ਦੇਖ ਲੈਂਦੇ ਤੁਸੀਂ। ਆਓ ਚੱਲ ਦੇਖ ਕੇ ਮੈਨੂੰ ਦੱਸ ਦਿਓ, ਆ ਫਿਰ ਡੀਲ ਡਨ ਕਰੀਏ। ਹੋਰ ਠੀਕ ਆ ਵੀ, ਕਦੇ ਮਾਂ ਦੀ ਵੀ ਗੱਲ ਸੁਣ ਲਿਆ ਕਰ। ਮੈਂ ਤਾਂ ਐਂ ਕਹਿੰਦੀ ਹਾਂ ਪੁੱਤ, ਹੁਣ ਤੂੰ ਸਿਆਣਾ ਹੋ ਗਿਆ, ਕਿਸੇ ਕੰਮ ਧੰਦੇ ਨੂੰ ਹੱਥ ਲਾ ਲਾ ਚੱਜ ਦੇ ਨੂੰ। ਦੇਖ ਲਾ ਦੋਵੇਂ ਭਾਈ ਕਿੰਨਾ ਕੰਮ ਕਰਦੇ ਨੇ, ਤੂੰ ਵਿਹਲਾ ਰਹਿਣਾ, ਤੇਰੀ ਭਾਬੀ ਉਹਨੇ ਖਿੱਚਣਗੀਆਂ ਫਿਰ। ਉਹੀ ਗੱਲ ਕਰਦੀ ਨਾ ਮਾਤਾ, ਤੁਹਾਨੂੰ ਇਹੀ ਨਹੀਂ ਪਤਾ ਮੈਂ ਕੰਮ ਕੀ ਕਰਦਾ, ਉਹ ਸਾਰੀ ਦਿਹਾੜੀ ਤਾਂ ਕੰਮ ਤੇ ਲੱਗਿਆ ਰਹਿਣਾ। ਹੁਣ ਮੈਂ ਲੈ ਕਿਹੜਾ ਕੰਮ ਕਰਿਆ ਰਹਿਣਾ, ਤੂੰ ਮੋਟਰਸਾਈਕਲ ਤੇ ਬੈਠਿਆ, ਇੱਧਰ ਨੂੰ ਚੱਲਿਆ ਗਿਆ, ਕਦੇ ਉੱਧਰ ਨੂੰ ਚੱਲਿਆ ਗਿਆ। ਉਹ ਮੋਟਰਸਾਈਕਲ ਦੀ ਕੰਮ ਕਰਦਾ ਵਾ, ਮੈਂ ਡੀਲਰ ਦਾ ਕੰਮ ਕਰਨ ਲੱਗ ਗਿਆ, ਗੱਡੀਆਂ ਕਾਰਾਂ ਵਿਕਾਉਣਾ। ਹੁਣ ਮੋਟਰਸਾਈਕਲ ਵਿਕਾ ਦਾ ਕਿਸੇ ਦਾ, ਕਿਸੇ ਦੀ ਗੱਡੀ ਵਿਕਾ ਦੀ, ਉਹਦੇ ਵਿੱਚੋਂ ਮਾੜਾ ਮੋਟਾ ਕਮਿਸ਼ਨ ਮਿਲ ਜਾਂਦਾ। ਉਹ ਵੱਡੇ ਭਰਾਵਾਂ ਨਾਲੋਂ ਵੱਧ ਹੀ ਕਮਾਉਣਾ ਪੈਸੇ ਮੈਂ। ਮੈਂ ਤਾਂ ਮੈਨੂੰ ਤਾਂ ਕਦੇ ਦਿੱਤਾ ਨਹੀਂ ਕੋਈ ਪੈਸਾ, ਐਂ ਕਰੀ ਹੁਣ ਜਿੰਨੇ ਲਿਆ ਮਹਿੰਗਾ ਸਾਰੇ ਮੈਨੂੰ ਫੜਾਈ। ਵਾਹ, ਹੁਣ ਗੱਲ ਕੀਤੀ ਆ ਮੈਂ, ਉਹ ਜੇ ਗੱਡੀ ਉਹਨੂੰ ਪਸੰਦ ਆ ਗਈ, 10,000 ਕਮਿਸ਼ਨ ਦਾ ਮਿਲਣਾ, ਸਾਰਾ ਹੀ 10,000 ਤੁਹਾਡੇ ਹੱਥ 'ਤੇ ਰੱਖੂੰਗਾ ਲਿਆ ਕੇ। ਫਿਰ ਦੇਖ ਲਿਓ ਵੀ ਕਮਾਉਣਾ ਵਾ ਕਿ ਬਿੱਲ ਅੜਾਉਣਾ ਵਾ। ਵੀ ਚੱਲ ਪੁੱਤ ਵਧੀਆ, ਤਾਂ ਹੀ ਮੈਂ ਤੈਨੂੰ ਕਹਿੰਦੀ ਹਾਂ ਪੁੱਤ ਬੜਾ ਹੋ ਗਿਆ ਤੂੰ, ਕੋਈ ਪੈਸਾ ਕਮਾ, ਪੈਸੇ ਵੀ ਨਾ ਜ਼ਿੰਦਗੀ ਨਹੀਂ ਚੱਲਦੀ ਹੁੰਦੀ। ਮੈਂ ਤਾਂ ਆਪਣਾ ਕਮਾਈ ਜਾਂਦਾ ਵਾਂ, ਤੁਸੀਂ ਮੇਰੀ ਟੈਨਸ਼ਨ ਨਾ ਲਿਓ। ਮੈਂ ਕਿਤੇ ਝੂਠ ਮੂਠ ਤਾਂ ਨਹੀਂ ਬੋਲਦਾ, ਐਵੇਂ ਭਰਵਾਈ ਜਾਵੇ ਮਾਂ ਨੂੰ ਗੱਲਾਂ ਕਰਕੇ। ਉਹ ਬੇਬੇ ਹੁਣ ਮੈਂ ਲੈ ਕੇ ਆਊਂਗਾ 10,000, ਹੁਣ ਇਹ ਤਾਂ ਹੈ ਨੀਗਾ ਵੀ ਜੇ ਕਿਸੇ ਨੂੰ ਗੱਡੀ ਪਸੰਦ ਨਾ ਆਵੇ ਮੈਂ ਧੱਕੇ ਨਾਲ ਕਿਸੇ ਤੋਂ ਖੋਲਵਾਂ। ਵੀ ਚੱਲ ਚੰਗਾ ਦੇਖੂੰਗੀ, ਜੇ ਕਿਸੇ ਦੀ ਕੋਈ ਚੀਜ਼ ਵਿਕੂਗੀ ਤਾਂ ਹੀ ਪੈਸਾ ਮਿਲੂਗਾ। ਪੁੱਤ ਜਦ ਮੇਰੇ ਹੱਥ ਧਰੇਗਾ ਨੋਟ ਲਿਆ ਕੇ, ਮੈਨੂੰ ਤਾਂ ਫਿਰ ਯਕੀਨ ਆਊਗਾ, ਮੈਨੂੰ ਤਾਂ ਲੱਗਦਾ ਤੂੰ ਝੂਠੇ ਬੋਲਦਾ। ਚੱਲ ਠੀਕ ਆ, ਅੱਜ ਗੱਡੀ ਵਿਕਾਉਣੀ ਆ ਕਿਸੇ ਦੀ, 10,000 ਕਮਿਸ਼ਨ ਮਿਲ ਗਿਆ ਨਾ, ਲਿਆ ਕੇ ਦਿਖਾ ਤੁਹਾਨੂੰ। ਹੋਰ ਦੱਸੋ ਕਾਹਦਾ ਝੂਠ ਬੋਲ ਰਹੇ ਮੇਰੇ ਦਿਓਰ, ਉਹ ਵੀ ਦੱਸ ਦਿਓ ਮੰਮੀ ਮੈਨੂੰ। ਕਰਮਜੀਤ, ਮੈਂ ਤੈਨੂੰ ਐਂ ਕਹਿਣੀ ਆ, ਮੈਂ ਕਿਹਾ ਪੁੱਤ ਤੂੰ ਕੋਈ ਕੰਮ ਧੰਦੇ ਲੱਗ ਜਾ, ਬੜਾ ਹੋ ਗਿਆ ਹੁਣ ਕੁਛ ਕਮਾ ਲੈ। ਹਾਂ ਇਹ ਤਾਂ ਗੱਲ ਬਈ ਸੱਚੀ ਆ, ਹੁਣ ਤੈਨੂੰ ਕਮਾਉਣਾ ਪੈਣਾ ਤਾਂ ਹੀ ਤੇਰਾ ਵਿਆਹ ਹੋਊਗਾ। ਭਾਬੀ ਜੀ ਮੈਂ ਕਮਾਉਣੀ ਚੱਲਿਆ ਵਾਂ, 10,000 ਦਿਹਾੜੀ ਪਾ ਕੇ ਆਊਂਗਾ। ਅੱਛਾ ਚੱਲ ਫਿਰ, ਮੰਮੀ ਕਹੀ ਜਾਂਦੇ ਤੂੰ ਝੂਠ ਬੋਲਦਾ, ਸਾਨੂੰ ਵੀ ਸੂਟ ਸਾਟ ਦਵਾ ਦੀ ਫਿਰ। ਦਵਾਉਂਗਾ, ਪਹਿਲਾਂ ਗੱਡੀ ਦਾ ਪਕਾ ਦਵਾਂ ਕਿਸੇ ਦੀ। ਚੱਲ ਮੰਮੀ ਐਂ ਤਾਂ ਕਰਦੇ ਹੀ ਹੁਣ। ਚਲੋ ਠੀਕ ਆ, ਤੁਸੀਂ ਕਰੋ ਕੰਮ ਕਰ। ਇੰਨਾ ਤਾਂ ਪੁੱਤ ਫਿਰ ਇਹਨੂੰ ਡਾਂਟਣਾ ਪਊਗਾ, ਨਹੀਂ ਤਾਂ ਇਹਨੂੰ ਤਾਂ ਮੈਨੂੰ ਤਾਂ ਐਂ ਲੱਗਦਾ ਸੀ ਵਿਹਲਾ ਫਿਰਨ ਦੀ ਆਦਤ ਪੈ ਗਈ, ਜੇ ਮੈਂ ਨਾ ਇਹਨੂੰ ਇੰਨਾ ਕੁ ਝਾੜ ਝੰਬ ਕਰਦੀ ਇਹ ਤਾਂ ਮੈਨੂੰ ਲੱਗਦਾ ਵਿਹਲਾ ਹੀ ਫਿਰਦਾ ਸੀ। ਚੱਲ ਮੰਮੀ ਐਂ ਤਾਂ ਸਿਆਣਾ, ਐਂ ਤਾਂ ਇਹਨੂੰ ਪਤਾ ਹੈਗਾ ਵੀ ਜੇ ਮੈਂ ਕੰਮ ਕਰੂੰਗਾ ਤਾਂ ਮੇਰਾ ਵਿਆਹ ਹੋਊਗਾ, ਨਹੀਂ ਮੈਨੂੰ ਕਿਹਨੇ ਕੁੜੀ ਦੇਣੀ ਹੈਗੀ। ਆਹੋ ਆਹੋ ਮੈਨੂੰ ਪਤਾ ਤੇਰਾ ਬਹੁਤਾ ਲਾਡਲਾ ਦਿਓਰ ਆ, ਮੈਂ ਤਾਂ ਉਹਦੇ ਪੱਖ 'ਚ ਗੱਲ ਕਰਦੀ ਹਾਂ। ਲੈ ਮੰਮੀ ਫਿਰ ਕੀ ਹੋ ਗਿਆ, ਦਿਓਰ ਤਾਂ ਲਾਡਲੀ ਹੁੰਦੇ ਨੇਗੇ। ਚੱਲ ਮੰਮੀ ਪਾਣੀ ਪੀਣਾ ਗਾ। ਹਾਂ ਪਾਣੀ ਵੀ ਪਿਲਾ ਦੇ ਮੈਨੂੰ, ਕਰੋ ਜੀ ਤਾਂ ਚਾਹ ਦੇ ਘੁੱਟ ਕਰ ਲੈ, ਫਿਰ ਆਪਾਂ ਸਾਰੀਆਂ ਪੀ ਲਾਂਗੇ। ਚਾਹ ਤਾਂ ਬਣਾ ਲੈਂਦੀ ਹਾਂ ਮੰਮੀ, ਤੁਸੀਂ ਤਾਂ ਚਾਹ ਦੇ ਵਾਲੇ ਸ਼ੌਕੀਨ ਹੋ ਗਏ। ਇਹ ਕੀ ਕਰੀ ਜਾਂਦੀ ਹੈ? ਓ ਹੈਲੋ, ਕੀ ਹੋਇਆ? ਆ ਕੀ ਦੇਖੀ ਜਾਂਦੀ ਹੈ ਤੈਨੂੰ? ਮੈਂ ਤਾਂ ਐਂ ਦੇਖਦੀ ਹਾਂ। ਆਹ ਦੇਖ ਲੈ ਮਿੱਠੋ ਮਾਸੀ, ਸਾਰੇ ਟੱਬਰ ਨੂੰ ਪਿੱਛੇ ਲਾਈ ਫਿਰਦੀ ਹੈ, ਦੰਦ ਕੱਢਦੀ ਹੈ ਜਗਰੂਪ ਨਾਲ, ਮੰਮੀ ਉਹਨਾਂ ਨਾਲ। ਅੱਛਾ, ਮਾੜਾ ਮੋਟਾ ਤੂੰ ਵੀ ਸਮਝ ਲਾ, ਅਕਲ ਨੂੰ ਹੱਥ ਮਾਰ ਲਾ, ਆ ਦੇਖ ਲਾ ਸਾਰਾ ਕੁਛ ਖਾ ਜਾਣਾ ਇਹਨਾਂ ਨੇ। ਚੱਲ ਮੈਂ ਤਾਂ ਅਕਲ ਨੂੰ ਹੱਥ ਮਾਰਦਾ ਨਹੀਂ, ਤੂੰ ਵੀ ਤਾਂ ਸਕੀਮ ਲੜਾਈ ਤੀ ਉਦਣ।
ਉਹ ਸਕੀਮ ਤਾਂ ਮੈਂ ਲੜਾਈ ਸੀ ਵਿੱਚੇ, ਪਤਾ ਨੀ ਗੁਰਿੰਦਰ ਕਿੱਥੋਂ ਆ ਟੱਪ ਕੇ ਆ, ਨਹੀਂ ਤਾਂ ਮੇਰੀ ਕਾਮਯਾਬ ਹੋ ਜਾਣੀ ਸੀ ਸਕੀਮ। ਹਾਂ ਚੱਲੀ ਨਹੀਂ ਸਕੀਮ ਤੇਰੀ, ਫਿਰ ਹੁਣ ਸਕੀਮਾਂ ਖਤਮ ਹੋ ਗਈਆਂ ਨਾ? ਤੈਨੂੰ ਹਾਸੀ ਆਉਂਦੀ ਹੈ ਹੈਂ? ਹਾਸੀ ਆਉਣੀ ਹੈ, ਪਹਿਲੀ ਵਾਰ ਸਕੀਮ ਲੜਾਈ ਉਹ ਵੀ ਫੇਲ। ਕੋਈ ਗੱਲ ਨਹੀਂ, ਮੇਰੇ ਕੋਲ ਹੋਰ ਸਕੀਮਾਂ ਦਾ ਘਾਟਾ ਨਹੀਂ, ਇੱਕ ਨਾ ਇੱਕ ਦਿਨ ਤਾਂ ਉਹਨੂੰ ਮੈਂ ਫਸਾ ਕੇ ਛੱਡੂ। ਅੱਛਾ ਚੱਲ ਦੇਖ ਲਾਂਗੇ, ਮੈਨੂੰ ਨਹੀਂ ਲੱਗਦਾ ਪਰ ਚੱਲੂ ਸਕੀਮ ਤੇਰੀ। ਸਕੀਮ ਤਾਂ ਮੈਂ ਉਦਣ ਵਰਤੂੰਗੀ ਜਿੱਦਣ ਗੁਰਿੰਦਰ ਘਰ ਨਹੀਂ ਹੋਊਗਾ, ਦੇਖੀ ਫਿਰ ਮੰਮੀ ਵੀ ਉਹਨੂੰ ਕਹੂਗੀ ਵੀ ਮੇਰੇ ਨੇੜੇ ਨਾ ਕਰਮਜੀਤ ਨੂੰ। ਉਹ ਮੈਂ ਤਾਂ ਤੈਨੂੰ ਉਦਣ ਮੰਨੂੰਗਾ ਜਿੱਦਣ ਤੇਰੀ ਸਕੀਮ ਚੱਲੂ, ਨਾਲੇ ਇੱਕ ਗੱਲ ਹੋਰ ਸੁਣ ਲੈ ਮੇਰੀ, ਕਿਤੇ ਉਹਨੂੰ ਕੱਢਦੀ ਕੱਢਦੀ ਆਪੇ ਨਾ ਨਿਕਲ ਜੀ ਘਰ ਤੋਂ। ਹਰ ਟਾਈਮ ਮਾੜੀ ਭਾਖਿਆ ਨਾ ਤੂੰ ਕੱਢੀ ਜਾਇਆ ਕਰ ਆਪਣੇ ਮੂੰਹ ਚੋਂ। ਕਹਿੰਦੀ ਮਾੜੀ ਭਾਖਿਆ ਨਾ ਕੱਢੀ ਜਾਇਆ ਕਰ, ਚੱਜ ਦੀ ਸਕੀਮ ਲੜਾ ਲੈ ਚੱਜ ਦੀ। ਹੈਂ ਉਹ ਮੈਂ ਤਾਂ ਦਿਮਾਗ ਦੇ ਕੰਮ ਲੈਂਦੀ ਹਾਂ, ਤੂੰ ਵੀ ਲੈ ਲਿਆ ਕਰ, ਸਾਰਾ ਦਿਨ ਇੱਥੇ ਪਿਆ ਰਹਿਣਾ ਅੰਦਰ। ਕੋਈ ਗੱਲ ਨਹੀਂ ਮੈਂ ਵੀ ਲੈ ਲੂੰ, ਪਹਿਲਾਂ ਤੂੰ ਆਪਣੀ ਸਕੀਮ ਲੜਾ। ਲੜਾ ਲੂੰਗੀ, ਉੱਠ ਖੜ, ਤੂੰ ਵੀ ਕੋਈ ਕੰਮ ਕਾਰ ਕਰ ਲਾ। ਤੂੰ ਆਪਣਾ ਕੰਮ ਕਰ, ਮਸਾਂ ਮਸਾਂ ਫਿਲਮ ਦੇਖਣ ਲੱਗਿਆ ਤਾਂ ਇੱਥੇ ਖੜ ਗਈ, ਸਾਰਾ ਧਿਆਨ ਤੇਰੇ 'ਚ ਚਲੇ ਗਿਆ ਮੇਰਾ ਤਾਂ। ਫਿਲਮਾਂ 'ਚ ਹੋਰ ਸਿੱਖ ਲਾ ਵੀ ਕਿਵੇਂ ਬੈਠ ਕੇ ਪੈਗ ਲਾਈਦੇ ਨੇ, ਹੋਰ ਨਹੀਂ ਕੁਛ ਆਉਂਦਾ ਤੈਨੂੰ। ਤੂੰ ਵੀ ਦੇਖ ਲਈ ਕੋਈ ਫਿਲਮ ਜਿਹ 'ਚ ਸਕੀਮਾਂ ਲੜਾਉਂਦੇ ਆ, ਹੈਂ ਦਿਮਾਗ ਵਰਤ ਲਿਆ ਕਰ ਦਿਮਾਗ। ਕਹਿੰਦੀ ਤੂੰ ਕਿਆ ਲੜਾਈ ਆ ਸਕੀਮ, ਇਹਨੇ ਪਹਿਲੀ ਸਕੀਮ ਲੜਾਈ ਉਹ 'ਚ ਫਸ ਗਈ, ਆਹੀ ਸਕੀਮ ਹੀ ਇਹ ਹਾਲਾ, ਫਿਲਮ ਵੀ ਰੋੜ ਤੀ ਮੇਰੀ ਤਾਂ। ਕਰਮਜੀਤ, ਇਹ ਭਾਈ ਕਰਮਜੀਤ ਕੀ ਹੋ ਗਿਆ ਮੰਮੀ? ਪੁੱਤ ਮੈਨੂੰ ਨਾ ਗਰਮ ਪਾਣੀ ਕਰਕੇ ਦੇ, ਮੈਨੂੰ ਤਾਂ ਸਾਹ ਨਹੀਂ ਆਉਂਦਾ, ਖਬਰਾਂ ਗਰਮ ਖਾਂਸੀ ਨੂੰ ਮਾੜਾ ਜਿਹਾ ਆਰਾਮ ਆ ਜਾਵੇ, ਜਾ ਲਿਆ ਕਰਕੇ ਜਿਹੜਾ ਜ਼ਿਆਦਾ ਕਰ ਲਈ। ਠੀਕ ਹੈ ਮੰਮੀ, ਖਾਸਾ ਕਰ ਲਈ ਗਰਮ ਜੇ, ਗਰਮ ਜਾ ਉਹਦੇ ਵਿੱਚ ਪਾ ਦਿੰਦੀ ਫਿਰ ਬੋਤਲ 'ਚ। ਹਾਂ ਕਰਕੇ ਦੇ, ਨਾਲੇ ਤਾਂ ਡਾਕਟਰ ਨੇ ਕਿਹਾ ਵੀ ਵਾਰੀ ਵਾਰੀ ਪੀਓ। ਠੀਕ ਹੈ ਜੇ ਪੁੱਤ ਕਰਕੇ ਦੇ, ਮੈਨੂੰ ਤਾਂ ਸਾਹ ਆਉਣਾ ਬਹੁਤ ਔਖਾ ਹੋਇਆ ਪਿਆ। ਕਰਮਜੀਤ ਕੀ ਕਰਦੀ ਸੀ? ਕੁਛ ਨਹੀਂ, ਇੱਦਾਂ ਮੈਂ ਮੰਮੀ ਨੂੰ ਨਾ ਗਰਮ ਪਾਣੀ ਕਰਕੇ ਦੇ ਰਹੀ ਹਾਂ। ਅੱਛਾ, ਮੈਂ ਤਾਂ ਚਾਹ ਬਣਾਉਣੀ ਸੀਗੀ, ਚੱਲ ਬਾਅਦ 'ਚ ਬਣਾ ਲੈਂਦੀਆਂ ਨੇ, ਤੂੰ ਕਰ ਦੇ ਗਰਮ ਪਾਣੀ। ਆਹੋ 2 ਮਿੰਟ ਲੱਗਣੇ ਬਸ, ਬੋਤਲ 'ਚ ਪਾ ਕੇ ਮੈਂ ਧਰ ਦੂੰਗੀ ਮੰਮੀ ਕੋਲ। ਆਹੋ ਚੱਲ ਕਰ ਲਾ ਫਿਰ। ਠੀਕ ਹੈ, ਕੋਈ ਨਾ ਕਰ ਲਾ ਗਰਮ ਪਾਣੀ, ਦੇਖਦੀ ਹਾਂ ਇਹਨੂੰ ਮੈਂ। ਗਰਮ ਤਾਂ ਖਾਸਾ ਹੋ ਗਿਆ। ਚਲ ਬੋਤਲ ਭਰ ਗਈ ਮੰਮੀ ਨੇ, ਬੋਤਲ ਰੱਖਿਆ, ਗਰਮ ਪਾਣੀ ਦੇ ਦਾਂ ਪਹਿਲਾਂ ਮੰਮੀ ਨੂੰ। ਕਰੋ ਜੀ ਛੇਤੀ ਦੇ ਦੇ ਭਾਈ ਪਾਣੀ ਦੀ। ਹਾਲੋ ਮੰਮੀ ਗਰਮ, ਦੇਖਿਓ ਜ਼ਿਆਦਾ ਤਾਂ ਨਹੀਂ। ਮੈਨੂੰ ਤਾਂ ਪੁੱਤ ਜ਼ਿਆਦਾ ਹੀ ਗਰਮ ਚਾਹੀਦਾ ਸੀ। ਮੈਂ ਬੋਤਲ ਭਰਤੀ ਮੰਮੀ ਇੱਕ। ਬਸ ਠੀਕ ਹੈ, ਵਧੀਆ ਗਰਮ ਹੈ, ਬੋਤਲ 'ਚ ਪਾ ਕੇ ਰੱਖ ਦੇ, ਮੈਂ ਵਾਰੀ ਵਾਰੀ ਤੈਨੂੰ ਆਵਾਜ਼ਾਂ ਨਹੀਂ ਮਾਰੂੰਗੀ। ਠੀਕ ਹੈ ਮੰਮੀ, ਬੋਤਲ 'ਚ ਪਾ ਤਾਂ ਮੈਂ ਪਾਣੀ, ਤੁਸੀਂ ਪੀ ਲਓ। ਆ ਗਰਮ ਪਾਣੀ ਨਾਲ ਖੰਘ ਦੱਬ ਜਾਂਦੀ ਹੈ, ਥੋੜ੍ਹੀ ਬਹੁਤੀ ਰਾਹਤ ਮਿਲ ਜਾਂਦੀ ਹੈ। ਹਾਏ ਹਾਏ, ਇਹਨੂੰ ਤਾਂ ਮੈਂ ਦੱਸਦੀ ਹਾਂ, ਪਤਾ ਇਹ 'ਚ ਰੱਖ ਕੇ ਗਈ ਹੈ ਨਾ ਗਰਮ ਪਾਣੀ ਕਰਕੇ। ਇਹਦੇ ਵਿੱਚ ਮੈਂ ਬਰਫ ਵਾਲਾ ਪਾਣੀ ਪਾ ਦਿੰਦੀ ਹਾਂ, ਫਿਰ ਉਹਦੀ ਖੰਘ ਟਿਕੂਗੀ। ਦੇਖਦੀ ਤਾਂ ਨਹੀਂ ਕਿਤੇ,
ਲੈ ਪਾਣੀ ਦੀ ਘੁੱਟ ਦੇ ਕੇ ਆਈਆਂ ਹੀ ਨਹੀਂ ਕੋਲ, ਉਹ ਤਾਂ ਪਤਾ ਨਹੀਂ ਅੰਦਰ ਕੀ ਕਰੀ ਜਾਂਦੀ ਹੈ। ਭਾਈ ਮੈਨੂੰ ਪਾਣੀ ਹੋਰ ਫੜਾ ਦਿਓ, ਘੁੱਟ ਗਰਮ ਸੁਣਦੀਆਂ ਕਾਹਤੋਂ ਨਹੀਂ ਤੁਸੀਂ? ਆਪੇ ਲਿਆਉਣਾ ਪਊ ਜਾ ਕੇ, ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿਹੜੀ ਕਮਾਈ ਕਰਦੀਆਂ ਨੇ। ਦੱਸ ਲੈ ਪਾ ਕੇ ਤਾਂ ਰੱਖ ਗਈ ਮੈਨੂੰ ਲੱਗਦਾ ਪਾਣੀ। ਐਂ ਨਹੀਂ ਹੈਗਾ ਵੀ ਹੋਰ ਫੜਾ ਦਈਏ, ਕੋਈ ਸੁਣਦੀਆਂ ਹੀ ਨਹੀਂ ਹੈਗੀਆਂ ਗੱਲ। ਹਾਏ ਹਾਏ ਕਿਵੇਂ ਦਮ ਤੋੜਿਆ ਖੰਘ ਨੇ। ਹਾਏ ਹਾਏ ਇਹ ਤਾਂ ਕਿਹੋ ਜਿਹਾ ਠੰਡਾ ਪਾਣੀ ਪਿਆ। ਮੈਂ ਉਹਨੂੰ ਝੱਲੀ ਨੂੰ ਕਿਹਾ ਸੀ ਭਾਈ ਗਰਮ ਪਾਣੀ ਰੱਖ ਦੇ, ਮੈਂ ਤੈਨੂੰ ਵਾਰ ਵਾਰ ਨਹੀਂ ਤੰਗ ਕਰੂੰਗੀ, ਕਿਹੋ ਜਿਹਾ ਠੰਡਾ ਪਾਣੀ ਰੱਖ ਕੇ ਗਈ ਹੈ। ਲੈ ਦੱਸ ਇਹ ਕੋਈ ਗੱਲ ਸੁਣਦੀਆਂ ਨੇ ਕਿਤੇ? ਕੀ ਕਹਾਂ ਹੁਣ ਇਹਨੂੰ, ਕੀ ਨਾ ਕਹਾਂ। ਕਰਮਜੀਤ ਪੁੱਛਾਂ ਤਾਂ ਸਹੀ, ਲੈ ਦੱਸ ਕੀ ਕਰਕੇ ਗਈ ਹੈ ਕਰਮਜੀਤ? ਨਹੀਂ ਕੁੜੀ ਸੁਣ ਲਿਆ ਕਰੋ ਗੱਲ। ਕੀ ਹੋ ਗਿਆ ਮੰਮੀ ਹੁਣ? ਨਹੀਂ ਭਾਈ ਮੈਂ ਤੈਨੂੰ ਗਰਮ ਪਾਣੀ ਕਰਕੇ ਪਾਉਣ ਨੂੰ ਕਿਹਾ ਤੀ ਬੋਤਲ 'ਚ, ਤੂੰ ਇਹੋ ਜਿਹਾ ਬਰਫ਼ ਵਰਗਾ ਪਾਣੀ ਰੱਖਿਆ ਜੀ ਉੱਥੇ। ਗਰਮ ਪਾਣੀ ਪਾ ਕੇ ਰੱਖਿਆ ਮੰਮੀ? ਗਰਮ ਮੈਂ ਆਪ ਕੀਤਾ ਕਿ ਪਾਣੀ ਆਪਦੇ ਹੱਥ ਨਾਲ? ਮੈਂ ਤਾਂ ਘੁੱਟ ਭਰ ਲਈ ਸਗੋਂ ਦੀ, ਮੈਨੂੰ ਹੋਰ ਜ਼ਿਆਦਾ ਖਾਂਸੀ ਹੋ ਗਈ। ਦੇਖ ਕੇ ਆ ਉਹਨੂੰ, ਠੰਡਾ ਪਾਣੀ ਪਿਆ ਉਹ। ਨਹੀਂ ਕਰਮਜੀਤ ਨੇ ਗਰਮ ਪਾਣੀ ਕਰਿਆ ਹੀ ਨਹੀਂ ਹੋਣਾ ਫਿਰ। ਮੈਂ ਇਹਨੂੰ ਚੰਗਾ ਭਲਾ ਕਿਹਾ, ਮੈਂ ਕਿਹਾ ਭਾਈ ਮੈਨੂੰ ਖਾਂਸੀ ਜ਼ਿਆਦਾ ਹੋਈ ਪਈ ਹੈ, ਗਰਮ ਪਾਣੀ ਜ਼ਿਆਦਾ ਖਾਸਾ ਜਿਹੜਾ ਲੱਗੇ ਪਤਾ ਮੂੰਹ ਨੂੰ ਵੀ ਗਰਮ ਪਾਣੀ ਹੈ, ਉਹ ਕਰਕੇ ਰੱਖ ਜਾ ਬੋਤਲ 'ਚ। ਲੈ ਦੱਸ ਠੰਡਾ ਪਾਣੀ ਪਿਆ। ਲੈ ਮੈਂ ਕਿਉਂ ਨਹੀਂ ਧਿਆਨ ਦਿੱਤਾ ਹੈਗਾ, ਤੁਹਾਡੇ ਸਾਹਮਣੇ ਤਾਂ ਮੈਂ ਤੱਤਾ ਪਾਣੀ ਕਰ ਰਹੀ ਤੇ ਤੁਸੀਂ ਕਮਾਲ ਕਰ ਦਿਓਗੇ। ਠੰਡਾ ਕਿਵੇਂ ਹੋ ਗਿਆ? ਥਰਮੋਸ 'ਚ ਤਾਂ ਠੰਡਾ ਹੁੰਦਾ ਹੀ ਨਹੀਂ, ਸਾਰਾ ਦਿਨ ਰੱਖ ਲਿਆ ਜਾਏ ਨਾ। ਚਾਹੇ ਤੁਸੀਂ ਦੋ ਜਣੀਆਂ ਜਾ ਕੇ ਦੇਖ ਲਿਓ, ਤਾਂ ਠਰਿਆ ਪਿਆ ਪਾਣੀ। ਮੈਂ ਘੁੱਟ ਭਰ ਲਈ, ਮੈਨੂੰ ਜਦੋਂ ਜ਼ਿਆਦਾ ਹੋਰ ਖਾਂਸੀ ਹੋ ਗਈ। ਪਤਾ ਮੰਮੀ ਜੀ ਮੈਨੂੰ, ਤੁਸੀਂ ਕਿਹੜਾ ਝੂਠ ਹੱਦ ਹੋ ਗਈ ਕਰਮਜੀਤ, ਤੂੰ ਫਿਰ ਵੀ ਮੰਮੀ ਨਾਲ ਆਇਆ ਕਿ ਉਹ ਬੋਲਦੀਆਂ। ਦੀਦੀ ਤੁਹਾਡੀ ਗਲਤੀ ਹੈ, ਤੁਸੀਂ ਮੇਰੇ ਕੋਲ ਨਹੀਂ ਖੜੇ ਤੇ ਜੇ ਤੁਸੀਂ ਚਾਹ ਕਰਨ ਗਏ। ਮੈਂ ਕਿਹੜਾ ਫਿਰ ਧਿਆਨ ਦਿਆ ਤੈਨੂੰ, ਵੀ ਤਾਂ ਗਰਮ ਪਾਇਆ ਕੀ ਕਰਿਆ। ਹਾਏ ਹਾਏ ਪੁੱਤਰ ਗੌਰ ਕਰ ਲਿਆ ਕਰੋ, ਮੰਮੀ ਜੀ ਤੁਹਾਨੂੰ ਪਾਣੀ ਕੋਈ ਵੀ ਲਿਆ ਦਿਓ ਭਾਈ, ਮੈਨੂੰ ਤਾਂ ਗਰਮ ਪਾਣੀ ਲਿਆ ਦਿਓ ਪੁੱਤ। ਦੀਦੀ ਨਾਲੇ ਤਾਂ ਤੁਸੀਂ ਕਹੀ ਜਾਂਦੇ ਹੋ ਪਾਣੀ ਗਰਮ ਕਰਕੇ ਲਿਆ ਦਿੰਦੀ ਆ, ਨਾਲੇ ਤੁਸੀਂ ਉੱਠਦੇ ਨਹੀਂ ਹੈ ਕਿ ਤੁਸੀਂ ਲਿਆ ਦਿਓ ਹੁਣ। ਉਹ ਤਾਂ ਮੈਂ ਲਿਆ ਦਿੰਦੀ ਹਾਂ ਪਰ ਮਾੜਾ ਮੋਟਾ। ਮੰਮੀ ਤੁਸੀਂ ਵੀ ਹਰ ਟਾਈਮ ਕਰਮਜੀਤ ਨੂੰ ਹਾਕਾ ਮਾਰੀ ਜਾਂਦੇ ਹੋ। ਮੈਨੂੰ ਕਦੇ ਕਹਾਂ ਮੈਂ ਆਪਣਾ ਟਾਈਮ ਨਾਲ ਕੰਮ ਕਰਕੇ ਰੱਖ ਵੀ ਦਵਾਂ, ਤੁਹਾਨੂੰ ਕਦੇ ਤੇ ਭਰੋਸਾ ਹੈ? ਕਾਹ ਨੂੰ ਇਹੋ ਜਿਹੀ ਗੱਲ ਨਹੀਂ ਹੈਗੀ, ਕਾਹ ਤੋਂ ਖ਼ਬਰ ਤੁਸੀਂ ਕੀ ਕਹੀ ਜਾਂਦੀ ਹੋ। ਕੀ ਹੋ ਗਿਆ, ਕੀ ਸਮਾਨ ਪਾਇਆ ਜੀ? ਮੈਂ ਤਾਂ ਗਰਮ ਪਾਣੀ ਪਾ ਕੇ ਨਾ ਮੰਮੀ ਦੀ ਬੋਤਲ 'ਚ ਰੱਖਤਾ, ਪਤਾ ਨਹੀਂ ਹੁਣ ਉੱਥੇ ਠੰਡਾ ਕਿਵੇਂ ਆ ਗਿਆ। ਮੰਮੀ ਕਹਿੰਦੀ ਉਹ ਤਾਂ ਬਰਫ਼ ਵਾਲਾ ਪਾਣੀ, ਮੈਂ ਵੀ ਦੇਖ ਕੇ ਆਈ ਹਾਂ, ਉਹ 'ਚ ਤਾਂ ਬਰਫ਼ ਪਾਈ ਪਈ ਹੈ। ਹੋਰ ਪੁੱਤ ਮੈਂ ਝੂਠ ਨਹੀਂ ਬੋਲਦੀ, ਉਹ 'ਚ ਤਾਂ ਬਹੁਤ ਠੰਡਾ ਪਾਣੀ ਪਿਆ ਬੋਤਲ 'ਚ, ਮੈਂ ਘੁੱਟ ਭਰ ਲਈ, ਮੈਨੂੰ ਤਾਂ ਹੋਰ ਖਾਂਸੀ ਹੋ ਗਈ ਸਗੋਂ ਦੀ ਜ਼ਿਆਦਾ। ਤੇਰੀ ਬਿੱਤੇ ਕਿਆ ਹੋ ਗਿਆ? ਕੀ ਹੋ ਗਿਆ? ਉਹ ਮੈਂ ਠੰਡਾ ਪਾਣੀ ਆਪਦੇ ਵਾਸਤੇ ਪਾ ਕੇ ਰੱਖਿਆ ਸੀ, ਹੈਂ ਉਹ ਜਦ ਮੈਂ ਜਾ ਕੇ ਪਾਣੀ ਦੇਖਿਆ ਪਾਣੀ ਮੇਰਾ ਗਰਮ, ਮੈਂ ਹੈਰਾਨ ਮਾਹਰ ਮੇਰਾ ਪਾਣੀ, ਉਹ ਮੈਂ ਗਲਤੀ ਨਾਲ ਗਰਮ ਪਾਣੀ ਦੀ ਬੋਤਲ ਚੱਕ ਲੈ ਗਿਆ। ਆ ਦੇਖ ਫਿਰ ਮੈਂ ਪੁੱਤ ਝੂਠ ਨਹੀਂ ਬੋਲਦੀ ਹੈਗੀ, ਉਹ ਤਾਂ ਬਹੁਤ ਠੰਡਾ ਪਾਣੀ ਸੀਗਾ। ਮੈਂ ਵੀ ਨਹੀਂ ਬੋਲ ਰਹੀ। ਓਹੋ ਅੱਛਾ ਹੁਣ ਤੁਹਾਡਾ ਕਿਹਾ ਵੀ ਤੁਸੀਂ ਪਾਣੀ ਗਰਮ ਕਿਹਾ ਹੋਣਾ, ਉਹ ਠੰਡਾ ਪੀ ਲਿਆ ਹੋਣਾ, ਤੁਹਾਨੂੰ ਲੱਗੇ ਹੋਣਾ ਗਰਮ ਪਾਣੀ ਕਰਿਆ ਹੀ ਨਹੀਂ। ਹੋਰ ਮੈਨੂੰ ਤਾਂ ਐਂ ਹੋ ਗਿਆ, ਮੈਂ ਕਿਹਾ ਕਰਨ ਦੀ ਅਮਾਰੀ ਇਹ ਕਰ ਗਈ ਭਾਈ ਇਹ। ਉਹ ਕਰ ਜਦੋਂ ਮੈਂ ਪਾਣੀ ਪੀਤਾ ਪਾਣੀ ਜਲਦਾ, ਮੈਂ ਕਿਹਾ ਕਿਆ ਹੋ ਗਿਆ? ਉਹ ਤਾਂ ਮੈਂ ਕਿਹਾ ਸੀ ਇਹਨੂੰ, ਮੈਂ ਕਿਹਾ ਥੋੜ੍ਹਾ ਜਿਹਾ ਜ਼ਿਆਦਾ ਗਰਮ ਪਾਈ ਬੋਤਲ 'ਚ। ਪਾਣੀ ਤਾਂ ਬਹੁਤ ਜਲਦਾ ਪੀ ਕੇ ਦੇਖੋ ਤੁਸੀਂ, ਕਮਾਲ ਹੋ ਗਈ। ਮੈਂ ਤਾਂ ਮੰਮੀ ਹੁਣ ਜਿੰਨਾ ਮਰਜ਼ੀ ਪਾਣੀ ਹੋਰ ਹੋਰ ਪੁੱਤ ਗਰਮ ਪਾਣੀ ਪੀ ਲੈ। ਮੈਂ ਕਹੀ ਜਾਂਦੀ ਆ ਦੀਦੀ ਨੂੰ ਵੀ ਮੈਂ ਤੁਹਾਡੇ ਸਾਹਮਣੇ ਤਾਂ ਪਾਣੀ ਤੱਤਾ ਕਰਿਆ, ਕਹਿੰਦੀ ਮੈਂ ਕਿਹੜਾ ਦੇਖਿਆ। ਇਹ ਆਪਣੀ ਔਲਾਦੀਆਂ ਕਥਾ ਕਰਨ, ਉਹ ਕਹਿੰਦੀ ਮੈਂ ਕਰਿਆ, ਉਹ ਕਹਿੰਦੀ ਤਾਂ ਕਰਿਆ ਨਹੀਂ, ਹੁਣ ਦੱਸ ਮੈਂ ਕੀ ਕਰਾਂ? ਉਧਰ ਮੈਨੂੰ ਸਾਹ ਲੈਣਾ ਔਖਾ ਹੋਇਆ ਪਿਆ। ਭਾਬੀ ਮੈਂ ਮਾਫੀ ਮੰਗਦਾ, ਆ ਮੇਰੇ ਕਰਕੇ ਹੋਇਆ ਸਾਰਾ ਕੁਝ, ਉਹ ਮੈਂ ਠੰਡੇ ਤੇ ਭਲੇ ਗਰਮ ਚੱਕ ਲੈ ਗਿਆ, ਮੈਂ ਧਿਆਨ ਹੀ ਨਹੀਂ ਕਰਿਆ, ਮੈਨੂੰ ਫੋਨ ਜਾਇਆ ਹੋਇਆ ਤਾਂ ਮੈਂ ਦੇਖ ਹੋਰ ਪਾਸੇ ਰਿਹਾ ਤਾਂ ਹੱਥ ਪਾਇਆ ਮੈਂ ਲੈ ਗਿਆ ਬੋਤਲ। ਹੋ ਜਾਂਦਾ ਪੁੱਤ ਜਲਦੀ 'ਚ ਕਈ ਵਾਰ ਹੋ ਜਾਂਦਾ ਇੱਕ, ਚੱਲ ਕੋਈ ਨਾ ਤੁਸੀਂ ਨੇ ਐਵੇਂ ਭਖਿਆ ਕਰੋ। ਚੱਲ
ਤੂੰ ਐਂ ਕਰ, ਮੈਂ ਗਰਮ ਪਾਣੀ ਪੀ ਕੇ ਹੋਰ ਤਰ੍ਹਾਂ ਗਾ, ਠੰਡਾ ਜਿਹਾ ਪਾਣੀ ਦੇ ਚੱਲ। ਉਹ ਮੰਮੀ ਵਾਲਾ ਮੈਨੂੰ ਦੇ ਦੇ ਪਾਣੀ ਜਿਹੜਾ ਮੈਂ ਪੱਗ ਰੱਖ ਗਿਆ ਤਾਂ। ਹੋਰ ਜਾ, ਮੈਨੂੰ ਪੁੱਤ ਦੂਏ ਗਲਾਸ 'ਚ ਪਾ ਕੇ ਲਿਆਂਦੀ ਲੈ ਜਾ ਇਹਨੂੰ। ਐਂ ਗੁੱਸਾ ਨਾ ਕਰਿਆ ਕਰੋ ਮਨਦੀਪ, ਤੁਸੀਂ ਪੁੱਤ ਮਾੜੀ ਮੋਟੀ ਸਮਾਈ ਰੱਖਿਆ ਕਰੋ। ਉਹ ਕਹਿੰਦੀ ਮੈਂ ਕਰਿਆ, ਤੈਂ ਕਹਿੰਦੀ ਮੈਂ ਕਰਿਆ ਨਹੀਂ ਹੈਗਾ। ਦੱਸ ਹੁਣ ਮੈਂ ਕਿਹਨੂੰ ਕਹਾਂ, ਤੁਸੀਂ ਤਾਂ ਦੋਏ ਆਪਸ ਵਿੱਚ ਉਲਝਣ ਲੱਗ ਗਈਆਂ। ਪੁੱਤ ਉਹਨੇ ਗਰਮ ਪਾਣੀ ਤਾਂ ਕਰਿਆ, ਕਰਕੇ ਰੱਖ ਕੇ ਗਈ ਆ ਉਹ। ਤੂੰ ਐਵੇਂ ਬੋਲਣ ਲੱਗ ਗਈ ਉਹਨੂੰ, ਕਹਿੰਦੀ ਤਾਂ ਕਰਿਆ ਨਹੀਂ ਹੋਣਾ, ਕਰਿਆ ਨਹੀਂ ਹੋਣਾ। ਪੁੱਤ ਤੁਸੀਂ ਐਂ ਨਾ ਗੁੱਸੇ ਕਰਿਆ ਕਰੋ ਦੋਏ ਜਣੀਆਂ, ਤੁਸੀਂ ਦਰਾਣੀ ਜਠਾਣੀ ਨਹੀਂ, ਭੈਣਾਂ ਭੈਣਾਂ ਵਾਂਗੂ ਰਿਹਾ ਕਰੋ। ਦੱਸ ਗੁਰਿੰਦਰ ਕੀ ਕਹਿੰਦਾ ਹੋਊਗਾ, ਤੂੰ ਤਾਂ ਉਹਦੇ ਸਾਹਮਣੇ ਵੀ ਨਹੀਂ ਬੋਲਣ ਤੋਂ ਹਟੇ। ਪੁੱਤ ਐਂ ਨਾ ਕਰਿਆ ਕਰੋ, ਉਹ ਤੇਰੀ ਛੋਟੀ ਭੈਣ ਹੈ, ਜੇ ਕੋਈ ਉਹ ਤੋਂ ਗਲਤੀ ਹੋ ਵੀ ਜਾਂਦੀ ਹੈ ਆਪ ਸਮਝਾ ਦਿਆ ਕਰ ਤੂੰ, ਚੰਗਾ? ਐਂ ਨਹੀਂ ਕਰਦੇ ਹੁੰਦੇ। ਉਹ ਤਾਂ ਆਪੇ ਸਮਝੀ ਸਮਝਾਈ ਹੈ, ਮੈਂ ਕੀ ਸਮਝਾਉਣਾ ਉਹਨੂੰ। ਚੱਲ ਠੀਕ ਆ ਮੰਮੀ। ਇੱਕ ਉਹ ਆ ਗਿਆ ਵਿੱਚੇ ਰੋੜਾ, ਉਹ ਬਣ ਗਿਆ ਆ ਕੇ, ਇੰਨਾ ਵਧੀਆ ਕੰਮ ਹੋ ਗਿਆ ਸੀ ਮੇਰਾ। ਕੀ ਬੋਲੀ ਜਾਂਦੀ ਆ ਹੁਣ? ਕੁਛ ਨਹੀਂ ਮੰਮੀ ਜੀ, ਮੈਂ ਕੀ ਬੋਲਣਾ, ਮੈਨੂੰ ਸਮਝ ਆਉਂਦੀ ਪਤਾ ਨਹੀਂ ਕਾਹਤੋਂ ਖਿਜੀਆਂ ਰਹਿੰਦੀਆਂ ਨੇ ਦੋਏ ਜਣੀਆਂ। ਸਿੱਧੇ ਮੂੰਹ ਤਾਂ ਬੋਲ ਕੇ ਰਾਜੀ ਹੋਣੀ ਇੱਕ ਦੂਜੇ ਨਾਲ। ਦੱਸ ਮੈਂ ਆਪਣੇ ਪੁੱਤਾਂ ਨੂੰ ਕੀ ਦੱਸਾਂ, ਵੀ ਇਹ ਇੱਕ ਦੂਜੇ ਨਾਲ ਕੱਟਦੀਆਂ ਨਹੀਂ ਹੈਗੀਆਂ। ਲੈ ਬਈ, ਹੁਣ ਬੇਲਾਂ ਬੱਚੀਆਂ ਰਹਿਣਗੀਆਂ ਇੱਥੇ ਡੰਗਰ ਡੁੰਗਰ ਤੇ, ਨਾਲੇ ਖਾਊਗੇ ਘਰ ਦੀ ਸਬਜ਼ੀ। ਹੈਂ, ਆ ਕੀ ਕਰੀ ਜਾਂਦੇ ਹੋ ਤੁਸੀਂ? ਉਹ ਬੇਲਾਂ ਮੂਹਰੇ ਆ ਬਾੜ ਕਰੀ ਹੈ, ਕੋਈ ਡੰਗਰ ਡੁੰਗਰ ਪੱਟ ਦਿੰਦਾ ਹੁੰਦਾ, ਘਰ ਦੀ ਸਬਜ਼ੀ ਖਾਊਂਗੇ, ਨਾ ਕੋਈ ਰੇਹ ਨਾ ਕੋਈ ਸਪਰੇਅ। ਖਾਊਂਗੇ ਸਬਜ਼ੀ ਜਾਂਦੀਆਂ ਗੱਲਾਂ, ਉਹ ਦੇਖ ਲਾ ਅੱਜ ਫੇਰ ਗਰਿੰਜਰ ਵਿੱਚੇ ਆ ਟੱਪ ਗਿਆ। ਉਹ ਹੁਣ ਕੀ ਹੋ ਗਿਆ? ਫੇਰ ਆ ਗਿਆ, ਫੇਰ ਬਚਾ ਗਿਆ ਉਹਨੂੰ। ਮੈਂ ਇੰਨੀ ਵਧੀਆ ਆਪਣੀ ਸਕੀਮ ਖੇਲੀ ਤੀ, ਹੋ ਗਈ ਤੀ, ਸਾਰਾ ਕੰਮ ਹੋ ਲਿਆ ਤੀ, ਪਤਾ ਨਹੀਂ ਫੇਰ ਕਿੱਥੋਂ ਆ ਕੇ ਥਰਮੋਸ ਚੱਕ ਕੇ ਆ ਗਿਆ। ਜਦ ਤੈਨੂੰ ਮੈਂ ਕਿਹਾ ਵੀ ਜਾ ਗੁਰਿੰਦਰ ਘਰਾਂ ਹੁੰਦਾ ਆਪਣੀ ਸਕੀਮ ਨਾਲ ਲੜਾਇਆ ਕਰ। ਉਹ ਮੈਨੂੰ ਤਾਂ ਐਂ ਤੇ ਵੀ ਗਿਆ ਹੋਇਆ ਬਾਹਰ, ਪਤਾ ਨਹੀਂ ਕਿੱਥੋਂ ਆ ਗਿਆ, ਕਿੱਥੋਂ ਉਹਨੂੰ ਸੁਪਨਾ ਆ ਜਾਂਦਾ। ਉਹ ਫੇਲ ਹੋ ਗਈ ਫੇਰ ਸਕੀਮ ਤੇਰੀ, ਉਹ ਤੂੰ ਇੰਨੇ ਜੋਗੀ ਹੋਇਆ, ਮੈਂ ਦੇਖ ਲਿਆ ਹਿਸਾਬ ਲਾ ਲਿਆ, ਠੀਕ ਹੈ ਨਾ? ਫਿਰ ਤੂੰ ਕਰ ਲਾ ਕੁਛ, ਜੇ ਮੈਂ ਇੰਨੇ ਜੋਗੀ ਆ ਤੂੰ ਕਰ ਲਾ ਕੁਛ। ਮੈਂ ਤਾਂ ਕਰੂੰਗਾ ਫਿਰ, ਨਾਲੇ ਦੇਖੀ ਜੇ ਮੇਰੀ ਸਕੀਮ ਫੇਲ ਹੋ ਜਾਵੇ ਤਾਂ ਕਹੀਂ। ਮੇਰੀ ਗੱਲ ਸੁਣ ਧਿਆਨ ਨਾਲ, ਤੂੰ ਨਾ ਹੁਣ ਉਹਨਾਂ ਨਾਲ ਮਿੱਠੀ ਬਣ ਕੇ ਰਹੀਂ, ਠੀਕ ਹੈ ਨਾ? ਪਿਆਰ ਨਾਲ ਗੱਲ ਕਰੀਂ, ਬਾਕੀ ਸਕੀਮ ਲੜਾਊਂਗਾ ਮੈਂ, ਸਮਝ? ਉਹ ਮੈਂ ਕਿਤੇ ਉਹਨਾਂ ਮਿੱਠੀ ਬਣ ਕੇ ਬੈਠੀ ਰਹਾਂ, ਤੂੰ ਦਾਰੂ ਪੀ ਕੇ ਬਾਹਰ ਫਿਰੀ ਜਾਵੇਂ। ਕੋਈ ਚੱਜ ਦੀ ਸਕੀਮ ਲਾਈ ਜਿਹਦੇ ਨਾਲ ਕੁਛ ਬਣ ਵੀ ਜਾਵੇ? ਉਹ ਸਕੀਮ ਚੱਜ ਦੀ ਹੈ, ਜੇ ਸੁਣੇਗੀ ਮੰਨੇਗੀ ਤਾਂ ਚੱਲੂਗੀ ਸਕੀਮ, ਠੀਕ ਹੈ? ਹੁਣ ਤਾਂ ਲੜਨਾ ਨਹੀਂ ਉਹਨਾਂ ਨਾਲ, ਕੰਮ ਤੋਂ ਨਹੀਂ ਜਵਾਬ ਦੇਣਾ, ਕੋਈ ਕਿੜਕਿੜ ਨਹੀਂ ਕਰਨੀ, ਬਸ ਤੂੰ ਸਾਰਿਆਂ ਨਾਲ ਪਿਆਰ ਨਾਲ ਗੱਲ ਕਰਨੀ ਹੈ, ਠੀਕ ਹੈ? ਠੀਕ ਆ, ਦੇਖ ਲੈਂਦੀ ਆ ਤੇਰੀ ਵੀ ਸਕੀਮ ਨੂੰ। ਹਾਂ, ਮੇਰੀ ਸਕੀਮ ਦੇਖੀ ਨਾਲੇ ਕਿਵੇਂ ਭੱਜੀ ਜਾਊ। ਮੈਂ ਤਾਂ ਇਹੀ ਜੀ ਸਕੀਮ ਚਲਾਉ ਨਾ, ਕਰਮਜੀਤ ਤਾਂ ਆਪ ਕਹੂ ਮੈਂ ਨਹੀਂ ਇਸ ਘਰ 'ਚ ਰਹਿੰਦੀ, ਮੈਨੂੰ ਇੱਥੋਂ ਕੱਢੋ, ਸਮਝ ਗਈ ਤੂੰ? ਨਾਲੇ ਗੁਰਿੰਦਰ ਉਹਨੂੰ, ਗੁਰਿੰਦਰ ਘਰੋਂ ਨਿਕਲਣ ਦੇ ਦੂਗਾ ਉਹਨੂੰ। ਉਹ ਤੂੰ ਦੇਖਦੀ ਤਾਂ ਜਾਈ, ਪਹਿਲਾਂ ਤਾਂ ਮੈਂ ਗੁਰਿੰਦਰ ਨੂੰ ਘਰੋਂ ਕੱਢੂੰਗਾ, ਫਿਰ ਕੱਢੂ ਕਰਮਜੀਤ ਨੂੰ। ਗੁਰਿੰਦਰ ਨੂੰ ਕਿਵੇਂ ਕੱਢੇ? ਉਹ ਮੇਰੀ ਸਕੀਮ ਹੈ ਕੋਈ, ਨਾਲੇ ਆਪ ਜਾਊਗਾ, ਖੁਸ਼ ਹੋ ਕੇ ਜਾਊਗਾ ਘਰੋਂ। ਹੁਣ ਤੂੰ ਐਂ ਕਰੀ, ਮੈਂ ਕਹਿੰਦਾ ਤੂੰ ਕੁਛ ਵੀ ਨਾ ਕਰੀ, ਬਸ ਤੂੰ ਉਹਨਾਂ ਨਾਲ ਪਿਆਰ ਨਾਲ ਰਹੀ, ਠੀਕ ਹੈ? ਇੰਨਾ ਕੁ ਤਾਂ ਕਰ ਸਕਦੀ ਹੈ। ਉਹ ਕਰ ਲੂੰਗੀ, ਹਾਂ, ਪਰ ਜੇ ਤੇਰੀ ਕੋਈ ਸਕੀਮ ਚੱਲੂਗੀ? ਉਹ ਚੱਲੂਗੀ, ਤੇਰੀਆਂ ਸਕੀਮਾਂ ਵਾਂਗੂ ਨਾ, ਫੋਕੀ ਸਕੀਮ ਨਹੀਂ ਮੇਰੀ। ਹੈ, ਉਹ ਕਹਿੰਦੇ ਨਹੀਂ ਹੁੰਦੇ ਸਬਰ ਦਾ ਫਲ ਮਿੱਠਾ ਹੁੰਦਾ, ਸਬਰ ਰੱਖੀ ਸਬਰ। ਜਾ ਹੁਣ ਐ ਕਰ, ਡੱਬਾ ਤੇ ਬਾਲਟੀ ਚੱਕ ਕੇ ਲਿਆ, ਇਹਨਾਂ ਬੇਲਾਂ 'ਚ ਪਾਣੀ ਪਾਈਏ। ਮਿੱਤੇ ਨਹੀਂ ਪੈਂਦਾ ਹੈਗਾ, ਉਹ ਸਬਜ਼ੀਆਂ ਵੀ ਤਾਂ ਹੀ ਖਾਣੀਆਂ, ਤਾਂ ਹੀ ਰਹਿਣਾ ਇੱਥੇ ਕਰਾਂ। ਹਾਏ ਕਮਲੀ, ਜਿਹੜੀ ਗੱਲ ਕਹਿੰਦੇ ਆ ਉਹ ਮੰਨਦੀ ਨਹੀਂ, ਜਿਹੜੀ ਆਪ ਕਰਦੀ ਆ ਉਹ ਹੁੰਦੀ ਨਹੀਂ। ਆ ਡੱਬਾ ਚੱਕ ਲਿਆ, ਨਾਲੇ ਬਾਲਟੀ ਭਰ ਲਿਆ, ਭਰ ਲਿਆ ਪਾਣੀ ਭਰ ਲਿਆ। ਡਰਾਇਰ ਜਾਂ ਮਾਰੀ ਲੈਂਦਾ ਬੜਾ ਜਨਾ ਹੈ ਨਾ। ਚਲ ਛੱਡ, ਹੁਣ ਹੋ ਗਏ ਜੀ ਤਿਆਰ ਤੁਸੀਂ? ਹਾਂ, ਹੋ ਗਿਆ ਤਿਆਰ। ਮੈਂ ਤਾਂ ਹੀ ਕਹਿੰਦੀ ਸੀ, ਗੱਲ ਤਾਂ ਮੈਂ ਕੱਲ ਵੀ ਕਰਨੀ ਸੀ, ਕੱਲ ਮੈਨੂੰ ਟਾਈਮ ਜਿਹਾ ਹੀ ਨਹੀਂ ਮਿਲਿਆ ਹੈਗਾ। ਤੁਸੀਂ ਡਿਊਟੀ ਤਾਂ ਕਰਦੇ ਹੋਗੇ ਹੈ ਨਾ, ਇੰਨੇ ਕੁ ਨਾਲ ਆਪਣਾ ਘਰ ਦਾ ਖਰਚਾ ਔਖਾ ਜਿਹਾ ਚੱਲਦਾ। ਮੈਂ ਇਹ ਕਹਿੰਦੀ ਸੀ ਵੀ ਤੁਸੀਂ ਹੋਰ ਕੰਮ ਕਰ ਲਓ। ਅੱਜ ਸੁਣ ਮੈਂ ਦੱਸਿਆ ਇੱਕ ਗੱਲ, ਜਗਰੂਪ ਨੇ ਨਾ ਸੌਦਾ ਸੁਦਾ ਕਿਰਾਏ ਦੀ ਬਾਹਰ,
ਮੰਮੀ ਨੂੰ ਖਾਸੇ ਪੈਸੇ ਫੜਾਏ ਉਹਨੇ ਲਿਆ ਕੇ। ਮੈਂ ਐਂ ਕਹਿੰਦੀ ਦੀਦੀ ਤੁਸੀਂ ਵੀ ਸੌਦੇ ਸੁਦੇ ਕਰਾਉਣ ਲੱਗ ਜਾਓ, ਚਾਰ ਪੈਸੇ ਬਣ ਜਾਇਆ ਕਰਨਗੇ। ਮੇਰੀ ਸੁਣ ਗੱਲ, ਜਗਰੂਪ ਦਾ ਪਤਾ ਕੰਮ ਕੀ ਹੈ? ਕਿਸੇ ਦਾ ਮੋਟਰਸਾਈਕਲ ਵਿਕਾ ਦਾ, ਕਿਸੇ ਦੀ ਕਾਰ ਵਿਕਾ ਦੀ, ਵਧੀਆ ਕੰਮ ਹੈ, ਮਾੜਾ ਕੰਮ ਹੈ, ਮੈਂ ਵੀ ਉਹੀ ਕਹਿੰਦੀ ਆ। ਆਪਣਾ ਖਰਚਾ ਤੋਰਿਆ ਹੋਇਆ ਉਹਨੇ, ਪਰ ਗੱਲ ਪਤਾ ਕੀ ਇਹਦੇ ਵਿੱਚ, ਕਈ ਵਾਰ ਮਹੀਨਾ ਮਹੀਨਾ ਸੌਦਾ ਨਹੀਂ ਆਉਂਦਾ। ਅੱਛਾ, ਹੈਂ ਉਹ ਤਾਂ ਕੁਆਰ ਹੈਗਾ, ਉਹਦਾ ਸਰ ਰਿਹਾਗਾ, ਚਾਹੇ ਦੋ ਮਹੀਨੇ ਸੌਦਾ ਨਾ ਆਵੇ। ਹੈਂ ਹੁਣ ਆਪਣਾ ਤਾਂ ਵਿਆਹ ਹੋਇਆ ਵਾ, ਸੌ ਖਰਚੇ ਨੇ। ਹੈਂ ਉਹ ਤਾਂ ਚੱਲ ਠੀਕ ਹੈ, ਪਰ ਮੈਂ ਇਹ ਕਹਿੰਦੀ ਤੀ ਵੀ ਚੱਲ ਡਿਊਟੀ ਦੇ ਨਾਲ ਨਾਲ ਨਾ ਕੋਈ ਹੋਰ ਕੰਮ ਤੋਰ ਲਓ ਤੁਸੀਂ। ਹੁਣ ਕੰਮ ਕੀ ਤੋਰੀਏ, ਕੰਮ ਤੋਰਾਂਗੇ ਖਰਚਾ ਹੋਊਗਾ, ਹੈ ਨਾ? ਖਰਚਾ ਤਾਂ ਫਿਰ ਹੋਊਗਾ ਜੀ, ਕੋਈ ਐਂ ਦੇਖ ਲਓ ਵੀ ਜਿਹੜਾ ਨਾ ਖਰਚਾ ਹੋਵੇ ਇਹੋ ਜਿਹਾ ਕੰਮ ਕਰ ਲਓ। ਮੈਂ ਇਹ ਕਹਿੰਦੀ ਤੀ ਵੀ ਚੱਲ ਤੁਸੀਂ ਕਰਦੇ ਰਹਿ ਜਾਓ, ਨਾਲ ਨਾਲ ਕੋਈ ਸੌਦਾ ਪੱਤਾ ਵੀ ਕਰਾਈ ਜਾਓ, ਸਾਲ ਛੇ ਮਹੀਨੇ 'ਚ ਇੱਕ ਮਿਲ ਗਿਆ ਮਾੜੇ ਮੋਟੇ ਪੈਸੇ ਹੋ ਜਾਇਆ ਕਰਨਗੇ। ਮੈਂ ਡਿਊਟੀ ਦੇ ਹੁੰਦੇ ਹੋਏ ਵੀ ਕਰੀ ਜਾਊਂਗਾ, ਪਰ ਉਹ ਪੱਕਾ ਕੰਮ ਥੋੜ੍ਹਾ ਹੈ ਉਹ ਕੰਮ, ਤਾਂ ਕੋਈ ਐਸਾ ਚਾਹੀਏ ਜਿਹੜਾ ਵੀ ਹਾਂ 10-12 ਲੱਖ ਲਾ ਦਿਆ ਜੀ, ਮਹੀਨੇ ਦਾ 1 ਲੱਖ ਰੁਪਇਆ ਹੀ ਜਾ ਰਿਹਾ। ਪਰ ਇੰਨੇ ਪੈਸੇ ਲਾਵਾਂਗੇ ਕਿੱਥੋਂ? ਪੈਸੇ ਤਾਂ ਲੱਗਦੇ, ਪੈਸੇ ਤਾਂ ਮੰਮੀ ਆਪੇ ਲਾ ਦੂ, ਪੈਸੇ ਦੀ ਟੈਨਸ਼ਨ ਨਹੀਂ ਕੋਈ। ਮੰਮੀ ਉਹ ਜਿਹੜੀ ਜਠਾਣੀ ਹੈ ਦੇਖ ਲਾ ਤੇਰੀ ਭਾਬੀ, ਉਹਦੀ ਖੜ ਜਾਂਦੀ ਹੈ ਮੂਹਰੇ। ਉਹ ਆਪਾਂ ਤਾਂ ਆਪਣੇ ਹਿੱਸੇ 'ਚ ਲਵਾਉਣੇ ਆ ਯਾਰ, ਫਿਰ ਤਾਂ ਸਾਰਾ ਕੁਛ ਗੱਲ ਹੋ ਜਾਂਦੀ ਹੁੰਦੀ ਫਿਰ ਤਾਂ। ਹੋਰ ਮੇਰਾ ਵੀ ਤਾਂ ਹਿੱਸਾ ਘਰ 'ਚ, ਇੰਨੀ ਜ਼ਮੀਨ ਹੈ, 12 ਕਿੱਲੇ ਜ਼ਮੀਨ ਹੈ ਸਾਡੇ ਕੋਲ, 4-4 ਕਿੱਲੇ ਹੁਣ ਤਿੰਨਾਂ ਨੂੰ ਆਉਂਦੇ ਨੇ, ਮੈਂ ਆਪਦਾ ਕਿੱਲਾ ਵੇਚ ਕੇ ਕੰਮ ਕਰ ਲੂੰਗਾ, 3 ਮੇਰੇ ਕੋਲ ਫਿਰ ਰਹਿ ਜਾਣੇ। ਨਾ ਨਾ, ਕਿੱਲਿਆਂ ਨਹੀਂ ਵੇਚਣਾ ਆਪਾਂ, ਆਪਾਂ ਵੈਸੇ ਮੰਮੀ ਨਾਲ ਗੱਲ ਕਰਦੇ। ਚੱਲ ਸੁਣ ਮੇਰੀ, ਸੁਣ ਮੇਰੀ, ਸੁਣ ਮੇਰੀ ਗੱਲ, ਜਦ ਰੱਬ ਨੇ ਕੁਛ ਆਇਆ ਤਾਂ ਕੰਮ ਕਰ ਲਾਂਗੇ, ਕੋਈ ਹੋਟਲ ਹਾਟਲ ਖੋਲ੍ਹ ਲਾਂਗੇ ਜਾਂ ਪੀਜੀ ਪੂਜੀ ਬਣਾ ਲਾਂਗੇ, ਠੀਕ ਹੈ? ਕੋਈ ਨਾ ਕੋਈ ਤਾਂ ਕੰਮ ਕਰੋ ਜੀ, ਕਿਉਂਕਿ ਹੁਣ ਸਾਰੀ ਉਮਰ ਆਪਾਂ ਆਹ 15-20 ਹਜ਼ਾਰ 'ਤੇ ਵੀ ਨਹੀਂ ਬੈਠਣਾ। ਉਹ ਤਾਂ ਗੱਲ ਠੀਕ ਹੈ ਤੇਰੀ, ਹਾਂ ਹੈ ਨਾ। ਚੱਲ ਚੱਲ ਆਪਣੇ ਸਾਂਝੇ ਮੈਂ ਸਰੀ ਜਾਂਦਾ ਹੈਗਾ, ਜ਼ਮੀਨ ਦਾ ਠੇਕਾ ਆ ਜਾਂਦਾ ਹੈਗਾ, ਮੰਮੀ ਦੀ ਪੈਨਸ਼ਨ ਆ ਜਾਂਦੀ ਹੈ, ਵੀ ਕੋਈ ਦਿੱਕਤ ਜੀ ਨਹੀਂ ਹੈਗੀ ਇੰਨੀ ਕੋਈ। ਹਾਂ, ਮੈਂ ਉਹ ਕੱਪੜੇ ਜੇ ਚੱਕਦਾ, ਕਿੰਨੇ ਕੀੜੇ ਪਏ। ਮੈਂ ਵੀ ਚੱਲਿਆ ਬਸ। ਚਲੋ ਠੀਕ ਹੈ, ਠੀਕ ਹੈ। ਲੈ ਬਈ, ਆਹ ਬਣ ਗਈ ਨਾ ਗੱਲ, ਹੁਣ ਆਊਗੀ ਸਕੀਮ ਲੋਟ, ਹੁਣ ਬਣ ਗਈ ਨਾ। ਕੀ ਸਕੀਮ ਲਾਈ ਜਾਂਦਾ ਹੁਣ ਤੂੰ, ਆ ਕੀ ਕਰਦਾ ਫੇੜਾ? ਉਹ ਤੂੰ ਇੱਥੇ ਬੈਠ, ਮੇਰੀ ਗੱਲ ਸੁਣ, 1 ਮਿੰਟ ਬੈਠ ਇੱਥੇ। ਹਾਂ ਬੈਠ ਗਈ, ਦੱਸ। ਉਹ ਆ ਦੇਖ ਲੈ ਕੀ ਗੱਲਾਂ ਕਰਦੇ ਆ, ਮੈਂ ਗੱਲਾਂ ਸੁਣਦਾ ਸੀ ਹੁਣ ਇਹਨਾਂ ਦੀਆਂ। ਕਰਮਜੀਤ ਕਹਿੰਦੀ ਸਾਡਾ 10-15 ਹਜ਼ਾਰ ਨਾਲ ਕੁਛ ਨਹੀਂ ਬਣਦਾ, ਕੋਈ ਵੱਡਾ ਕੰਮ ਕਰੋ ਵੱਡਾ। ਹੈ ਹੁਣ ਮੌਕਾ ਹੈ, ਇਹ 10-15 ਲੱਖ ਲਾਉਣ ਨੂੰ ਫਿਰਦਾ ਕਿਸੇ ਕੰਮ 'ਤੇ, ਮੈਂ ਕਹਿੰਦਾ ਇਹਨੂੰ 10-15 ਲੱਖ ਨਾਲ ਬਾਹਰ ਭੇਜ ਦਿੰਦੇ ਹਾਂ, ਇਹ ਘਰ 'ਤੇ ਬਾਹਰ ਗਿਆ, ਰਹਿ ਗਈ ਕਰਮਜੀਤ, ਕਰਮਜੀਤ ਨੂੰ ਆਪਾਂ ਬਾਅਦ 'ਚੋਂ ਕੱਢ ਦਾਂਗੇ। ਆਹੋ, ਉਹ ਤਾਂ ਹੈ ਹੀ ਭੋਲੀ ਜੀ ਆ। ਹਾਂ ਫਿਰ ਤਾਂ ਉਹ ਕੱਢਣੀ ਸੌਖੀ ਹੋਈ ਆ। ਬਸ ਤਾਂ ਹੀ ਮੈਂ ਤੈਨੂੰ ਕਹਿੰਦਾ, ਤੂੰ ਬਸ ਪਿਆਰ ਨਾਲ ਰਹਿ ਇਹਨਾਂ ਨਾਲ। ਬਸ ਇਹੀ ਆ, ਥੋੜ੍ਹਾ ਜਿਹਾ ਚਲਾਕ। ਉਹ ਇਹਨੂੰ ਤਾਂ ਬਾਹਰ ਕੱਢ ਦੇਣਾ, ਆਪਾਂ ਨੇ ਬਾਹਰ ਭੇਜ ਦੇਣਾ ਇਹਨੂੰ। ਚੱਲ ਠੀਕ ਆ, ਵਧੀਆ ਫਿਰ। ਹਾਂ ਹੁਣ ਪਿਆਰ ਨਾਲ ਰਹੀ ਇਹਨਾਂ ਨਾਲ, ਠੀਕ ਹੈ ਠੀਕ। ਬਾਕੀ ਮੈਂ ਆਪੇ ਸਕੀਮ ਲੜਾਉਣਾ। ਚੱਲ ਸ਼ੁਕਰ ਆ, ਜੇ ਤਾਂ ਫਿਰ ਤੇਰਾ ਵੀ ਕੋਈ ਦਿਮਾਗ ਕੰਮ ਕਰਿਆ, ਮੈਨੂੰ ਤਾਂ ਲੱਗਦਾ ਨਹੀਂ ਤੂੰ ਕੁਛ ਕਰ ਲਏਗਾ। ਉਹ ਕਿਉਂ ਨਹੀਂ ਕਰ ਲਏਗਾ, ਕਰਨਾ ਤਾਂ ਹੈ ਉਹ ਤਾਂ, ਠੀਕ ਹੈ। ਚੱਲ ਵਧੀਆ ਹੋ ਗਿਆ, ਸ਼ੁਕਰ ਆ। ਹਾਂ ਦੇਖੀ ਹੁਣ, ਠੀਕ ਹੈ। ਆਹੋ ਚੱਲ ਫਿਰ, ਚੱਲ ਠੀਕ ਆ ਫਿਰ। ਗੁਰਿੰਦਰ, ਇਹ ਕਰਮਜੀਤ ਪੁੱਤ, ਮੇਰੀ ਗੱਲ ਸੁਣੋ ਬਾਹਰ ਆ ਕੇ। ਕੀ ਗੱਲ ਹੋ ਗਈ ਮੰਮੀ? ਆ ਜਾ ਪੁੱਤ, ਗੁਰਿੰਦਰ ਨੂੰ ਵੀ ਬੁਲਾ। ਹਾਂ ਮੰਮੀ, ਕੀ ਗੱਲ ਹੋ ਗਈ? ਪੁੱਤ ਹਾਂ, ਤੂੰ ਆਪਣੇ ਭਾਈ ਦੀ ਗੱਲ ਸੁਣ। ਹਾਂ ਕੀ ਕਹਾਂ ਭਾਈ? ਇਹਨੇ ਬਹੁਤ ਸੋਹਣੀ ਗੱਲ ਸੋਚੀ ਹੈ ਇੱਕ। ਕੀ ਹੋ ਗਿਆ? ਉਹ ਮੈਂ ਤਾਂ ਗੁਰਿੰਦਰ ਐਂ ਕਹਿੰਦਾ ਮੰਮੀ ਨੂੰ ਵੀ ਦੇਖ, ਮੈਂ ਖੇਤੀ 'ਚ ਲੱਗਿਆ ਰਹਿੰਦਾ, ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਆ, ਬਣਦਾ ਕੁਛ ਵੀ ਨਹੀਂ ਆਪਣੇ ਘਰ ਦਾ। ਤੂੰ ਸਵੇਰੇ ਟਿਫਨ ਚੱਕ ਕੇ ਲੰਘ ਜਾਂਦਾ, ਰਾਤ ਨੂੰ ਆਉਣਾ। ਕਿੰਨੀ ਤਨਖਾਹ ਤੇਰੀ ਭਲਾ? ਅਸੀਂ ਕਰ ਕਰਾ ਕੇ 20 ਤੱਕ ਤਾਂ ਕਮਾਈ ਲੈਂਦਾ। 20 ਚੋਂ ਫਿਰ ਇਹ ਆ ਤੇਲ ਪਾਉਂਦਾ ਮੋਟਰਸਾਈਕਲ 'ਚ, ਫਿਰ ਕਦੇ ਟਾਇਰ ਹੋ ਗਿਆ, ਕਦੇ ਇੰਜਣ ਹੋ ਗਿਆ, 20 ਖਰਚੇ ਆ। ਉਹੀ 10-12 ਹਜ਼ਾਰ ਬਚਦਾ ਮਹੀਨੇ ਦਾ। 10-12 ਹਜ਼ਾਰ ਨਾਲ ਐਡਾ ਆਪਣਾ ਟੱਬਰ ਹੈ ਨਾ, ਪਰਿਵਾਰ ਚੱਲਣਾ ਨਹੀਂ। ਕਹਿਣਾ ਕੀ ਚਾਹੁੰਦੇ ਹੋ ਤੁਸੀਂ? ਮੈਂ ਤੁਹਾਡੀ ਗੱਲ ਆਪਣੇ ਭਾਈ ਨੂੰ ਦੱਸ ਦੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਤੈਨੂੰ ਅਸੀਂ ਬਾਹਰ ਭੇਜ ਦਿੰਦੇ ਹਾਂ। ਹਾਂ ਪੁੱਤ, ਇਹਦਾ ਹੀ ਸੋਚਦਾ, ਕਹਿੰਦਾ ਮੰਮੀ ਆਪਣਾ ਘਰ ਗਾਹਾਂ ਤੁਰ ਪੂਆ ਤਰੱਕੀ ਕਰ ਲਊਗਾ। ਆ ਦੇਖ ਲਾ ਹੁਣ ਉਹਨਾਂ ਦਾ ਗੇਲੇ ਦਾ ਸਾਰਾ ਟੱਬਰ, ਗੇਲੇ ਦਾ, ਭੋਲੇ ਦਾ, ਛਿੰਦੇ ਦਾ, ਮਿੱਟੂ ਦਾ, ਸਾਰਿਆਂ ਦੇ ਲਾਣੇ ਬਾਹਰ ਹੈ। ਪੁੱਤ ਕੋਈ ਡਰ ਤਾਂ ਨਹੀਂ ਜੇ ਤੇਰਾ ਮਨ ਮੰਨੇ?
ਚੱਲ ਦੇਖ ਲੋ ਜਿਵੇਂ ਤੁਸੀਂ ਸਿਆਣੇ ਕਹਿੰਦੇ ਹੋ। ਨਹੀਂ ਸਿਆਣੇ ਨਹੀਂ, ਦੇਖ ਕਰਮਜੀਤ ਨਾਲ ਪੁੱਛ ਲੈ ਤੂੰ ਗੱਲ ਕਰ ਭਾਈ, ਫਿਰ ਸਾਨੂੰ ਹਾਂ ਕੱਲ ਨੂੰ ਸਾਨੂੰ ਨਾ ਕਹਿਓ ਤੁਸੀਂ, ਮੈਂ ਤਾਂ ਕਹਿੰਦਾ ਆਪਣਾ ਟੱਬਰ ਦੀ ਤਰੱਕੀ ਹੋ ਜਾਊਗੀ। ਦੇਖ ਲੋ ਜੀ, ਜੇ ਸੁਣ ਸਹੀ ਲੱਗਦੀ ਤਾਂ ਦੇਖ ਲਓ। ਠੀਕ ਹੈ, ਮੈਨੂੰ ਮਨਜ਼ੂਰ ਹੈ, ਫਿਰ ਕਿਹੜੀ ਕਿਹੜੀ ਕੰਟਰੀ ਫਿਰ ਚੰਗੀ ਜਾਊਂਗਾ, ਕੈਨੇਡਾ ਅਮਰੀਕਾ ਜਾਊਂਗਾ। ਦੇਖ ਆਪਾਂ ਪੈਸੇ ਲਾ ਕੇ ਵਧੀਆ ਕੰਟਰੀ ਕੈਨੇਡਾ ਭੇਜ ਦੂੰਗੇ। ਚੱਲ ਦੇਖ ਲਓ ਫਿਰ, ਹੈਨਾ, ਨਾਲੇ ਆਪਣਾ ਸਾਰਾ ਪਿੰਡ ਤਾਂ ਕੈਨੇਡਾ 'ਚ ਬੈਠਾ, ਤੈਨੂੰ ਕੰਮ ਵੀ ਮਿਲ ਜੂਗਾ ਉੱਥੇ, ਨਾਲੇ ਆ ਛੋਟੇ ਜਿਹੇ ਘਰ 'ਚ ਗਾਹਾਂ ਗਾਹਾਂ ਗੁਜ਼ਾਰਾ ਨਹੀਂ ਹੋਣਾ, ਆਪਾਂ ਜਗਰੂਪ ਨੂੰ ਵੀ ਵਿਆਹਣਾ ਹੈ। ਨਾਲੇ ਕੰਪਨੀਆਂ ਨੂੰ ਕਹੂੰਗਾ ਨਾ ਵੀ ਮਾੜਾ ਮੋਟਾ ਬਣਾ ਕੇ ਦੇ ਦੋ ਮੇਰਾ ਸਰਟੀਫਿਕੇਟ, 18 ਸਾਲ ਨੂੰ ਕੰਮ ਕਰਦੇ ਨੇ, ਅਕਸਰ ਨੂੰ ਹੋ ਗਏ ਯਾਰ, ਲੈ ਲੈ ਤੂੰ ਉਹਨਾਂ ਦੇ, ਹਨਾ। ਚੱਲ ਤੂੰ ਫਿਰ ਤਾਂ ਇਸ ਕੰਮ ਕਰਨ ਵਾਸਤੇ ਜੁੱਟ ਜੋ, ਆਪਾਂ ਵੀ ਕੈਨੇਡਾ ਵਾਲੇ ਵਿਚਣ ਲੱਗ ਜੀ। ਲੈ ਹੋਰ ਆਹੋ, ਚੱਲ ਠੀਕ ਹੈ ਫਿਰ, ਮੈਂ ਦਿੰਦਾ ਪਾਸਪੋਰਟ, ਹਨਾ, ਕੋਈ ਬੰਦਾ ਏਜੰਟ ਦੇਖੋ ਵਧੀਆ, ਬਹੂ ਨੂੰ ਬੁਲਾ ਕੇ ਛੇਤੀ ਭਾਈ, ਫਿਰ ਮੈਨੂੰ ਬੁਲਾ ਲਈ, ਮੈਂ ਸਾਰਿਆਂ ਨੂੰ ਬੁਲਾ ਲੈਣਾ ਫਿਰ, ਸਾਰੇ ਜਾਣਗੇ, ਸਾਰੇ ਬੁਲਾ ਲੈਣੇ, ਹੋਰ ਕਿਆ, ਹੋਰ। ਚੱਲ ਅਸੀਂ ਤਾਂ ਬਾਅਦ ਚ ਆ ਜਾਾਂਗੇ, ਪਹਿਲਾਂ ਇਹਨੂੰ ਕਰਮਜੀਤ ਨੂੰ ਬੁਲਾ ਕੇ ਮੰਮੀ ਨੂੰ ਬੁਲਾ ਲਈਏ। ਚੱਲ ਕੋਈ ਨਹੀਂ ਫਿਰ, ਠੀਕ ਹੈ, ਮੈਨੂੰ ਮਨਜ਼ੂਰ ਹੈ, ਮੈਂ ਤੁਹਾਨੂੰ ਬਥੇਰੀ ਰੋਟੀ ਪਾਣੀ ਬਣਾ ਕੇ ਦੇ ਦਿਆ ਕਰੂੰਗੇ, ਮੈਨੂੰ ਮਨਜ਼ੂਰ ਹੈ। ਚੱਲ ਫਿਰ ਠੀਕ ਹੈ, ਹੁਣ ਤੂੰ ਤਿਆਰੀ ਖਿੱਚ, ਬਾਕੀ ਆਪਾਂ ਬੰਦਾ ਦੇ ਕੇ ਕਿੱਥੇ ਪਾਸਵਰਡ ਲਾਉਣਾ, ਕਿੱਥੇ ਪੋਰਟ ਲਾਉਣਾ, ਕਿੱਥੇ ਵਧਾਉਣਾ ਘਟਾਉਣਾ, ਸਾਰਾ ਕੰਪਿਊਟਰ ਲਾਉਣਾ। ਹਾਂ ਚਲ ਖਬਰ ਬਾਬਾ ਜੀ ਦੀ ਮਿਹਰ ਹੋ ਜੇ ਪੁੱਤ, ਕਰ ਲੋ ਹਿੰਮਤ ਫਿਰ ਤਾਂ। ਚਲੋ ਠੀਕ ਹੈ, ਠੀਕ ਹੈ ਫਿਰ, ਠੀਕ ਹੈ, ਹਾਂ ਮੈਨੂੰ ਮਨਜ਼ੂਰ ਹੈ। ਚਲ ਭਾਈ ਤੁਸੀਂ ਵੀ ਰੋਟੀ ਪਾਣੀ ਕਰ ਲੋ ਫਿਰ ਲਾਕੇ ਨਾਲ, ਹੁਣ ਦੇਖ ਕੇ ਇਕੱਠੀਆਂ ਹੋ ਕੇ ਕੰਮ ਕਾਰ ਕਰ ਲਿਆ ਕਰੋ ਦੋਵੇਂ ਭੈਣਾਂ। ਠੀਕ ਹੈ ਮੰਮੀ, ਕੋਈ ਗੱਲ ਨਹੀਂ, ਹੁਣ ਤਾਂ ਕਰਨ ਕੀ ਆਏ ਹੋ, ਠੀਕ ਹੈ। ਲੱਗਦਾ ਵੀ ਸਕੀਮ ਚੱਲ ਜੂ, ਲੈ ਤਾਂ ਚਲਾਤੀ ਨਾ ਸਕੀਮ, ਜਦੇ ਮੰਨ ਕੇ ਦੇਖ ਲੈ, ਐ ਮਨਾਈਦਾ ਹੁੰਦਾ, ਐ ਕਰੀਦੇ ਹੁੰਦੇ ਕੰਮ, ਦਿਮਾਗ ਦੇ ਕੰਮ ਲੈਣਾ ਪੈਂਦਾ ਦਿਮਾਗ ਤੇ, ਤੇਰੇ ਵਾਂਗੂ ਨਹੀਂ ਚੜ ਜਾਣਾ ਚਾਰੇ ਪੈਰ ਲੈ ਕੇ ਉੱਪਰ। ਚੱਲ ਠੀਕ ਆ, ਹਲੇ ਵੀ ਨਰਮਾਈ ਰੱਖੀ, ਕਿਤੇ ਕੋਈ ਗੱਲ ਨਾ ਕਰਦੀ, ਪਹਿਲਾਂ ਆਪਾਂ ਆਹ ਬੇੜੀ ਬੰਨੇ ਲਾ ਦਈਏ। ਠੀਕ ਆ ਠੀਕ ਆ, ਮੇਰੇ ਵੱਲ ਨੂੰ ਅੱਖਾਂ ਜਿਹੀਆਂ ਨਾ ਕੱਢ ਤੂੰ, ਉਹ ਅੱਖਾਂ ਤਾਂ ਕੱਢਦਾ ਉੱਥੇ ਜਾ ਕੇ ਹੋਰ ਨਾ ਕੁਛ ਜੋਦੀ। ਚੱਲ ਠੀਕ ਆ, ਬਣਾ ਲਵਾਂ ਮੈਂ ਵੀ ਰੋਟੀ, ਬਣਾ ਲਾ ਬਣਾ ਲਾ ਰੋਟੀ, ਹਾਂ ਠੀਕ। ਇਹ ਤਾਂ ਸਕੀਮ ਉਈਓ ਲੋਟ ਆ ਗਈ, ਤੈਨੂੰ ਹੁਣ ਮੈਂ ਚੜਾਉ ਪੁੱਤ ਜਹਾਜ ਲੈ, ਤਾਂ ਜਮੀ ਕੰਮ ਲੋਟ ਆ ਗਿਆ ਹੈ, ਇਹ ਤਾਂ ਮੈਨੂੰ ਬਾਹਰ ਤੋਂ ਉਹਨੂੰ ਫਿਰਦੇ ਨੇ। ਲੈ ਦੇਖੋ ਤਾਂ ਜੀ ਕਿਵੇਂ ਖੁਸ਼ ਹੋ ਰਹੇ ਨੇ, ਹੋਰ ਤੁਸੀਂ ਤਾਂ ਕਹਿ ਰਹੇ ਹੋਗੇ, ਮੇਰੇ ਤਾਂ ਪਹਿਲੇ ਨਹੀਂ ਪੈਰ ਲੱਗਣ ਦਿੰਦੀ ਹੈਗੀ ਮੇਰੀ ਜਠਾਣੀ, ਜੇ ਤੁਸੀਂ ਜਾਣਾ ਨਾ ਬਾਹਰ ਤਾਂ ਮੇਰੀ ਗੱਲ ਸੁਣੋ, ਨਾਲੇ ਤਾਂ ਮੰਮੀ ਨੂੰ ਕਹਿ ਦਿਓ ਵੀ ਕਰਮਜੀਤ ਦਾ ਮਾੜਾ ਮੋਟਾ ਧਿਆਨ ਰੱਖੀ, ਨਾਲੇ ਜੋ ਵੀ ਹਿੱਲਾ ਕਰਨਾ ਆਪਣਾ ਕਰਕੇ ਜਾਇਓ। ਤੂੰ ਜਮਾਂ ਫਿਕਰ ਨਾ ਕਰ, ਤੂੰ ਇੱਕ ਵਾਰੀ ਮੇਰਾ ਵੀਜ਼ਾ ਆਉਣ ਦੇ, ਫਿਰ ਦੇਖੀ ਤੂੰ, ਹੋਰ।
ਤਾਂ ਭੋਲੀ ਹੈਗੀ ਉਈ ਘਾਬਰੀ ਜਾਂਦੀ ਦੱਸ ਹੈ ਉਹ ਥੋੜ੍ਹਾ ਜਿਹਾ ਆਪਣਾ ਦਿਮਾਗ ਵਰਤ ਐਂ ਭਾਬੀ ਤੈਨੂੰ ਮੂੰਹ 'ਚ ਪਾ ਲੂਗੀ ਐਂ ਨਹੀਂ ਕੁਛ ਵੀ ਕਹਿੰਦੀ ਚੱਲ ਕੋਈ ਨਹੀਂ ਮੰਮੀ ਨੂੰ ਸਮਝਾ ਕੇ ਜਾਊਂਗਾ ਮੈਂ ਇਹ ਮੰਮੀ ਥੋੜ੍ਹਾ ਜਿਹਾ ਨਾ ਇਹ ਗੱਲ ਤੋਂ ਖਿਆਲ ਰੱਖਿਓ ਕਰਮਜੀਤ ਕੀ ਹੋਇਆ ਕੀ ਸੋਚਦੀ ਆ ਕੁਛ ਨਹੀਂ ਦੀਦੀ ਗੈਸ ਬਲਦਾ ਤੂੰ ਸੋਚਾਂ 'ਚ ਪਈ ਪਈ ਆ ਉਹ ਕੁਛ ਨਹੀਂ ਮੈਂ ਤਾਂ ਦੁੱਧ ਗਰਮ ਰੱਖਣਾ ਦੀ ਉਹ ਰਹਿ ਗਿਆ ਦੁੱਧ ਗਰਮ ਕਰਨਾ ਮੇਰੀ ਗੱਲ ਸੁਣ ਤੂੰ ਐਂ ਟੈਨਸ਼ਨ ਕਾਹਤੇ ਲਈ ਆ ਸੁੱਖ ਨਾ ਆਪਣੇ ਘਰੋਂ ਇੱਕ ਜੀ ਬਾਹਰ ਗਿਆ ਏ ਪੱਕਾ ਹੋ ਜੂਗਾ ਆਪਾਂ ਨੂੰ ਸਾਰਿਆਂ ਨੂੰ ਬੁਲਾ ਲੂਗਾ ਉਹ ਲੜਾਈਆਂ ਲੜੂਈਆਂ ਹੁਣ ਪਿੱਛੇ ਛੱਡ ਦੇ ਜਿਹੜੀਆਂ ਪਹਿਲਾਂ ਹੁੰਦੀਆਂ ਤੀ ਹੁਣ ਆਪਾਂ ਭੈਣਾਂ ਭੈਣਾਂ ਬਣ ਕੇ ਰਹਾਂਗੇ ਠੀਕ ਹੈ ਦੀਦੀ ਠੀਕ ਆ ਸੋਚਣਾ ਨਹੀਂ ਹੈਗਾ ਕੁਛ ਵੀ ਫਿਰ ਆਪਾਂ ਸਾਰੇ ਬਾਹਰ ਚਲੇ ਜਾਵਾਂਗੇ ਠੀਕ ਆ ਨਾ ਉੱਥੇ ਲੜਾਈਆਂ ਕਰਾਂਗੇ ਜਿਹੜੀਆਂ ਕਰਨੀਆਂ ਨੇ ਹੁਣ ਠੀਕ ਹੈ ਦੀਦੀ ਕੋਈ ਮੈਂ ਦੁੱਧ ਗਰਮ ਕਰਦਾ ਚੱਲ ਠੀਕ ਆ ਦਿਲ ਵਾਲੀ ਹੈ ਨਾ ਲੈ ਗੱਡੀ ਹੋ ਗਈ ਹੁਣ ਆਪਣੀ ਗੁਰਿੰਦਰ ਤਾਂ ਚਲੇ ਗਿਆ ਬਾਹਰ ਹੁਣ ਤਾਂ ਐਂ ਰੱਖੂ ਇਹਨੂੰ ਟਣਕਾ ਕੇ ਚਮਕਾ ਕੇ ਚਮਕਦੀ ਹੈ ਨਾ ਤੁਸੀਂ ਹੁਣ ਇਕੱਲੇ ਹੀ ਬੋਲੀ ਜਾਂਦੇ ਹੋ ਗੱਡੀ ਸਾਫ਼ ਕਰੀ ਜਾਂਦੇ ਹੋ ਮੈਂ ਤੁਹਾਨੂੰ ਐਂ ਕਹਿੰਦੀ ਹਾਂ ਹੁਣ ਗੁਰਿੰਦਰ ਨੂੰ ਗਏ ਨੂੰ ਕਿੰਨੇ ਦਿਨ ਤਾਂ ਹੋ ਗਏ ਹੁਣ ਤਾਂ ਕੋਈ ਸਕੀਮ ਲੜਾਓ ਓਏ ਮੈਂ ਤਾਂ ਜਿਹੜੀ ਸਕੀਮ ਲੜਾਉਣੀ ਤੀ ਲੜਾਤੀ ਹੁਣ ਅੱਗੇ ਕੰਮ ਹੈਗਾ ਤੇਰਾ ਨਾ ਹੁਣ ਮੇਰਾ ਕਿਹੜਾ ਕੰਮ ਆ ਉਹੀ ਤੂੰ ਕਦੇ ਆਪਣੀ ਅਕਲ ਨੂੰ ਹੱਥ ਨਹੀਂ ਮਾਰਦੀ ਹੁਣ ਤੂੰ ਐਂ ਕਰੀ ਤੂੰ ਨਾ ਜਾ ਕੇ ਜਗਰੂਪ ਨੂੰ ਭੜਕਾ ਵੀ ਜਿਹੜੀ ਕਰਮਜੀਤ ਹੈ ਨਾ ਉਹ ਤੇਰਾ ਵਿਆਹ ਨਹੀਂ ਹੋਣ ਦਿੰਦੀ ਅੱਛਾ ਹਾਂ ਜੇ ਪੁੱਛੂਗੀ ਕਾਹਤੇ ਤੂੰ ਕਹਿ ਰਹੀ ਵੀ ਉਹਨੂੰ ਜ਼ਮੀਨ ਦਾ ਲਾਲਚ ਹੈ ਵੀ ਜੇ ਜਗਰੂਪ ਦਾ ਵਿਆਹ ਹੋ ਗਿਆ ਨਾ ਤਾਂ ਉਹ ਤਾਂ ਆਪਣੇ ਹਿੱਸੇ ਦੇ 4 ਕਿੱਲੇ ਲੈ ਜੂਗਾ ਵੀ ਜੇ ਨਾ ਹੋਇਆ 2 ਕਿੱਲੇ ਉਹਨਾਂ ਦੇ ਅਤੇ 2 ਕਿੱਲੇ ਸਾਡੇ ਬਸ ਇੱਕ ਹੋਰ ਵੀ ਸਮਝਾਵਾਂ ਹੁਣ ਉਹ ਠੀਕ ਆ ਚੱਲ ਠੀਕ ਆ ਫਿਰ ਇਹ ਤਾਂ ਮੈਂ ਕੰਮ ਕਰ ਲੈਂਦੀ ਹਾਂ ਹਾਂ ਜਾ ਕੇ ਹੁਣ ਭੜਕਾ ਦੇ ਉਹਨੂੰ ਚੱਲ ਠੀਕ ਹੈ ਠੀਕ ਹੈ ਚੱਲ ਇੱਥੇ ਨਾ ਹੁਣ ਗੱਡੀ ਦੇ ਕੱਪੜਾ ਮਾਰੀ ਜਾ ਅੰਦਰ ਆ ਜਾ ਉਹ ਆਪਣੀ ਹੋ ਗਈ ਹੁਣ ਇਹ ਕਮਲੀਏ ਉਹ ਠੀਕ ਆ ਜੇ ਆਪਣੀ ਹੋ ਗਈ ਹੁਣ ਇੱਥੇ ਧੁੱਪ 'ਚ ਥੋੜ੍ਹੀ ਖੜਾ ਰਹਿਣਾ ਤੂੰ ਜਾ ਕੇ ਹੁਣ ਉਹਨੂੰ ਭੜਕਾ ਲੈ ਚਮਕਾ ਸੀ ਨਾ ਹਾਂਜੀ ਹਾਂਜੀ ਵੀਰੇ ਹਾਂ ਮੈਂ ਤੁਹਾਨੂੰ ਗੱਡੀਆਂ ਦੀਆਂ ਫੋਟੋਆਂ ਪਾਈਆਂ ਨੇ ਨਾ ਇਹਦੇ ਨਾ 2 ਟਾਇਰ ਚੇਂਜ ਕਰਾਉਣੇ ਵਾਲੇ ਆ ਕੋਈ ਨਹੀਂ ਬਾਕੀ ਮੈਂ ਪੈਸੇ ਕਢਵਾ ਦੂੰ ਵਿੱਚੋਂ ਹਾਂ ਮੈਨੂੰ ਦੱਸ ਦਿਓ ਕੋਈ ਨਹੀਂ ਬਾਕੀ ਮੌਕੇ 'ਤੇ ਗੱਲ ਹੋ ਜਾਂਦੀ ਹੁੰਦੀ ਆ ਹਾਂ ਨਹੀਂ ਕੋਈ ਨਹੀਂ ਕੋਈ ਨਹੀਂ ਦੱਸਿਓ ਮੈਨੂੰ ਜ਼ਰੂਰ ਠੀਕ ਆ ਜੀ ਤੂੰ ਆ ਗੱਡੀਆਂ ਦੇ ਟਾਇਰ ਬਦਲਦਾ ਰਹਿ ਜੀ ਉਹ ਕਰਮਜੀਤ ਦੇਖ ਲਾ ਤੇਰੇ ਟਾਇਰ ਬਦਲ ਨੂੰ ਫਿਰਦੀ ਆ ਮੇਰੇ ਟਾਇਰ ਬਦਲ ਨੂੰ ਫਿਰਦੀ ਆ ਹੁਣ ਮੇਰੇ ਕਿਹੜੇ ਟਾਇਰ ਲੱਗੇ ਭਾਬੀ ਕੀ ਗੱਲ ਹੋ ਗਈ ਸਮਝ ਲਾ ਮੋਟੇ ਦਿਮਾਗ ਵਾਲੇ ਆ ਤੇਰੇ 2 ਕਿੱਲੇ ਨੌ ਲਵਾਉਣ ਨੂੰ ਫਿਰਦੀ ਆ ਉਹ ਮੇਰੇ 2 ਕਿੱਲੇ ਲਵਾਉਣ ਨੂੰ ਫਿਰਦੀ ਆ ਨਾ 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 ਮੈਂ ਨਹੀਂ ਮੰਨਦਾ ਉਹ ਭਾਬੀ ਤਾਂ ਮੇਰਾ ਇੰਨਾ ਪੱਖ ਪੂਰਦੀ ਆ ਅੱਛਾ ਤੇਰਾ ਪੱਖ ਪੂਰਦੀ ਆ ਉਹ ਤੇਰਾ ਰਿਸ਼ਤਾ ਨਹੀਂ ਹੋਣ ਦਿੰਦੀ ਹੈਗੀ ਕਹਿੰਦੀ ਜੇ ਇਹਦਾ ਰਿਸ਼ਤਾ ਹੋ ਗਿਆ ਤੈਨੂੰ 4 ਕਿੱਲੇ ਜ਼ਮੀਨ ਦੇ ਆਉਂਦੇ ਨੇ ਵੀ ਉਹ ਜਗਰੂਪ ਦੇ ਹੀ 9 ਹੋ ਜਾਣਗੇ ਜੇ ਨਾ ਰਿਸ਼ਤਾ ਹੋਵੇ ਤਾਂ ਆਪਣੇ 9 2-2 ਹੋ ਜਾਣਗੇ ਮੈਨੂੰ ਵੀ ਲਾਲਚ ਦਿੰਦੀ ਸੀਗੀ 2 ਕਿੱਲੇ 4 ਕਿੱਲੇ ਉਹ ਨਹੀਂ ਭਾਬੀ ਤੈਨੂੰ ਵਹਿਮ ਹੋ ਗਿਆ ਹੋਣਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹ ਤਾਂ ਮੇਰਾ ਸਮਾਂ ਕਿ ਪੱਕ ਪੂਰਦੀ ਆ ਜੇ ਕੋਈ ਗੱਲਬਾਤ ਮੇਰੇ ਤੋਂ ਗਲਤੀ ਹੋ ਜਾਂਦੀ ਹੈ ਨਾ ਤਾਂ ਪਰਦਾ ਪਾ ਦਿੰਦੀ ਆ ਜੇ ਮਾੜਾ ਮੋਟਾ ਮੈਂ ਬੈਗ ਬੁੱਗ ਲਾ ਵੀ ਲੈਂਦਾ ਉਹਨੂੰ ਪਤਾ ਲੱਗ ਜਾਂਦਾ ਦੱਸਿਆ ਨਹੀਂ ਅੱਜ ਤੱਕ ਵੀਰੇ ਬਸ ਇਹਨਾਂ ਗੱਲਾਂ 'ਚ ਭਲੋ ਲੈਂਦੀ ਆ ਉਹ ਤੈਨੂੰ ਹੈ ਮੇਰੀ ਗੱਲ ਸੁਣ ਲਾ ਮਾੜਾ ਮੋਟਾ ਆਪਣੀ ਅਕਲ ਤੋਂ ਕੰਮ ਲੈ ਲਾ ਜੇ ਤੇਰਾ ਰਿਸ਼ਤਾ ਨਾ ਹੋਇਆ ਕਿਸੇ ਨੇ ਤੈਨੂੰ ਰੋਟੀ ਪੁੱਛਣੀ ਹੈਗੀ 4 ਕਿੱਲੇ ਉਹਨੇ ਉਹਦੇ 9 ਲਵਾ ਦੇਣੇ ਨੇ ਮਾਤਾ ਨੇ ਵੀ ਮੈਂ ਨਹੀਂ ਮੰਨਦਾ ਹੈਗਾ ਇਹ ਚੀਜ਼ ਨੂੰ ਮੈਂ ਹੁਣੇ ਬਾਜ਼ ਮਾਰ ਲੈਣਾ ਭਾਬੀ ਚੱਲ ਠੀਕ ਆ ਤੈਨੂੰ ਮੇਰੇ 'ਤੇ ਯਕੀਨ ਨਹੀਂ ਹੈਗਾ ਪੁੱਛ ਲਾ ਹਾਂ ਕੋਈ ਨਵੀਂ ਗੱਲ ਸੁਣਾਤੀ ਭਾਬੀ ਜੀ ਦੱਸ ਆਖੇ ਵਿਆਹ ਨਹੀਂ ਹੋਣ ਦਿੰਦੀ ਉਹ ਮੇਰੇ ਵਿਆਹ ਤੱਕ ਉਹਨਾਂ ਨੂੰ ਕੀ ਮਤਲਬ ਕੀ ਰੌਲਾ ਪਏ ਜੇ ਗਰੁੱਪ ਤੈਂ ਭਾਬੀ ਮੇਰੀ ਗੱਲ ਸੁਣੋ ਆ ਵੱਡੀ ਭਾਬੀ ਕਹਿੰਦੇ ਆ ਵੀ ਮੇਰੇ ਨਾਲ ਜਿਹੜੀ ਜ਼ਮੀਨ ਆਉਂਦੀ ਆ ਉਹ ਤੁਸੀਂ ਹੜੱਪਣ ਨੂੰ ਫਿਰਦੇ ਹੋ
ਹੜੱਪਣ ਨੂੰ ਫਿਰਦੀ ਆ। ਕਿਹੜੀ ਜ਼ਮੀਨ? ਵਾਹੀ ਜਿਹੜੀ ਆਪਣੀ ਜ਼ਮੀਨ ਆ। ਅਖੇ ਤੁਸੀਂ ਮੇਰਾ ਰਿਸ਼ਤਾ ਨਹੀਂ ਕਰਾਉਣ ਦਿੰਦੇ ਹੈਗੇ। ਜ਼ਮੀਨ? ਕਿਹੜੀ ਜ਼ਮੀਨ ਦੀ ਗੱਲ ਕਰਦੇ ਨਾ? ਹੁਣ ਤੂੰ ਭੋਲੀ ਬਣਦੀ ਆ ਤਾਂ ਕੀ ਹਾਨੀ ਤੀ ਕਰਮਜੀਤ? ਵਿਜ ਗਰੁੱਪ ਦਾ ਜੇ ਰਿਸ਼ਤਾ ਨਾ ਹੋਵੇ ਆਪਾਂ ਦੋ ਦੋ ਕਿੱਲੇ ਜ਼ਮੀਨ ਦੇ ਆ ਜਾਣਗੇ। ਦੀਦੀ ਮੇਰੀ ਗੱਲ ਸੁਣੋ, ਪਹਿਲੀ ਗੱਲ ਤਾਂ ਆਪਣੇ ਕੋਈ ਨੌ ਜ਼ਮੀਨ ਨਹੀਂ ਹੈਗੀ, ਜ਼ਮੀਨ ਹੈ ਸਾਰੀ ਮੰਮੀ ਦੇ ਨੌ। ਉਹ ਮੇਰੇ ਨੌ ਕਿਵੇਂ ਲੱਗ ਜੂ? ਜੇ ਗਰੁੱਪ ਤੂੰ ਆਪ ਸਮਝਦਾਰ ਹੈ। ਉਹ ਤਾਂ ਮੈਂ ਮੰਨਦੀ ਆ, ਜਦ ਇਹ ਛੜਾ ਰਹਿ ਜੂਗਾ ਬਾਅਦ ਚ ਮਾਤਾ ਆਪਣੇ ਨੌ ਤਾਂ ਲਵਾਊਗੀ। ਉਹੀ ਦੇਖ ਲਾ ਹੁਣ ਭੋਲੀ ਬਣਦੀ ਆ। ਕਿਉਂ ਮੈਂ ਕਹਤੇ ਛੜਾ ਰੱਖੂਗੀ? ਮੈਂ ਤਾਂ ਆਪੇ ਕਹਿਣੀ ਵੀ ਜਿਵੇਂ ਕਹਿੰਦੀ ਤੋ ਕਿ ਤੈਨੂੰ ਆ ਜਾਣਗੇ ਦੋ ਸਾਨੂੰ ਆ ਜਾਣਗੇ। ਇਸ ਗਰੁੱਪ ਦਾ ਆਪਾਂ ਰਿਸ਼ਤਾ ਹੀ ਨਹੀਂ ਹੋਣ ਦੇਣਾ। ਨਾ ਝੂਠ ਬੋਲਦੇ ਆ ਦੀਦੀ ਤੁਸੀਂ। ਰੌਲਾ ਪਾਇਆ, ਦੇਖੀ ਕਿਵੇਂ ਗਵਾਂਢੀਆਂ ਦੇ ਵਿਹੜੇ ਤੱਕ ਆਵਾਜ਼ ਆਉਂਦੀ ਹੋਣੀ। ਆ ਦੇਖ ਲੈ ਮੰਮੀ, ਮੇਰੇ ਤੇ ਝੂਠਾ ਦੂਸਰਿਆਂ ਨੂੰ ਲਾਈ ਜਾਂਦੇ ਨੇ। ਬੇ ਕੀ ਗੱਲ ਹੋ ਗਈ, ਮੈਨੂੰ ਵੀ ਪਤਾ ਲੱਗੇ। ਝੂਠ ਵਾਲੀ ਕਿਹੜੀ ਗੱਲ ਆ, ਤੁਹਾਡੇ ਮੂੰਹ ਤੇ ਖਾਈ ਜਾਂਦੀ ਆ ਵੱਡੀ ਭਾਬੀ ਕਿ ਜਿਹੜੇ ਚਾਰ ਕਿੱਲੇ ਆਉਂਦੇ ਨੇ ਤੁਸੀਂ ਦੋ ਦੋ ਬੰਨਣ ਫਿਰਦੇ ਹੋ। ਮੰਮੀ ਦੇਖ ਲੈ, ਕਹਿੰਦੀ ਜੇ ਗਰੁੱਪ ਦਾ ਰਿਸ਼ਤਾ ਨਾ ਹੋਵੇ। ਦੱਸ ਮੈਂ ਕਦੋਂ? ਕਹਿੰਦੀ ਆਪਾਂ ਨੂੰ ਆ ਜਾਣਗੇ, ਜਿਹੜਾ ਉਹਦਾ ਹਿੱਸਾ ਹੈ ਕਹਿੰਦੀ ਦੋ ਦੋ ਕਿੱਲੇ ਆਪਾਂ ਨੂੰ ਆ ਜਾਣਗੇ। ਮੈਂ ਤਾਂ ਗੱਲੇ ਨਹੀਂ ਸੁਣਦੀ ਹੈਗੀ ਮੰਮੀ, ਮੈਂ ਤਾਂ ਕਿਹਾ ਹੀ ਨਹੀਂ। ਦੇਖ ਲੈ ਮੰਮੀ ਹੁਣ ਭੋਲੀ ਬਣਦੀ ਆ ਇਹ। ਦੱਸ ਇਹ ਕੀ ਹੋ ਰਿਹਾ ਸਾਡੇ ਘਰ 'ਚ ਭਾਈ ਕਰਮਜੀਤ? ਮੈਂ ਤਾਂ ਤੈਨੂੰ ਇੰਨੇ ਲਾਡ ਚਾਉ ਨਾਲ ਰੱਖਦੀ ਸੀ, ਇੰਨਾ ਪਿਆਰ ਕਰਦੀ ਸੀ, ਤੂੰ ਇਹ ਮੇਰੇ ਪੁੱਤ ਬਾਰੇ ਕੀ ਸੋਚਦੀ ਆ? ਮੰਮੀ ਮੇਰੀ ਗੱਲ ਸੁਣੋ, ਤੁਸੀਂ ਭੜਕੋ ਨਾ, ਤੁਹਾਡੇ ਨੌ ਜ਼ਮੀਨ ਆ, ਭਲਾ ਮੇਰੇ ਨੌ ਕਿਵੇਂ ਲੱਗ ਜੂ? ਤੁਸੀਂ ਆਪ ਸਮਝੋ। ਜੇ ਤਾਂ ਇਹ ਗੱਲਾਂ ਕਰੀਆਂ ਉਹ ਬਹੂ ਕੋਲੋਂ ਤਾਂ ਹੀ ਪਤਾ ਲੱਗਿਆ, ਮੈਨੂੰ ਤਾਂ ਬਹੁਤ ਗੁੱਸਾ ਆਇਆ ਪਿਆ, ਇਹ ਕੋਈ ਗੱਲਾਂ ਨਹੀਂ ਚੱਜਦੀਆਂ। ਮੈਂ ਨਾ ਤੈਨੂੰ ਆਪਣੀ ਮਾਂ ਸਮਾਨ ਸਮਝਦਾ ਸੀ, ਠੀਕ ਆ ਨਾ, ਤੂੰ ਭੈਣਾ ਬਰਾਬਰ ਵੀ ਆ, ਮਾਂ ਸਮਾਨ ਵੀ ਆ, ਪਰ ਆ ਜਿਹੜੀਆਂ ਗੱਲਾਂ ਘਰ ਦੇ ਵਿੱਚ ਹੋ ਰਹੀਆਂ ਨੇ ਨਾ, ਇਹ ਦਰਾੜ ਪਾਉਣ ਵਾਲੀਆਂ ਨੇ। ਤੁਸੀਂ ਓਦਾਂ ਹੀ ਕਹਿ ਦੋ, ਮੈਂ ਚੰਗਾ ਨਹੀਂ ਲੱਗਦਾ ਤਾਂ ਮੈਂ ਕਿਤੇ ਹੋਰ ਪਾਸੇ ਰਹਿ ਲੈਣਾ। ਮੈਂ ਤਾਂ ਤੈਨੂੰ ਆਪ ਕਹਿਤੀ ਵੀ ਮੈਂ ਤੇਰੇ ਰਿਸ਼ਤਾ ਕਰਾਉਂਗੀ, ਭਲਾ ਮੈਂ ਇਹੀ ਜੇ ਗੱਲਾਂ ਕਿਉਂ ਕਰੂੰਗੀ? ਫਿਰ ਤੁਹਾਡੇ ਸਾਹਮਣੇ ਤਾਂ ਕਹਿ ਰਹੇ ਆ। ਕਮਾਲ ਦੀ ਗੱਲ ਹੈ, ਉਹ ਨਾਲੇ ਜੇ ਸਾਡੇ ਮਨ 'ਚ ਹੁੰਦਾ ਸੀ ਗੁਰਿੰਦਰ ਨੂੰ ਕਹਿੰਦੇ ਬਾਹਰ ਭੇਜਦੇ, ਅਸੀਂ ਤਾਂ ਕਹਿੰਦੇ ਸਾਡਾ ਪਰਿਵਾਰ ਤਰੱਕੀ ਕਰੇ, ਪਰ ਤੁਸੀਂ ਦੁਫਾੜ ਕਰਤਾ। ਅਸੀਂ ਤਾਂ ਭਾਈ ਤੇਰੇ ਬੰਦੇ ਦਾ ਇੰਨਾ ਪੈਸਾ ਲਾ ਕੇ ਬਾਹਰ ਭੇਜਿਆ, ਉਹ ਵੀ ਕਮਾਈ ਕਰਕੇ, ਤੈਨੂੰ ਇਹ ਦਊਗਾ? ਮੰਮੀ ਮੈਂ ਦੋ ਕੀ ਸੋਚਦੀ ਆ ਮੇਰੇ ਪੁੱਤ ਬਾਰੇ? ਮੈਂ ਦੋ ਕਿੱਲੇ ਕੀ ਕਰਨੇ ਨੇ, ਉਹ ਬਥੇਰਾ ਕਮਾ ਲੈਣਗੇ ਬਾਹਰ, ਜਦ ਮੈਂ ਵਗੀ ਮੈਂ ਕਮਾ ਲੂੰਗੀ। ਅਸੀਂ ਕੀ ਕਰ ਬੋਲਦੀ ਹੋਣੀ, ਉਹ ਮੇਰਾ ਪੁੱਤ ਵੀ ਝੂਠ ਬੋਲਦਾ ਯਾਰ, ਸਾਰੇ ਕਹਿੰਦੇ ਨੇ ਤਾਂ ਕਿਹਾ ਹੋਣਾ। ਭਾਈ ਇਹ ਤਾਂ ਤੇਰੀ ਬਹੁਤ ਗਲਤ ਹੈ ਕਰਮਜੀਤ, ਤੂੰ ਤਾਂ ਮੇਰੇ ਨਜ਼ਰਾਂ ਚੋਂ ਗਿਰ ਗਈ, ਮੇਰੇ ਨਾਲ ਮੱਥੇ ਲੱਗੀ ਹੁਣ ਤੂੰ। ਕੋਈ ਗੱਲ ਕਰੀ ਆ, ਚਲੇ ਗਿਆ ਉਹ ਬਾਹਰ, ਚਲੇ ਗਿਆ, ਇਹਦੀ ਵੀ ਜ਼ਮੀਨ ਆਪ ਹੜੱਪ ਲਓ। ਦੱਸ ਹੈ ਇੰਨਾ ਲਾਲਚ? ਅਸੀਂ ਗਰੀਬ ਦੇ ਗਰੀਬੇ ਰਹਿ ਜੀਏ, ਮੈਨੂੰ ਰੱਬ ਵਰਗਾ ਵਿਸ਼ਵਾਸ ਇਹਨਾਂ ਦੇ, ਪਰ ਅਜੇ ਤੋੜਤਾ ਇਹਨਾਂ ਨੇ। ਦੱਸ ਹੋਰ ਪੁੱਤ, ਮੈਂ ਤਾਂ ਆਪ ਬੜੀ ਨਾਲ ਜ਼ਿਆਦਾ ਯਕੀਨ ਇਹਦੇ ਪਰ ਕਰਦੀ ਸੀ ਵੀ ਪਤਾ ਨਹੀਂ ਹੈ ਮੇਰੀ ਬਹੁਤ ਚੰਗੀ ਨੂੰ। ਉਦਾਂ ਹੀ ਕਹਿ ਦੋ ਚਾਰ ਕਿੱਲੇ ਨਾ ਲਵਾਉਣੇ ਆ, ਮੈਂ ਰੋਟੀ ਵੀ ਤਾਂ ਦੇਣੀ ਆ, ਚਾਰ ਕਿੱਲੇ ਰੱਖ ਲਓ ਤੁਸੀਂ। ਉਹ ਮੈਨੂੰ ਤਾਂ ਖੁਸ਼ੀ ਬਹੁਤ ਸੀ, ਮਾ ਚੱਲ ਮੇਰਾ ਇੱਕ ਭਰਾ ਤਾਂ ਤਰੱਕੀ ਕਰ ਗਿਆ, ਆ ਦੂਜਾ ਵੀ ਕਰੂਗਾ। ਤੁਸੀਂ ਤਾਂ ਸਾਰਿਆਂ ਨੇ ਇੱਕਾ ਕਰ ਲਿਆ, ਮੇਰੇ ਤਾਂ ਇੱਥੇ ਕੋਈ ਨਹੀਂ ਸੁਣਦਾ, ਮੇਰੀ ਸੁਣਨ ਵਾਲਾ ਤਾਂ ਬਾਹਰ ਚਲੇ ਗਿਆ। ਹੁਣ ਮੇਰੇ ਗਲੇ ਕਾਹਨੂੰ ਇੱਕਾ ਕਰ ਲਿਆ? ਹੁਣ ਜਿਹੜੀ ਗੱਲ ਕਹੀ ਹੁਣ ਕਦੇ ਮੁੱਕਰਦੀ ਆ, ਤੂੰ ਕਹਿ ਦੇ ਮੂੰਹ ਤੇ। ਦੀਦੀ ਮੈਂ ਗੱਲ ਕਹੀ ਹੋਈ ਨਹੀਂ ਹੈਗੀ, ਤੁਸੀਂ ਜਰਾ ਝੂਠ ਬੋਲਦੇ ਹੋ। ਉਹ ਭਾਈ ਜੇ ਝੂਠ ਬੋਲਦੀ ਤਾਂ ਮੂੰਹ ਤੇ ਕਾਹਨੂੰ ਕਰਾਉਂਦੀ, ਮੂੰਹ ਤੇ ਤਾਂ ਖੜੀ ਆ ਤੇਰੇ। ਮੈਂ ਸੱਚ ਬੋਲਦੀ ਆ, ਮੂੰਹ ਤੇ ਖੜੀ ਆ। ਦੱਸ। ਚਲੋ ਠੀਕ ਹੈ, ਮੈਂ ਹੀ ਗਲਤ ਆਂਗੀ, ਪਰ ਮੈਨੂੰ ਜ਼ਮੀਨ ਜ਼ਮੂਨ ਦੀ ਜੇ ਗਰੁੱਪ ਕੋਈ ਉਹ ਨਹੀਂ ਹੈਗੀ, ਪਰ ਪੁੱਤ ਇਹਨਾਂ ਨੂੰ ਇਹ ਹੋਊਗੀ ਤਾਂ ਹੀ ਗੱਲਾਂ ਬਣਾ ਰਹੇ ਨੇ। ਹੁਣ ਤਾਂ ਮੇਰੇ ਮਨ 'ਚ ਵਹਿਮ ਪੈ ਗਿਆ ਮੰਮੀ, ਜੇ ਸਾਨੂੰ ਹੁੰਦਾ ਇਹ ਜਿਹਾ ਸੀ ਤੇਰੇ ਘਰ ਵਾਲੇ ਨੂੰ ਬਾਹਰ ਨਾ ਤੋਰਦੇ, ਪੈਸਾ ਲਾ ਕੇ, ਪੈਸੇ ਲਾ ਕੇ ਅਸੀਂ ਸਾਂਝੇ ਖਾਤੇ 'ਚੋਂ ਬਾਹਰ ਭੇਜ। ਬਸ ਠੀਕ ਹੈ, ਫਿਰ ਮੈਂ ਗਲਤ ਆਂਗੀ, ਤੁਸੀਂ ਸਹੀ ਹੋਗੇ। ਬਸ ਨਹੀਂ, ਹੁਣ ਮੈਨੂੰ ਵਿਸ਼ਵਾਸ ਨਹੀਂ ਹੈਗਾ, ਗਲਤਾਂ ਸਹੀ ਆ ਮੈਨੂੰ ਨਹੀਂ ਪਤਾ ਹੈਗਾ। ਵੀਰੇ ਮੰਮੀ ਤੁਸੀਂ ਕੁੜੀ ਲੱਭੋ, ਮੇਰਾ ਕਰੋ ਰਿਸ਼ਤਾ, ਜਿਹੜੇ ਮੇਰੇ ਚਾਰ ਕਿਲੇ ਨਾਮ ਆਉਂਦੇ ਆ ਕਰਾਓ। ਹਾਂ ਪੁੱਤ ਹਾਂ, ਖਬਰਾਂ ਤੁਹਾਡਾ ਕੀ ਭਰੋਸਾ, ਤੁਸੀਂ ਲੈ ਲਓ। ਕੀ ਹੋ ਰਿਹਾ ਘਰ 'ਚ ਬੂਹ, ਕਿੰਨੀ ਭੋਲੀ ਭਣਾਰੀ ਸਮਝਦੇ ਤੇ ਆਪਾਂ ਤਾਂ ਇਹ ਕਹੀਆਂ ਗੱਲਾਂ ਕਰਦੀ ਆ। ਭਾਈ ਤਾਂ ਕਰਮ ਜੀ ਤੇ ਬਹੁਤ ਮਾੜੀ ਗੱਲ ਕਰੀ ਹੈ, ਤੁਹਾਡੇ ਤਾਂ ਵਿੱਚ ਨਹੀਂ ਆਉਂਦਾ ਹੈਗਾ। ਮੈਂ ਤਾਂ ਆਪਣੇ ਚਾਰ ਪੈਸੇ ਆਪ ਕਮਾਉਣਾ ਵਾ, ਤੁਹਾਨੂੰ ਲਿਆ ਕੇ ਦੇ ਦਿੰਦਾ, ਤੁਹਾਡੇ ਕੋਲ ਖਰਚਾ ਨਹੀਂ ਹੁੰਦਾ ਹੈਗਾ। ਉਹ ਸਾਡੇ ਮਨ 'ਚ ਕੋਈ ਗੱਲ ਨਹੀਂ ਇਹੀ ਜੀ। ਚੱਲ ਤੂੰ ਗੁੱਸਾ ਨਾ ਕਰ ਜਗਰੂ, ਤੇਰਾ ਰਿਸ਼ਤਾ ਮੈਂ ਕਰਾਉਂਗੀ, ਵਧੀਆ ਕੁੜੀ ਲੈ ਕੇ ਆਵਾਂਗੇ। ਦੀਦੀ ਇਹ ਗੱਲਾਂ ਠੀਕ ਨਹੀਂ ਹੈ ਜਿਹੜੇ ਤੁਸੀਂ ਕਰ ਰਹੇ ਹੋ। ਤੇਰੀਆਂ ਠੀਕ ਨੇ, ਜਿਹੜਾ ਤੂੰ ਇੰਨਾ ਫਰਕ ਕਰਦੀਆਂ ਇਹਦੇ। ਮੈਂ ਤਾਂ ਕੋਈ ਗੱਲ ਕਰੀ ਹੋਈ ਨਹੀਂ, ਤੁਸੀਂ ਤਾਂ ਝੂਠ ਬੋਲਣ ਤੇ ਜ਼ੋਰ ਲਾ ਰੱਖਿਆ। ਜੇ ਤੈਂ ਕਰਨੀ ਹੈ ਭਾਈ, ਤੁਸੀਂ ਵੀ ਲੱਗ ਗਏ ਇਹਦੇ ਤਾਂ। ਉਹ ਮੈਂ ਕਾਹਨੂੰ ਲੱਗਿਆ ਭਾਈ? ਮੰਮੀ ਆ ਬੰਨੇ ਤੁਹਾਡੇ ਮੂਰੇ ਹੱਥ, ਬਸ ਮੈਂ ਤਾਂ ਗਲਤ ਆਂਗੀ ਤਾਂ ਗਲਤ ਆ। ਲੈ ਦੱਸ ਹੈਂ ਕਿਹੇ ਜਿਹਾ ਗੱਲਾਂ। ਦੇਖ ਲੈ ਮੰਮੀ ਹੁਣ ਕਿਵੇਂ ਗੁੱਸਾ ਕਰਦੀ ਆ, ਮੈਨੂੰ ਕੱਲੀ ਨੂੰ ਕਹੇ ਕਹਿੰਦੀ ਰਹਿਣ ਦੇ, ਇਹਦਾ ਰਿਸ਼ਤਾ ਨਹੀਂ ਆਪਾਂ ਨੇ ਹੋਣ ਦੇਣਾ ਹੈਗਾ।
ਰੋਟੀ ਭਾਬੀ ਮੈਂ ਨਾ ਗੱਡੀ ਦਾ ਸੌਦਾ ਜਿਹਾ ਕਰਾਉਣਾ ਵਾ, ਮੈਂ ਬਾਹਰ ਹੀ ਖਾ ਲੂੰਗਾ। ਚੱਲ ਠੀਕ ਹੈ, ਚੱਲ ਅੱਜ ਤਾਂ ਵੜ ਗਈ ਸਕੀਮ, ਲੋਟ ਆ ਗਈ ਮੇਰੀ, ਹੁਣ ਪਤਾ ਲੱਗੂ। ਕਰਦੀ ਤੀ ਮੰਮੀ ਜੀ, ਮੰਮੀ ਜੀ, ਹੁਣ ਮੰਮੀ ਜੀ ਨੇ ਦਏ ਅੱਜ ਪਰੌਂਠੇ, ਹੁਣ ਲੋਟ ਆਊਗੀ, ਹੁਣ ਨਹੀਂ ਸਾਡੇ ਮੂਹਰੇ ਬੋਲਦੀ। ਚੱਲ ਦੇਖਾਂ ਹੁਣ ਕੀ ਕਰਦੀ ਆ। ਹਾਏ ਰੱਬਾ, ਕਿੱਡੀ ਗੱਲ ਬਣਾਤੀ ਲੈ, ਕਿੱਡੀ ਤੂਮਤ ਲਾ ਤੀ ਮੇਰੇ 'ਤੇ। ਮੈਂ ਤਾਂ ਕਦੇ ਆਹ ਗੱਲ ਸੋਚੀ ਵੀ ਨਹੀਂ, ਜਗਰੂਪ ਦਾ ਤਾਂ ਮੈਂ ਇੰਨਾ ਕਰਦੀ ਤੀ, ਦੱਸ ਹੁਣ ਤਾਂ ਮੈਂ ਛੋਟੇ ਭਾਈਆਂ ਵਾਂਗੂ ਰੱਖਦੀ ਤੀ। ਆਹ ਕੀ ਕਹਿਤਾ ਇਹਨੇ, ਦੱਸ ਕਹਿੰਦੀ 2 ਕਿੱਲੇ ਲਾ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਹੈਗਾ ਵੀ 2 ਕਿੱਲੇ ਆ ਕਿ 4 ਕਿੱਲੇ ਆ, ਨਾਲੇ ਤਾਂ ਮੰਮੀ ਦੇ 9 ਹੈਗੇ। ਕਮਾਲ ਕਰਦੀ ਹੈਗੀ ਜੰਮੀ, ਹੱਥ ਕਰਤੀ ਅੱਜ ਤਾਂ ਦੀਦੀ ਨੇ, ਐਡਾ ਬੜਾ ਇਲਜ਼ਾਮ ਮੇਰੇ 'ਤੇ। ਦੱਸ ਮੰਮੀ ਨੂੰ ਤਾਂ ਐਂ ਹੋਊਗਾ ਵੀ ਖਾਨੀ ਘਰ ਵਿੱਚ ਸੱਚੀ ਆਹ ਗੱਲਾਂ ਸੋਚਦੀ ਹੈ, ਹੁਣ ਕੀ ਕਰਾਂ। ਪਰ ਇੰਨਾ ਕੁ ਤਾਂ ਪਤਾ ਲੱਗ ਗਿਆ ਵੀ ਉਹ ਬਾਹਰ ਤਾਂ ਹੀ ਤੋ ਰਿਹਾ, ਵੀ ਇਹਨੂੰ ਤਾਂ ਬਦਨਾਮ ਕਰਾਂ, ਇਹਦੀ ਸੱਸ ਦੀ ਨਿਗ੍ਹਾਂ 'ਚ ਗੇਰਾਂ ਇਹਨੂੰ, ਕੀ ਕਰਾਂ ਹੁਣ ਮੈਂ। ਫੋਨ ਕਰਕੇ ਦੱਸਦੀ ਹਾਂ, ਆਪੀ ਮੰਮੀ ਨੂੰ ਸਮਝਾਉਣਗੇ। ਉਹਨਾਂ ਨੂੰ ਵੀ ਟੈਨਸ਼ਨ ਹੋ ਜੂਗੀ, ਪਰ ਦੱਸਣਾ ਤਾਂ ਪੈਣਾ ਹੀ ਹੈ। ਹੈਲੋ, ਕਰਮਜੀਤ, ਕਰਮਜੀਤ ਤੁਸੀਂ ਆ ਗਏ ਜੀ? ਹਾਂ ਮੈਂ ਆ ਗਿਆ। ਤੁਸੀਂ ਇੱਕਦਮ ਹੀ ਆ ਗਏ, ਦੱਸ। ਨਹੀਂ ਗੱਲ ਸੁਣ, ਤੂੰ ਮੈਨੂੰ ਫੋਨ ਕੀਤਾ ਰੋ ਰੋ ਕੇ, ਮੰਮੀ ਕਿੱਥੇ ਆ? ਮੰਮੀ ਅੰਦਰ ਹੀ ਆ ਜੀ, ਪਿਛਲੇ ਗੜੀ 'ਚ। ਮਾਰ ਆਵਾਜ਼ ਮਾਰ। ਚਲੋ ਤੁਸੀਂ ਬੈਠੋ, ਤੁਸੀਂ ਮੈਂ ਚਾਹ ਪਾਣੀ ਲੈ ਕੇ ਆਈ। ਪਹਿਲਾਂ ਤੂੰ ਆਵਾਜ਼ ਮਾਰ, ਚਾਹ ਪਾਣੀ ਪੀਵਾਂਗੇ, ਪਹਿਲਾਂ ਕੁਛ ਗੱਲ ਕਲੀਅਰ ਕਰ ਲਈਏ, ਆਵਾਜ਼ ਮਾਰ ਤੂੰ। ਉਹ ਤਾਂ ਠੀਕ ਹੈਗਾ, ਪਰ ਚਲੋ ਤੁਸੀਂ ਬੈਠੋ, ਤੁਸੀਂ ਮੈਂ ਬੁਲਾਉਣੀ ਆ ਮੰਮੀ ਨੂੰ। ਕੋਈ ਨਹੀਂ, ਮੈਂ ਬਹਿ ਜਾਣਾ, ਤੂੰ ਆਵਾਜ਼ ਤਾਂ ਮਾਰ। ਆ ਜਾਓ ਮੰਮੀ, ਦੇਖੋ ਤੁਸੀਂ। ਮੰਮੀ ਸਤਿ ਸ਼੍ਰੀ ਅਕਾਲ। ਪੁੱਤ ਗੁਰਿੰਦਰ ਤੂੰ ਅਚਾਨਕ ਕਿਵੇਂ? ਮੰਮੀ ਆ ਗਿਆ ਬਸ, ਕੋਈ ਗੱਲ ਜੀ ਕਲੀਅਰ ਕਰਨੀ ਸੀ ਕੋਈ। ਪੁੱਤ ਠੀਕ ਵੀ ਆ ਤੂੰ? ਮੰਮੀ ਮੈਂ ਠੀਕ ਹੈ, ਸਾਰਾ ਕੁਛ ਠੀਕ ਹੈ। ਤੁਸੀਂ ਐਂ ਕਰੋ, ਤੁਸੀਂ ਬਾਈ ਹੋਰਾਂ ਨੂੰ ਬੁਲਾਓ ਪਹਿਲਾਂ। ਹਾਂ ਗੁਰਪ੍ਰੀਤ ਵੀ ਘਰੇ ਹੀ ਅੱਜ। ਗੁਰਪ੍ਰੀਤ ਚਲੋ ਬੈਠੋ, ਤੁਸੀਂ ਬੈਠ ਕੇ ਤੂੰ ਚਾਹ ਪਾਣੀ ਪੀ ਤੂੰ। ਕੋਈ ਨਹੀਂ ਬੈਠ ਜਾਂਦੇ, ਚਾਹ ਪਾਣੀ ਪੀਨੇ। ਮੰਮੀ ਪਹਿਲਾਂ ਨਾ ਕੁਛ ਗੱਲਾਂ ਕਲੀਅਰ ਕਰਨੀ ਹੈਗੀਆਂ। ਗੁਰਿੰਦਰ ਤੂੰ? ਹਾਂ। ਤੂੰ ਆ ਵੀ ਗਿਆ? ਹੋਰ ਮੈਂ ਆ ਨਹੀਂ ਸਕਦਾ, ਖੁਸ਼ ਨਹੀਂ ਹੋਏ ਦੇਖ ਕੇ ਮੈਨੂੰ। ਉਹ ਖੁਸ਼ੀ ਦੀ ਗੱਲ ਨਹੀਂ, ਤੈਨੂੰ ਹਾਲੇ ਦਿਨੇ ਕਿਹੜੇ ਹੋਏ ਆ ਤੈਨੂੰ ਗਏ ਨੂੰ ਬਾਹਰ? ਇੰਨੀ ਛੇਤੀ ਹੈਰਾਨੀ ਜੀ ਹੋਈ ਪਈ ਆ ਤੈਨੂੰ ਵੀ ਕੀ ਗੱਲ ਹੈ? ਤੂੰ ਸੁੱਖ ਸਾਂਦ ਵੀ ਹੈ? ਸਾਰਾ ਕੁਛ ਸੁੱਖ ਸਾਂਦ ਹੈ, ਸਾਰਾ ਕੁਛ ਦੱਸੂੰਗਾ। ਤੁਸੀਂ ਇਹੀ ਸੋਚਦੇ ਹੋਣੇ ਨਾ ਵੀ 20 ਲੱਖ ਲਾ ਕੇ ਹੁਣ ਤੋਰਿਆ, ਆ ਗਿਆ, 20 ਲੱਖ ਰੁਪਏ ਖਰਾਬ ਕਰਤੇ ਆ। ਫਿਰ ਉਹ ਤਾਂ ਸੋਚਣਾ ਹੈ, ਪਰ ਹੋਰ ਐਨੇ ਪੈਸੇ ਲਾਏ ਨੇ ਕਰਿੰਦਾ ਅਸੀਂ ਤੇਰੇ ਤੇ ਕਿਤੇ ਉਹਨੀ ਹੁੰਦਾ 20 ਲੱਖ ਰੁਪਈਆ ਤੈਨੂੰ ਛੱਡ ਕੇ ਆਇਆ ਪੁੱਤ ਉੱਥੇ ਤੱਕ ਕੰਮ ਕੁੰਮ ਨਹੀਂ ਹੋਇਆ ਹੋਣਾ ਮੈਨੂੰ ਲੱਗਦਾ ਤੇਰੇ ਤੇ ਉੱਥੇ। ਕਹਿੰਦਾ ਕੰਮ ਨਹੀਂ ਹੋਇਆ ਹੋਣਾ। ਹੋਰ ਇੰਨੀ ਛੇਤੀ ਕੌਣ ਆਉਂਦਾ ਹੁੰਦਾ? ਉਹ ਤੂੰ ਮਾੜਾ ਮੋਟਾ ਖਿਆਲ ਤਾਂ ਕਰ ਲੈਂਦਾ ਵੀ ਮੈਂ 20 ਲੱਖ ਰੁਪਈਆ ਲਾ ਕੇ ਬਾਹਰ ਚੱਲੇ ਆ। ਬਾਈ ਜੀ ਆਹੀ ਗੱਲ ਮੈਂ ਕਹਾਂ ਵੀ ਤੁਸੀਂ ਵੱਡੇ, ਤੁਸੀਂ ਖਿਆਲ ਤਾਂ ਕਰ ਲੈਂਦੇ ਕੋਈ।
ਨਾ ਅਸੀਂ ਕੀ ਖਿਆਲ ਨਹੀਂ ਕਰਿਆ ਹੈਗਾ। ਕਿਹੜਾ ਖਿਆਲ ਨਹੀਂ ਕਰਿਆ ਸੀ? ਹੁਣ ਕਿਉਂ ਭੋਲੇ ਬਣਦੇ ਹੋ? ਤੁਹਾਨੂੰ ਸਾਰਾ ਕੁਝ ਪਤਾ ਗਾ। ਸਾਨੂੰ ਕੀ ਪਤਾ? ਉਹ ਤਾਂ ਕੀ ਗੱਲ ਹੈ, ਮੈਨੂੰ ਕਮਲੀਆਂ ਗੱਲਾਂ ਮਾਰੀ ਜਾਂਦਾ ਇਹ ਤਾਂ। ਕਰਮ ਜੀ ਨੇ ਰੋ ਰੋ ਕੇ ਮੈਨੂੰ ਫੋਨ ਕਰਿਆ। ਅੱਛਾ, ਕਹਿੰਦੇ ਵੀ ਇਸ ਤਰ੍ਹਾਂ ਗੱਲ ਹੈ ਵੀ ਜਗਰੂਪ ਨੂੰ ਕਿਹਾ ਗਾ ਵੀ ਤੇਰਾ ਵਿਆਹ ਨਹੀਂ ਹੋਣ ਦਿੰਦੇ, ਤੇਰੇ 2 ਕਿਲੋ ਆਪਣੇ ਨਾਂ ਲਵਾਵਾਂਗੇ। ਮਾੜੀ ਮੋਟੀ ਗੱਲ ਤਾਂ ਮੰਮੀ ਘਰ ਚ ਹੋਈ ਹੋ ਜਾਂਦੀ ਹੈ, ਇੰਨੀ ਕੁ ਗੱਲ ਪਿੱਛੇ ਤੇ ਬਾਹਰ ਤੇ ਆ ਜੀ ਦਾ ਹੁੰਦਾ ਕਿਤੇ। ਮਾੜੀ ਮੋਟੀ ਗੱਲ ਹੈ ਕਿਤੇ ਇਹ? ਛੋਟੀ ਮੋਟੀ ਗੱਲ ਹੈ। ਤੁਸੀਂ ਜਿਹਨੂੰ ਤੰਗ ਕਰ ਰਹੇ ਹੋ ਉਹਨੇ ਗੱਲ ਕਹੀ ਹੋਣੀ, ਬੰਦੇ ਦੀ ਮੈਂਟਲੀ ਹੈਲਥ ਤੇ ਫਰਕ ਪੈ ਜਾਂਦਾ, ਡਿਪਰੈਸ਼ਨ ਚ ਬੰਦਾ ਆ ਜਾਂਦਾ, ਸੁਸਾਈਡ ਕਰ ਲੈਂਦਾ ਗਾ, ਮੇਰਾ ਤਾਂ ਘਰ ਪਟ ਜਾਂਦਾ ਨਾ। ਆਹ ਤਾਂ ਗੱਲਾਂ ਮੈਨੂੰ ਮਨਦੀਪ ਨੇ ਦੱਸੀਆਂ ਨੇ ਸਾਰੀਆਂ, ਕਹਿੰਦੀ ਸੱਚ ਬੋਲਦੀ ਆ ਮੈਂ। ਮੰਮੀ ਠੀਕ ਹੈ, ਤੁਹਾਨੂੰ ਭਾਬੀ ਨੇ ਕਹਿ ਤਾ, ਬਾਈ ਨੇ ਕਹਿ ਤਾ, ਜਗਰੂਪ ਨੇ ਕਹਿ ਤਾ, ਤੁਸੀਂ ਇਹਨੂੰ ਇਕੱਲੇ ਨੂੰ ਪੁੱਛਿਆ? ਲੱਗਦਾ ਤੁਹਾਨੂੰ ਇਹ ਕੰਮ ਕਰ ਲੂਗੀ, ਇਹੋ ਜਿਹਾ ਇਹੋ ਜਿਹੀ ਗੱਲਾਂ ਬੋਲ ਦੂਗੀ? ਤੂੰ ਤਾਂ ਇਹ ਤਾਂ ਮੈਂ ਸੋਚਦੀ ਤੀ, ਮੈਂ ਇਹਦੇ ਪਰ ਤਾਂ ਇੰਨਾ ਭਰੋਸਾ ਤੀ, ਐਂ ਭਰੋਸਾ ਇਹਨੇ ਕਿਵੇਂ ਤੋੜਤਾ? ਉਹ ਕਈ ਵਾਰੀ ਲਾਲਚ ਆ ਵੀ ਜਾਂਦਾ ਹੈ। ਚਲ ਉਹ ਤਾਂ ਗੱਲ ਅਸੀਂ ਸਮਝਾ ਲਈ ਤੀ, ਪਰ ਤੂੰ ਕਿਉਂ ਆਇਆ ਉੱਥੋਂ? ਕਿੱਥੋਂ ਆਇਆ? ਤੁਸੀਂ ਮੈਨੂੰ ਤਾਂ ਕਹੀ ਜਾਂਦੇ ਹੋ, ਤੁਸੀਂ ਇਹ ਦੀਦੀ ਨੂੰ ਵੀ ਮਾੜਾ ਮੋਟਾ ਸਮਝਾਇਆ ਕਰੋ, ਤੁਸੀਂ ਤਾਂ ਨਾਲ ਲੱਗ ਜਾਂਦੇ ਹੋ। ਸੋਹਣਾ ਪਹਿਲਾਂ ਮੈਨੂੰ ਐਂ ਦੱਸੋ, ਤੁਹਾਨੂੰ ਕਿਹਾ ਮੈਂ ਬਾਹਰ ਗਿਆ ਸੀ? ਹੋਰ ਕੀ, ਅਸੀਂ ਤਾਂ ਤੈਨੂੰ ਆਪ ਛੱਡ ਕੇ ਆਏ ਆ। ਛੱਡ ਕੇ ਤਾਂ ਆਏ ਨਹੀਂ, ਜਾ ਕੇ ਛੱਡ ਕੇ ਨਹੀਂ ਆਏ, ਏਅਰਪੋਰਟ ਛੱਡ ਕੇ ਆਏ ਆ। ਚੱਲ ਉੱਥੇ ਤੱਕ ਨਹੀਂ ਗਏ, ਰਾਹ ਤੱਕ ਤਾਂ ਤੈਨੂੰ ਛੱਡ ਕਿਉਂ ਆਏ ਆ? ਮੈਂ ਰਾਹ ਤੱਕ ਪਤਾ ਕਿਉਂ ਗਿਆ, ਮੈਂ ਕਿਉਂ ਕਿਹਾ ਵੀ ਹਾਂ ਮੇਰੇ ਦੋਸਤਾਂ ਨੇ ਵੀ ਜਾਣਾ, ਉਹ ਨਾਲ ਜਾਣਗੇ ਮੇਰੇ, ਮੈਂ ਕੋਈ ਬਾਹਰ ਨਹੀਂ ਗਿਆ। ਕਿਉਂ ਬਾਹਰ ਕਾਹਤੇ ਨਹੀਂ ਗਿਆ? ਏਜੰਟ ਦੇ ਖਾਤੇ 'ਚ ਜਿਹੜੇ ਪੈਸੇ ਪਾਏ ਤੀ ਆਪਾਂ ਨੇ, ਉਹ ਮੇਰੇ ਹੀ ਖਾਤਾ ਤਾ, ਤੁਸੀਂ ਮੇਰੇ ਖਾਤੇ 'ਚ ਪੈਸੇ ਪਾਤੇ, ਉਹ ਏਜੰਟ ਵੀ ਮੇਰਾ ਹੀ ਹੈ ਦੋਸਤ, ਉਹ ਦਫ਼ਤਰ ਸਾਰਾ ਨਕਲੀ, ਸਾਰਾ ਕੁਛ ਨਕਲੀ ਤਾ ਉਹ। ਅੱਛਾ ਹੈ, ਹੁਣ ਤੁਹਾਡੇ ਦਿਮਾਗ 'ਚ ਸਵਾਲ ਹੋਣੇ ਵੀ ਮੈਂ ਕਿਉਂ ਅਜਿਹਾ ਕੰਮ ਕਰਿਆ, ਆਪਦੇ ਘਰਦਿਆਂ ਨਾਲ ਫਰੋਡ ਕਾਹਦੇ ਕਰਿਆ? ਆ ਫਿਰ ਉਹ ਤਾਂ ਹੈਗੇ ਹੋ ਆ। ਸੁਣ ਮੇਰੀ ਗੱਲ, ਤੁਸੀਂ ਘੱਟ ਕਰਿਆ, ਜਿਹੜਾ ਤੁਸੀਂ ਦੋਵਾਂ ਨੇ ਫਰੋਡ ਕਰਿਆ ਮੇਰੇ ਨਾਲ, ਉਹ ਅਸੀਂ ਕਿਹੜਾ ਫਰੋਡ ਕਰਤਾ? 20 ਲੱਖ ਰੁਪਇਆ ਤੇਰੇ ਪਰ ਲਾਤਾ, ਕਹਿੰਦਾ ਫਰੋਡ ਕਰਤਾ, ਅਸੀਂ ਦੱਸ ਕਿਹੜਾ ਫਰੋਡ ਕਰਤਾ? ਉਹ ਤਾਂ ਮੇਰੇ ਹੀ ਤਾਂ, ਮੇਰੇ ਹਿੱਸੇ 'ਚ ਲੱਗਿਆ ਉਹ ਤਾਂ। ਦੇਖ ਲੈ ਮੰਮੀ, ਹੁਣ ਸਾਡੇ ਤੇ ਇਲਜ਼ਾਮ ਦੇ। ਮੰਮੀ ਮੇਰੀ ਸੁਣ ਲਓ ਗੱਲ, ਨਾ ਤਾਂ ਮੈਂ ਬਾਹਰ ਗਿਆ, ਨਾ ਮੈਂ ਕੋਈ ਪੈਸਾ ਖਰਾਬ ਕਰਿਆ, ਸਾਰੇ ਪੈਸੇ ਮੇਰੇ ਅਕਾਊਂਟ 'ਤੇ, ਨਾ ਮੈਂ ਬਾਹਰ ਜਾਣਾ ਸੀ, ਇਹ ਸਾਰੀ ਸਕੀਮ ਸੀ ਨਾ ਦੋਨਾਂ ਦੀ। ਅੱਛਾ, ਉਹ ਤਾਂ ਮੈਨੂੰ ਤਾਂ ਸਮਝ 'ਚ ਨਹੀਂ ਆ ਰਿਹਾ ਕੁਛ। ਮੈਂ ਤੁਹਾਨੂੰ ਸਮਝਾਉਂਦਾ, ਦੇਖੋ ਪਹਿਲਾਂ ਕੀ ਹੱਲਾ ਹੋਇਆ, ਤੁਹਾਡੀ ਐਨਕ ਚੱਕ ਭਾਬੀ ਨਾਲ ਕੋਈ, ਮੈਂ ਆਪਣੇ 'ਤੇ ਲਈ ਗੱਲ, ਠੀਕ ਹੈ ਵੀ ਹਾਂ ਵੀ ਐਨਕ ਮੈਂ ਚੱਕ ਕੇ ਰੱਖੀ ਤੀ, ਇਹ ਬਚਾਈ, ਫਿਰ ਭਾਬੀ ਨੇ ਬੋਤਲ ਵਾਲਾ ਸੀਨ ਕਰਿਆ, ਹੈਂ, ਫਿਰ ਮੈਂ ਗੱਲ ਲੁਕੋਲੀ ਵੀ ਨਹੀਂ ਬੋਤਲ ਮੈਂ ਲੈ ਗਿਆ ਸੀ, ਠੰਡੇ ਪਾਣੀ ਦੀ ਬੋਤਲ ਮੈਂ ਛੱਡ ਗਿਆ ਉਰੀ। ਓਏ ਤਾਂ ਛੋਟੀਆਂ-ਛੋਟੀਆਂ, ਛੋਟੀਆਂ-ਛੋਟੀਆਂ ਗੱਲਾਂ ਨਾਲ ਹੀ ਗੱਲ ਵੱਧਦੀ ਹੁੰਦੀ ਹੈ ਬਾਈ ਜੀ, ਘਰਾਂ 'ਚ ਹੋ ਹੁੰਦੀਆਂ ਇਹ ਗੱਲਾਂ, ਕਾਹਦੇ ਹੋਣਗੀਆਂ, ਕੋਈ ਜਿੱਦਾਂ ਦੇ ਨਾਲ ਜਿੱਦ ਦੀ ਮਾੜਾ ਮੋਟਾ ਇੱਧਰ ਉੱਧਰ ਗੱਲ ਹੋ ਜਾਂਦੀ ਹੁੰਦੀ ਹੈ। ਚੱਲ ਠੀਕ ਹੈ, ਹੋਗੀ, ਚੱਲ ਠੀਕ ਹੈ, ਹੋਗੀ ਉਹ ਵੀ, ਚੱਲ ਠੀਕ ਹੈ। ਫਿਰ ਇਹਨਾਂ ਨੇ ਪਤਾ ਮੰਮੀ ਕੀ ਕੀਤਾ, ਇਹਨਾਂ ਨੇ ਕੀ ਸੋਚਿਆ ਵੀ ਜੇ ਗੁਰਿੰਦਰ ਘਰੇ ਰਹੂਗਾ ਅਸੀਂ ਕਰਮਜੀਤ ਨੂੰ ਜਲੀਲ ਨਹੀਂ ਕਰ ਸਕਦੇ, ਇਹਨਾਂ ਨੇ ਫਿਰ ਸੂਈ ਮੇਰੇ 'ਤੇ ਰੱਖੀ ਵੀ ਗੁਰਿੰਦਰ ਨੂੰ ਤੋਰੋ ਬਾਹਰ ਮਿੱਠੀ ਗੋਲੀ ਦੇ ਕੇ, ਪਿੱਛੋਂ ਸਲਾਹ ਕਰਕੇ ਕਰਮਜੀਤ ਨੂੰ ਕਰਾਈਏ ਬੇਇੱਜ਼ਤ ਮੰਮੀ ਮੂਹਰੇ, ਫਿਰ ਮੰਮੀ ਕੱਢ ਕੇ ਉਹਨੂੰ ਬਾਹਰ ਕੱਢੇ। ਕਿਹੜੀ ਬੇਇੱਜ਼ਤੀ ਕਰਦੀ ਮੰਮੀ, ਮੰਮੀ ਨੂੰ ਪੁੱਛ ਲੈ ਪੁੱਤ, ਮੈਂ ਮੰਮੀ ਨੂੰ ਕਿਆ ਪੁੱਛਣਾ, ਮੰਮੀ ਤਾਂ ਭੋਲੀ ਹੈਗੀ, ਇਹ ਤਾਂ ਵਿਚਾਰੀ ਜਿੱਧਰ ਨੂੰ ਕਹਿੰਦੇ ਉੱਧਰ ਨੂੰ ਹੋ ਜਾਂਦੀ ਹੈਗੀ। ਪੁੱਤ ਮੈਂ ਤਾਂ ਆਪ ਉੱਧਰ ਕਰਮਜੀਤ ਨੂੰ ਬਹੁਤ ਬੋਲੀ, ਕਿਉਂਕਿ ਮੈਨੂੰ ਬਹੁਤ ਗੁੱਸਾ ਆਇਆ ਤੀ, ਮਖਾ ਕਰਮਜੀਤ ਨੇ ਇਹ ਤਾਂ ਇਹ ਕੁਛ ਕਰਿਆ ਹੀ ਕਿਉਂ ਇਹਨੇ। ਸੱਚ ਝੂਠ ਮੈਂ ਨੀ ਕਹਿੰਦਾ ਕੁਛ ਵੀ, ਪਰ ਜਿਹੜੀ ਹੁਣ ਹੋਈ ਹੈ, ਤੁਸੀਂ ਐਂ ਦੱਸੋ, ਸੁਣੋ ਮੇਰੀ ਗੱਲ ਧਿਆਨ ਨਾਲ, ਹੁਣ ਤੁਸੀਂ ਹੈਰਾਨ ਬਹੁਤ ਹੋਵੋਗੇ, ਤੁਸੀਂ ਗੱਡੀ ਦੇ ਕੱਪੜਾ ਮਾਰਦੇ ਪਏ ਦੋਵਾਂ ਨੇ ਕੀ ਸਲਾਹ ਕਰੀ ਹੈ? ਕੋਈ ਸਲਾਹ ਨੀ ਕਰੀ, ਕੋਈ ਸਲਾਹ ਨੀ ਕਰੀ, ਪੱਕੀ ਗੱਲ ਹੈ? ਤੁਸੀਂ ਐਂ ਨੀ ਕਿਹਾ ਵੀ ਐਂ ਕਰ, ਜਗਰੂਪ ਨੂੰ ਜਾ ਕੇ ਕਹਿ ਵੀ ਤੇਰਾ ਕਰਨ ਰਿਸ਼ਤਾ ਨਹੀਂ ਹੋਣ ਦਊਗੀ, 2-2 ਕਿਲੋ ਨਾਲ ਗੱਲ ਹੋਈ ਹੈ ਨਾ ਇਹ? ਕਰਮਜੀਤ ਨੇ ਕਿਹਾ ਤਾਂ, ਕਰਮਜੀਤ ਨੇ ਨਹੀਂ ਕਿਹਾ, ਇਹ ਤੁਸੀਂ ਦੋਵਾਂ ਨੇ ਸਲਾਹ ਕਰੀ, ਬਾਹਰ ਖੜੇ ਨੇ ਗੱਡੀ ਕੋਲ। ਅੱਛਾ, ਨਹੀਂ ਮੰਮੀ ਉਹ ਇਹੀ ਜਿਹੀ ਗੱਲ ਨਹੀਂ ਹੈਗੀ। ਮੇਰੀ ਸੁਣ ਗੱਲ ਬਾਈ,
ਮੈਂ ਜਾਂਦਾ ਵਾ ਕੈਮਰੇ ਲਵਾ ਕੇ ਗਿਆ ਤਾਂ ਮਾਈਕਾਂ ਵਾਲੇ ਦੇਖ ਲੈ ਜਾ ਕੇ ਬਾਹਰ। ਅੱਛਾ ਪੁੱਤ ਕੈਮਰੇ ਲਵਾ ਗਿਆ ਤਾਂ ਮੈਨੂੰ ਤੁਹਾਡੀ ਕਰਤੂਤ ਦਾ ਪਤਾ ਤਾ, ਇੱਕ ਮਾਈਕ ਤੁਹਾਡੇ ਅੰਦਰ ਲੱਗਿਆ ਹੋਇਆ, ਥੋੜੀ ਮੈਂ ਕੱਲੀ ਕੱਲੀ ਗੱਲ ਸੁਣਦਾ ਸੀ ਬੈਠ ਕੇ ਹੋਟਲ 'ਚ। ਚੰਗੀ ਗੱਲ ਹੈ ਤੂੰ ਸਾਡੇ ਕਮਰੇ 'ਚ ਮੈਂ ਕਲਵਾਉਣਾ ਕੈਮਰੇ ਲਾਉਣਾ। ਤੇਰੀ ਚੰਗੀ ਗੱਲ ਹੈਗੀ ਆ, ਜਿਹੜੇ ਮੇਰੀ ਘਰੋਂ ਤੂੰ ਘਰੋਂ ਕੱਢਣ ਲੱਗਿਆ ਵਾ। ਲੈ ਆ ਤੇਰੇ ਸਾਹਮਣੇ ਬੈਠੀ ਹੈ, ਆ ਘਰੋਂ ਕੱਢੀ ਵੀ ਹੈ। ਬੈਠੀ ਪਤਾ ਕਾਹਤੇ ਹੈ, ਮੈਂ ਆ ਗਿਆ ਟਾਈਮ ਸਿਰ, ਜੇ ਮੈਂ ਸੱਚਿਓ ਬਾਹਰ ਚਲੀ ਜਾਂਦਾ ਸੱਚਿਓ ਤੁਹਾਡੀ ਗੱਲਾਂ ਜਾ ਜਾਂ ਤੁਸੀਂ ਤਾਂ ਕੱਢ ਦਿੰਦੇ ਬਾਹਰ। ਆ ਸੁਣ ਲੈ ਪੁੱਤ, ਤੁਸੀਂ ਆ ਕੀ ਕਰੀ ਗਏ, ਤੁਸੀਂ ਮੈਨੂੰ ਵੀ ਪਾਗਲ ਬਣਾਈ ਗਏ। ਚੱਲ ਲੈਣੇ ਆਪਾਂ ਨੂੰ ਘਰੋਂ ਕੱਢਣਾ, ਤੁਸੀਂ ਫੋਨ 'ਚ ਦਿਖਾਓ ਜੀ, ਐਂ ਨਹੀਂ ਮੰਨਦੇ, ਅਸੀਂ ਕਿਉਂ ਕੱਢਾਂਗੇ ਦੀਦੀ, ਦੇਖ ਲਓ ਤੁਸੀਂ ਹਜੇ ਵੀ ਨਹੀਂ ਨੀਵਾਂ ਹੋ ਰਹੇ। ਮੈਂ ਦਿਖਾ ਦੂੰਗਾ ਪਰ ਮੈਂ ਨਹੀਂ ਚਾਹੁੰਦਾ ਮਾਂ ਮੂਹਰੇ ਤੁਸੀਂ ਸ਼ਰਮਿੰਦਾ ਹੋਵੋ। ਮੇਰੇ ਦਿਲ 'ਚ ਫੇਰ ਇਹ ਗੱਲ ਹੈ ਵੀ ਤੁਹਾਡੀ ਇੱਜ਼ਤ ਬਣੀ ਰਹੇ ਮਾਂ ਕੋਲ, ਹੁਣ ਵੀ ਗਲਤੀ ਮੰਨ ਕੇ ਮਾਫ਼ੀ ਮੰਗ ਲਓ। ਇੱਧਰ ਇੱਧਰ ਦੇਖਿਆ ਤੁਹਾਨੂੰ ਮੈਂ ਕਹਿੰਦੀ ਸੀ ਨਾ ਵੀ ਇਹ ਤਾਂ ਤੁਹਾਡੀ ਘਰ 'ਚ ਚੱਲਣੇ ਨਹੀਂ ਦਿੰਦੇ। ਉੱਥੇ ਮੈਂ ਤਾਂ ਕਿਹਾ ਜਿੱਦੇ ਨੇ ਮੈਨੂੰ ਦੱਸਿਆ ਵੀ ਸਾਨੂੰ ਇਹਨਾਂ ਨੂੰ ਲਾਲਚ ਹੋਇਆ ਵਾ। ਖੜ ਜਾ ਇੱਕ ਮਿੰਟ, ਮੈਂ ਤੁਹਾਨੂੰ ਮੈਂ ਦਿਖਾਉਂਦਾ ਤੁਹਾਨੂੰ। ਦਿਖਾਉਣ ਦੀ ਕੀ ਗੱਲ ਹੈ, ਤੂੰ ਫੇਰ ਉਹੀ ਨਿਆਣੇ ਵਾਲੀਆਂ ਗੱਲਾਂ ਕਰੀ। ਫਿਰ ਮੰਨਦੇ ਫਿਰ। ਚਲ ਪੁੱਤ ਕੋਈ ਨਾ, ਜਿਹੜੀਆਂ ਇਹਨਾਂ ਨੇ ਸਕੀਮਾਂ ਲਾ ਲਈਆਂ ਲਾ ਲੈਣ ਦੇ, ਜਿਹੜੀਆਂ ਚਲਾਕੀਆਂ ਕਰ ਲਈਆਂ ਇਹਨਾਂ ਨੂੰ ਕਰ ਲੈਣ ਦੇ, ਪਰ ਐਂ ਦੇਖ ਲੈ ਜ਼ਮੀਨ ਸਾਰੀ ਘਰ ਮੇਰੇ ਨਾਲ ਆ, ਮੈਂ ਪੁੱਤ ਇਹਨਾਂ ਨੂੰ ਐਂ ਕੁਛ ਨਹੀਂ ਦਿੰਦੀ ਹੈਗੀ। ਅੱਛਾ ਇਹ ਤਾਂ ਇਹਨਾਂ ਦੀ ਬਹੁਤ ਮਾੜੀ ਗੱਲ ਹੈ, ਤੁਸੀਂ ਤਾਂ ਘਰ 'ਚ ਪਵਾੜੇ ਪਾਤੇ। ਨਹੀਂ ਮੈਂ 4 ਕਿੱਲੇ ਤਾਂ ਮੈਨੂੰ ਆਉਂਦੇ ਹੋ ਨਾ, ਫਿਰ 4 ਕਿੱਲੇ ਚਾਹੇ ਆਉਂਦੇ ਵੀ ਨੇ ਪਰ ਹੁਣ ਤੈਨੂੰ ਕਿਸੇ ਸੁਲਾ ਸਫਾਈ ਨਾਲ ਮਿਲਣਗੇ, ਆਹ ਚਲਾਕੀਆਂ ਨਾਲ ਨਹੀਂ। ਦੱਸ ਜਿਹਦੇ ਮੈਨੂੰ ਇੰਨਾ ਭਰੋਸਾ ਸੀ ਤੁਸੀਂ ਉਹਦਾ ਵੀ ਭਰੋਸਾ ਤੋੜਿਆ, ਕੀ ਕੁਛ ਕਰਦੇ ਰਹੇ ਤੁਸੀਂ ਘਰ 'ਚ। ਬਾਈ ਵੱਡਾ ਸੀ ਤੂੰ ਮੇਰੇ ਤੋਂ, ਮੈਂ ਤੈਨੂੰ ਬਾਪ ਬਰਾਬਰ ਸਮਝਦਾ ਸੀ, ਤੂੰ ਯਾਰ ਆਪਦੇ ਘਰ 'ਚ ਖੱਲ ਪਾਉਣ ਲੱਗ ਗਿਆ। ਦੱਸ ਤੂੰ ਇਹਦੇ ਮਾਗਰ ਲਾ ਕੇ ਤੂੰ ਵੀ ਲਾਲਚੀ ਬਣ ਗਿਆ, ਤੈਂ ਵੀ ਭਾਈ ਦੀ ਨਾ ਮਾਂ ਦੀ ਕੋਈ ਸ਼ਰਮ ਹੀ ਨਹੀਂ ਕਰੀ। ਭਾਬੀ ਤੁਹਾਨੂੰ ਕਮੀ ਤੀ ਕੋਈ, ਕਰਮਜੀਤ ਨੇ ਤੁਹਾਨੂੰ ਕਦੀ ਚਾਹ ਵੀ ਬਣਾਉਣ ਦਿੱਤੀ, ਸਾਰਾ ਕੰਮ ਕਰਦੀ ਤੀ ਉਹ। ਹੁਣ ਐਂ ਕਰ ਪੁੱਤ, ਸਾਰਾ ਕੁਛ ਮੇਰਾ ਤਾਂ ਹੈਗਾ ਨਾ ਓਏ, ਪਰ ਐਂ ਦੇਖ ਲੈ ਆਪਾਂ ਹੁਣ ਇਹ ਜਿਹੇ ਬੰਦਿਆਂ 'ਚ ਰਹਿ ਨਹੀਂ ਸਕਦੇ। ਆਪਾਂ ਨਹੀਂ ਰਹਿੰਦੇ ਬਾਈ, ਸਾਂਭਣ ਦਾ ਘਰ ਸਾਂਭੋ ਤੁਸੀਂ, ਸਾਂਭੋ ਘਰ, ਮੈਂ ਤਾਂ ਭਾਈ ਪੁੱਤ ਤੁਹਾਡੇ ਨਾਲ ਰਹਿੰਦਾ। ਚਲੋ ਚਲੋ ਮੈਂ ਇਹ ਜਿਹੇ ਲਾਲਚੀ ਬੰਦਿਆਂ ਨਾਲ ਰਹਿੰਦਾ। ਚਲੋ ਚਲੋ ਮਾਂ ਨਾ, ਨਹੀਂ ਤੁਹਾਨੂੰ ਘਰ ਦਾ ਲਾਲਚ ਦੀ ਜ਼ਮੀਨ ਦਾ ਲਾਲਚ ਸਾਰਾ ਕੁਝ ਸਾਂਭ ਲਓ। ਨਹੀਂ ਤੁਸੀਂ ਰਹੋ, ਜਗਰੂਪ ਕਿਤੇ ਬਾਹਰ ਹੋਣਾ ਨੂੰ ਫੋਨ ਕਰ ਦਾਂਗੇ, ਸਾਡੇ ਨਾਲ ਤੁਰ ਪੂਗਾ ਉਹ। ਬਸ ਆ ਜਾ ਮੰਮੀ, ਚਲੋ ਮੰਮੀ ਚਲ ਪੁੱਤ ਕੀ ਕਰ ਰਹੀ ਐ, ਪੈਸਾ ਕੱਢ ਲੈ ਬਸ, ਚਲ ਕਰ ਕਰ ਵੀ ਚਲ 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 ਗੱਲ ਤਾਂ ਸੁਣ ਲੈ, ਆ ਲੈਣ ਦੇ ਨਾ ਪਤਾ ਲੱਗ ਜੂਗਾ ਵੀ ਲਾਲਚ ਦੀ ਬੜਾ ਕਿੰਨੀ ਬੁਰੀ। ਉਹ ਬੱਬੀ ਤੂੰ ਵੀ ਨਾਲੇ ਤੁਰ ਪਈ, ਚਲ ਉਹ ਗੁਰਿੰਦਰ ਮੇਰੀ ਗੱਲ ਤਾਂ ਸੁਣ, ਹੁਣ ਨਹੀਂ ਸੁਣਨਾ ਕੁਝ ਵੀ, ਚਲ ਆ ਦੇਖ ਲੈ ਆ ਤੇਰੀਆਂ ਕਰਤੂਤਾਂ ਕਰਕੇ ਸਾਰਾ ਘਰ ਪਟਿਆ ਗਿਆ ਹੈ। ਮੇਰੀਆਂ ਕਰਤੂਤਾਂ ਕਰਕੇ ਕਹਦੇ ਮੇਰੇ ਤਾਂ ਸਾਰੀਆਂ ਸਕੀਮਾਂ ਫੇਲ ਹੋ ਗਈਆਂ, ਸਕੀਮ ਵੀ ਤਾਂ ਇਹ ਤੇਰੀ ਹੋਈ ਸੀ। ਉਹ ਤੇਰੇ ਪਿੱਛੇ ਲੱਗਿਆ ਪਤਾ, ਤੂੰ ਹੀ ਸੌਂਦੀ ਸੀ ਕਿ ਐ ਕਰ ਉਹ ਕਰ ਹੈ, ਉਹ ਸਾਰੇ ਮੇਰੀ ਜ਼ਮੀਨ ਵੀ ਜਲਦੀ ਲੱਗੂਗੀ ਜਿਹੜੇ ਤੇਰੇ ਲੱਛਣ ਤੇ, ਆ ਦੇਖ ਲੈ ਕਿਆ ਕਰਤਾ ਤੈਂ। ਸਕੀਮਾਂ ਵੀ ਤਾਂ ਤੂੰ ਹੀ ਦੇ ਰਿਹਾ ਸੀ। ਮੈਂ ਤੇਰੀ ਗੱਲ